ਬੇਸ਼ੁਮਾਰ ਨੀਤ ਵਾਸਤੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸ ਦੇਖ ਰਹੇ ਹੋ ਪੰਜਾਬ ਟੀਵੀਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਹਮੀਰ ਸਿੰਘ ਜੀ ਸੰਪਾਦਕ ਪੰਜਾਬ ਟੀਵੀਜ਼ਨ ਮੈਂ ਜੀ ਆਇਆਂ ਸ਼ੁਕਰੀਆ ਜੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਨਵੀਨਰ ਉਹਨਾਂ ਨੂੰ ਗ੍ਰਿਫਤਾਰੀ ਦਾ ਡਰ ਸਤਾਈ ਜਾ ਰਿਹਾ ਸਵੇਰੇ ਵੇਲੇ ਅੱਜ ਦਿਨ ਚੜ੍ਹਦਿਆਂ ਉਹਨਾਂ ਨੇ ਇੱਕ ਹੋਰ ਪਟੀਸ਼ਨ ਦਿੱਲੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਗ੍ਰਿਫਤਾਰੀ ਤੇ ਰੋਕ ਲਾਉਣ ਦੀ ਮੰਗ ਕੀਤੀ ਹੈ ਕੱਲ ਵੀ ਅਸੀਂ ਜ਼ਿਕਰ ਕੀਤਾ ਸੀਗਾ ਕੱਲ ਹਾਈ ਕੋਰਟ ਨੇ ਇਹਨਾਂ ਦੇ ਵਕੀਲ ਨੂੰ ਪੁੱਛਿਆ ਸੀ ਕਿ ਤੁਸੀਂ ਕਿਉਂ ਨਹੀਂ ਪੇਸ਼ ਹੋ ਜਾਂਦੇ ਤੇ ਉਹਦੇ ਜਵਾਬ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਈਡੀ ਅਕਸਰ ਇਹੋ ਜੇ ਮੌਕਿਆਂ ਤੇ ਗ੍ਰਿਫਤਾਰ ਕਰ ਲੈਂਦੀ ਆ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਜਾਣ ਨੂੰ ਤਿਆਰ ਆ ਤੇ ਅੱਜ ਉਹਨਾਂ ਨੇ ਇੱਕ ਸੋਧੀ ਹੋਈ ਪਟੀਸ਼ਨ ਮੁੜ ਕੇ ਜਿਹੜੀ ਅੱਜ ਹੀ ਸੁਣਵਾਈ ਲਈ ਲੱਗੀ ਹੈ ਉਹ ਦਿੱਤੀ ਹੈ ਕਿ ਮੈਨੂੰ ਇੱਕ ਰਾਤ ਦਿੱਤੀ ਜਾਵੇ ਅੰਤ੍ਰ임 ਰਾਤ ਗ੍ਰਿਫਤਾਰੀ ਤੋਂ ਤੇ ਰੋਕ ਲਈ ਜਾਵੇ ਇਹ ਸਵਾਲ ਕਾਫੀ ਵੱਟਾ ਕੀ ਸੱਚਮੁੱਚ ਇਹ ਗ੍ਰਿਫਤਾਰੀ ਸਾਹਮਣੇ ਪਈ ਹੈ ਜਾਂ ਗ੍ਰਿਫਤਾਰੀ ਲੰਬੇ ਸਮੇਂ ਲਈ ਹੋ ਸਕਦੀ ਹੈ ਇਹਦਾ ਡਰ ਸਤਾ ਰਿਹਾ ਵੈਸੇ ਇਹੀ ਮਾਮਲਾ ਇਹ ਕਿਸੇ ਤਰ੍ਹਾਂ ਦਾ ਮਾਮਲਾ ਹੋਰ ਅਡਰੈਸ ਹੁੰਦਾ ਔਰ ਉਹ ਮਾਮਲਾ ਹੁੰਦਾ ਜਾ ਕੇ ਸੁਪਰੀਮ ਕੋਰਟ ਦੇ ਵਿੱਚ منی ਲਾਂਡਰਿੰਗ ਦੇ ਉੱਤੇ منی ਲਾਂਡਰਿੰਗ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ ਈਡੀ ਦੀ ਕੀਤੀ ਹੈ ਖਚਾਈ ਔਰ ਉਹਨਾਂ ਨੇ ਕਿਹੜੇ ਆਧਾਰ ਬਣਾਏ ਨੇ ਔਰ ਕਿਵੇਂ ਬੰਦਿਆਂ ਨੂੰ ਲੰਬੇ ਸਮੇਂ ਤੱਕ ਅੰਦਰ ਰੱਖਿਆ ਜਾਂਦਾ ਤੇ ਟ੍ਰਾਇਲ ਡਿਲੇ ਹੋਵੇ ਤੇ ਬੰਦਾ ਅੰਦਰ ਰਵੇ ਕਿਉਂ ਰਵੇ ਇਹ ਸਵਾਲ ਉਠਾਇਆ ਇਹਨੂੰ ਡਿਟੇਲ ਦੇ ਵਿੱਚ ਡਿਸਕਸ ਕਰਦੇ ਆ ਸਾਮੀ ਸਿੰਘ ਜੀ ਤੋਂ ਸਮਝਦੇ ਆ ਦੂਜਾ ਮਾਮਲਾ ਪੰਜਾਬ ਨਾਲ ਜੁੜਿਆ ਵਿਅਕਤੀ ਮਾਮਲਿਆਂ ਨਾਲ ਜੁੜਿਆ ਇਲੈਕਸ਼ਨ ਸਿਰ ਤੇ ਇਸ ਤੋਂ ਪਹਿਲਾਂ ਡੇਰਾ ਮੁਖੀ ਦੀ ਇੱਕ ਐਪਲੀਕੇਸ਼ਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂਦੀ ਆ ਜਿੱਥੇ ਉਹਨਾਂ ਦੀ ਮੰਗ ਸੀ ਉਹਨਾਂ ਦੀ ਪਟੀਸ਼ਨ ਸੀਗੀ ਕਿ ਇਹ ਮਾਮਲਾ ਸੀਬੀਆਈ ਕੋਲ ਹੀ ਜਾਣਾ ਚਾਹੀਦਾ ਸੀਬੀਆਈ ਨੇ ਸੀਪੀਆਈ ਤੋਂ ਵਾਪਸ ਕਿਉਂ ਲਿਆ ਗਿਆ ਪੰਜਾਬ ਸਰਕਾਰ ਦੇ ਨਜ਼ਰੀਏ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ ਤੇ ਉਸ ਤੋਂ ਬਾਅਦ ਇਹ ਮਾਮਲਾ ਕਾਫੀ ਦਿਨ ਲਟਕਦਾ ਰਿਹਾ ਲੇਕਿਨ ਸੀਬੀਆਈ ਤੋਂ ਜਾਂਚ ਵਾਪਸ ਲੈ ਕੇ ਐਸਆਈਟੀ ਦੇ ਹਵਾਲੇ ਕੀਤੀ ਗਈ ਸੀ ਜਿਹੜੀ ਹੁਣ ਕਾਫੀ ਅੱਗੇ ਤੱਕ ਜਾ ਚੁੱਕੀ ਆ ਹਨੀਪ੍ਰੀਤ ਤੱਕ ਦਾ ਨਾਮ ਆਇਆ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਡੇਰਾ ਮੁਖੀ ਦੀ ਇਸ ਪਟੀਸ਼ਨ ਦੇ ਉੱਤੇ ਹਾਈ ਕੋਰਟ ਨੇ ਕੁਝ ਵੱਡੇ ਸਵਾਲਾਂ ਨਾਲ ਲਗਭਗ 4 ਸਵਾਲਾਂ ਦੇ ਨਾਲ ਇਹ ਮਾਮਲਾ ਵੱਡੇ ਬੈਂਚ ਨੂੰ ਭੇਜਤਾ ਸਵਾਲ ਖੜਾ ਹੋ ਗਿਆ ਕਿ ਕੀ ਇਸ ਤਰ੍ਹਾਂ ਦੀਆਂ ਇਨਵੈਸਟੀਗੇਸ਼ਨਸ ਚੇਂਜ ਕਰਨ ਦਾ ਅਧਿਕਾਰ ਵਿਧਾਨ ਸਭਾ ਦੇ ਨਜ਼ਰੀਏ ਤੋਂ ਕੀ ਵਿਧਾਨ ਕਾਰਾ ਕੋਲ ਉਹ ਜਾਂ ਵਿਧਾਨ ਸਭਾ ਕੋਲ ਹੈ ਵੀ ਕਿ ਨਹੀਂ ਇਹ ਵਿਆਖਿਆ ਦੀ ਮਾਮਲਾ ਆ ਗਿਆ ਔਰ ਜੇ ਅੱਗੇ ਜਾ ਕੇ ਇਹਦੇ ਦੂਰਦਰਸ਼ੀ ਸਿੱਟੇ ਹੋ ਸਕਦੇ ਨੇ ਵੈਸੇ ਸਾਡਾ ਇੱਥੇ ਸਵਾਲ ਇੱਕ ਹੋਰ ਹੈ ਮੁੱਖ ਮੰਤਰੀ ਪੰਜਾਬ ਨੂੰ ਕਿ ਕੀ ਤੁਸੀਂ ਵੀ ਕੋਈ ਹੋਰ ਇਲੈਕਸ਼ਨ ਇਹਦੇ ਤੇ ਲੜਨਾ ਚਾਹੁੰਦੇ ਹੋ ਇਸ ਮੁੱਦੇ ਤੇ ਹੁਣ ਤੱਕ ਤੁਸੀਂ ਫਾਸਟ ਟਰੈਕ ਕੋਰਟ ਗਠਿਤ ਕਰਨ ਲਈ ਕੋਈ ਚਾਰਾ ਜੋਈ ਕਿਉਂ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਸਾਲ ਲੰਘੇ ਨੇ ਇਸ ਮਾਮਲੇ ਵਿੱਚ ਜੇ ਇੱਕ ਐਪਲੀਕੇਸ਼ਨ ਧਾਇਰ ਕਰਕੇ ਤਾਂ ਇਹ ਮਾਮਲਾ ਡੇ ਬਾਈ ਡੇ ਤੇ ਆਧਾਰ ਸੁਣ ਦੀ ਅਪੀਲ ਪਾਉਂਦੇ ਬੇਨਤੀ ਕਰਦੇ ਘੱਟੋ ਘੱਟ ਇਹਨਾਂ ਤੋਂ ਕਰ ਸਕਦੇ ਕਿਉਂ ਨਹੀਂ ਕੀਤਾ ਕੀ ਇਹ ਸਿਆਸੀ ਮੁੱਦਾ ਹੀ ਬਣਾਈ ਰੱਖਣਾ ਚਾਹੁੰਦੇ ਨੇ ਸਾਰੇ ਵੈਸੇ ਜਿਹੜੀਆਂ ਦੋ ਹੋਰ ਅਤ ਐਮ ਖਬਰਾਂ ਲੰਘੇ ਦਿਨ ਸ਼ਾਮ ਨੂੰ ਇਹ ਖਬਰ ਬੜੀ ਵੱਡੀ ਹੋ ਗਈ ਸੀ ਕਿ ਅਕਾਲੀ ਦਲ ਤੇ ਭਾਜਪਾ ਇਕੱਠੇ ਜਾ ਰਹੇ ਨੇ ਕਿ ਨਹੀਂ ਜਾ ਰਹੇ ਇਹਦੇ ਵਿੱਚ ਬੀਜੇਪੀ ਕੀ 6 ਸੀਟਾਂ ਮੰਗ ਰਹੀ ਆ 7 ਮੰਗ ਰਹੀ ਆ ਅਕਾਲੀ ਦਲ ਕਿੱਥੇ ਖੜਾ ਸਾਰੇ ਰੌਲੇ ਕੱਲ ਚੱਲੇ ਪਰ ਅੱਜ ਇੱਕ ਹੋਰ ਖਬਰ ਜਿਹੜੀ ਖਬਰ ਅੱਗੇ ਵਧੀ ਆ ਜੁਪਿੰਦਰਜੀਤ ਸਿੰਘ ਦੀ ਇਹ ਖਬਰ ਹੈ ਚੰਡੀਗੜ੍ਹ ਤੋਂ ਅਖਬਾਰ ਸਮੂਹ ਦੇ ਉਹ ਜਰਨਲਿਸਟ ਨੇ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਦਿੱਤੀ ਜਾਊਗੀ ਅਕਾਲੀ ਦਲ ਦੇ ਨਜ਼ਰੀਆਂ ਇੱਕ ਪਰਿਵਾਰ ਚ ਇੱਕ ਟਿਕਟ ਮਤਲਬ ਸੁਖਵੀਰ ਬਾਦਲ ਇਲੈਕਸ਼ਨ ਨਹੀਂ ਲੜਨਗੇ ਪਰ ਇਹਦੇ ਨਾਲ ਨਾਲ ਕੀ ਇਹ ਵਿਧਾਨ ਸਭਾ ਦੇ ਵਿੱਚ ਵੀ ਲਾਗੂ ਹੁੰਦਾ ਪਾਰਲੀਮੈਂਟ ਦੇ ਵਿੱਚ ਪਰਿਵਾਰ ਦਾ ਇੱਕ ਜੀ ਤੇ ਇੱਕ ਵਿਧਾਨ ਸਭਾ ਦੇ ਵਿੱਚ ਇਹਨੂੰ ਇਦਾਂ ਵੀ ਮੰਨ ਲਿਆ ਜਾਵੇ ਜਾਂ ਕੀ ਇਹ ਸਾਰੇ ਮਾਮਲੇ ਨੂੰ ਵੀ ਸਮਝਣ ਦਾ ਯਤਨ ਕਰਦੇ ਆ ਬਾਜਵਾ ਸਾਹਿਬ ਕਹਿੰਦੇ ਮੈਂ ਚੱਪੇਵਾਲ ਦੇ ਖਿਲਾਫ ਹਾਈ ਕੋਰਟ ਚ ਜਾਣਾ ਹੈ ਕਾਂਗਰਸ ਜਾ ਰਹੀ ਹੈ ਤੇ ਹੋਰ ਵੀ ਇੱਕ ਦੋ ਮਾਮਲੇ ਪਰ ਮੈਂ ਸਭ ਤੋਂ ਪਹਿਲਾਂ ਸਹਮੀਰ ਸਿੰਘ ਜੀ ਕੇਜਰੀਵਾਲ ਸਾਹਿਬ ਸਵੇਰੇ ਸਵੇਰੇ ਫਿਰ ਹਾਈ ਕੋਰਟ ਪਹੁੰਚ ਗਏ ਲੰਗੇ ਦਿਨ ਉਹਨਾਂ ਨੂੰ ਰਾਹ ਤੀ ਮਿਲੀ ਸੀਗੀ ਕੀ ਇਸ ਵੇਲੇ ਜਿਹੜੀ ਉਹਨਾਂ ਪਟੀਸ਼ਨ ਦਾਇਰ ਕੀਤੀ ਆ ਇਹਦੇ ਤੇ ਉਹਨਾਂ ਨੂੰ ਅੰਤਰੀਮ ਰਾਹਤ ਮਿਲ ਜਾਊਗੀ ਕਿ ਇਹਨਾਂ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਜਦੋਂ ਕਿ ਇਸ ਮਾਮਲੇ 'ਚ ਕਈ ਵਿਅਕਤੀ ਪਹਿਲਾਂ ਹੀ ਗ੍ਰਿਫਤਾਰ ਨੇ ਔਰ ਕਿੰਨੇ ਸਮਨ ਮਤਲਬ ਇਹ ਸੈਂਕੜਿਆਂ ਦੀ ਤਦਾਦ ਦੇ ਵਿੱਚ ਸਮਨ ਭੇਜੇ ਗਏ ਵੱਖ-ਵੱਖ ਲੋਕਾਂ ਨੂੰ ਜੋ ਮੈਂ ਡਾਟਾ ਦੇਖ ਰਿਹਾ ਸੀਗਾ ਤੇ ਦੂਜੇ ਬਨੇ منی ਲਾਂਡਰਿੰਗ ਐਕਟ ਪੀ ਐਮ ਐਲ ਏ ਇਸ ਐਕਟ ਦੇ ਤਹਿਤ ਕੀ ਕਿਸੇ ਵਿਅਕਤੀ ਨੂੰ ਅਣਮਿੱਥੇ ਸਮੇਂ ਤੱਕ ਅੰਦਰ ਰੱਖਿਆ ਜਾ ਸਕਦਾ ਇਹ ਵੀ ਮਾਮਲਾ ਸੁਪਰੀਮ ਕੋਰਟ 'ਚ ਅਡਰੈਸ ਹੋਇਆ ਕਿਉਂਕਿ ਸਸੋਦੀਆ ਵਰਗੇ ਸੰਜੇ ਸਿੰਘ ਵਰਗੇ ਇਹ ਕਈ ਬੰਦੇ ਹੁਣ ਹੁਣ ਤਾਂ ਸਤਿੰਦਰ ਜੈਨ ਦੇ ਖਿਲਾਫ ਪੀਡੀ ਨੇ ਕੋਰਟ ਦੇ ਵਿੱਚ ਕਿਹਾ ਕਿ ਇਹਨਾਂ ਦੇ ਖਿਲਾਫ ਸਫੀਸ਼ੈਂਟ ਸਾਡੇ ਕੋਲ ਸਬੂਤ ਮੌਜੂਦ ਨੇ ਪਰ ਕਿੰਨੀ ਦੇਰ ਤੱਕ ਟ੍ਰਾਇਲ ਦੇ ਵਿੱਚ ਹੀ ਫਸਿਆ ਕੇਸ ਤੇ ਬੰਦੇ ਨੂੰ ਸਜ਼ਾ ਹੋਣ ਤੋਂ ਪਹਿਲਾਂ ਹੀ ਜੇ ਸਜ਼ਾ ਤੋਂ ਵੱਧ ਦੀ ਜੇਲ੍ਹ ਮਿਲ ਜੇ ਤਾਂ ਉਹਦੇ ਨਾਲ ਕੀ ਨਿਆਂਨਸਾਫੀ ਨਹੀਂ ਤਾਂ ਆ ਬਿਲਕੁਲ ਕੇਜਰੀਬਾਲ ਕੱਲ ਤਾਂ ਜਿਹੜੇ ਗਏ ਸੀ ਕੱਲ ਜਿਹੜੀ ਉਹਨਾਂ ਨੂੰ ਲੱਗਦੇ ਸੀ ਕਿ ਐਂਟਾਰਮ ਰਾਹਤ ਮਿਲੀ ਹੈ ਉਹ ਮਿਲੀ ਹੈ ਨੌਵੇਂ ਸੱਮਣ ਤੇ ਤੇ ਅੱਜ 10ਵੇਂ ਸੱਮਣ ਦੀ ਪੇਸੀ ਸੀ ਜੇਕਰ ਜਾਣਾ ਹੁੰਦਾ ਉਹਨਾਂ ਨੇ ਜੀ ਤੇ ਜਾਣਗੇ ਜਾਂ ਨਹੀਂ ਲੱਗਦਾ ਨਹੀਂ ਜਾਣਗੇ ਕਿਉਂਕਿ ਜਦੋਂ ਕੋਰਟ ਚਲੇ ਗਏ ਨਹੀਂ ਤਾਂ ਫਿਰ ਈਡੀ ਦੇ ਸਾਹਮਣੇ ਚਲੇ ਜਾਂਦੇ ਜੇਕਰ ਜਾਣਾ ਹੁੰਦਾ ਪਰ ਇਹ ਦੋਨਾਂ ਦੇ ਵਿੱਚ ਜਦੋਂ ਉਹ ਅਦਾਲਤ ਦੇ ਵਿੱਚ ਗਏ ਨੇ ਇਹ ਗੱਲ ਜ਼ਰੂਰ ਇੱਕ ਫਰਕ ਹੈ ਪਹਿਲਾਂ ਨਾਲ ਕਿ ਮੈਂ ਨਹੀਂ ਜਾਊਗਾ ਈਡੀ ਅਧਿਕਾਰੀ ਪਹਿਲਾਂ ਇਹ ਕਹਿਣ ਪਹਿਲਾਂ ਤਾਂ ਉਹ ਇਹ ਕਹਿੰਦੇ ਸੀਗੇ ਕਿ ਗੈਰ ਕਾਨੂੰਨੀ ਨੇ ਤੁਸੀਂ ਮੈਨੂੰ ਇਹੀ ਨਹੀਂ ਦੱਸਿਆ ਕਦੇ ਕਿ ਮੈਨੂੰ ਅਕਿਊਜ਼ ਦੇ ਰੂਪ ਚ ਬੁਲਾ ਰਹੇ ਹੋ ਗਵਾਹ ਦੇ ਰੂਪ ਦੇ ਵਿੱਚ ਬੁਲਾ ਰਹੇ ਹੋ ਪਾਰਟੀ ਪ੍ਰਧਾਨ ਦੇ ਰੂਪ ਦੇ ਚੁਣਾ ਰਹੇ ਹੋ ਸੀਐਮ ਦੇ ਜਾਂ ਜਿਹੜਾ ਵੀ ਮਾਮਲੇ ਵਕ-ਵਕ ਸੀਗੇ ਪਰ ਹੁਣ ਉਹ ਇਹ ਕਹਿੰਦੇ ਤਾਂ ਨਜ਼ਰ ਆ ਰਹੇ ਨੇ ਕਿ ਮੈਂ ਕੋਆਪਰੇਟ ਕਰਨ ਲਈ ਇੱਥੇ ਆ ਰਾਂ ਜਾਣ ਚੁ जान ਲਈ تیار ਹਾਂ ਪਰ ਖਦਸ਼ਾ ਹੈ ਖਦਸ਼ਾ ਇਹ ਹੈ ਕਿ ਉਹ ਅਰੈਸਟ ਕਰਨਾ ਚਾਹੁੰਦਾ ਹੈ ਕਿਸੇ ਵੀ ਕੀਮਤ ਤੇ ਈਡੀ ਜਿਹੜੀ ਹੈ ਉਹਦੇ ਪਿੱਛੇ ਉਹ ਪੋਲਿਟিক্যাল ਬੈਕਡਾਟਾ ਦੀ ਇੱਕ ਕਹਾਣੀ ਵੀ ਨਾਲ ਸੁਣਾ ਰਹੇ ਨੇ ਕਿ ਅਸਲ ਚ ਪੀਡੀ ਨਹੀਂ ਹੈ ਈਡੀ ਤਾਂ ਇੱਕ ਮੋਹਰਾ ਹੈ ਤੇ ਪਿਛਲੇ ਪਾਸੇ ਜਿਹੜੀ ਭਾਜਪਾ ਹੈ ਸੱਤਾਤਰੀ ਤੇ ਰਹਿ ਜਿਹੜੀ ਉਹ ਮੇਰੇ ਮੈਨੂੰ ਕੰਪੇਨ ਤੋਂ ਬਾਹਰ ਰੱਖਣਾ ਚਾਹੁੰਦੀ ਹੈ ਜਾਂ ਬਾਕੀ ਦੀਆਂ ਚੀਜ਼ਾਂ ਚਾਹੁੰਦਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇੱਕ ਨੋਰਮਲ ਟ੍ਰੈਂਡ ਹੈ ਇੱਕ ਤਾਂ ਐਕਟ ਜਿਹੜੇ ਬਣਦੇ ਨੇ ਪੀਐਮਐਲ ਐਕਟ ਜਿਹੜਾ ਬਣਿਆ ਬੜਾ ਸਟਰੋਂਗ ਐਕਟ ਉਸ ਲੈਵਲ ਦੇ ਉੱਤੇ ਹੈ ਪਰ ਮਨਸਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਉਹ ਇਸ ਪੱਧਰ ਤੇ ਹੈ ਕਿ ਜ਼ਮਾਨਤ ਜਲਦੀ ਮਿਲਦੀ ਵੀ ਨਹੀਂ ਹੈ ਜਿਹੜਾ ਨੂੰ ਵੀ ਪਤਾ ਹੈ ਉਹਨਾਂ ਨੇ ਪਹਿਲਾਂ ਆਪਣੇ ਸਾਥੀ ਦੇਖੇ ਹੋਏ ਨੇ ਕਈ ਜਿਹੜੇ ਮਨੀ ਸੁਸੋਧੀਆਂ ਨੂੰ ਸਾਲ ਤੋਂ ਜ਼ਿਆਦਾ ਹੀ ਹੋ ਗਿਆ ਲਗਭਗ ਸੰਜੇ ਸਿੰਘ ਨੂੰ ਵੀ ਕਾਫੀ ਸਮਾਂ ਹੋ ਗਿਆ ਬਾਕੀਆਂ ਨੂੰ ਹੋ ਗਿਆ ਵੀ ਸ਼ਾਇਦ ਅਦਾਲਤਾਂ ਦੇ ਵਿੱਚ ਕੁਝ ਹੋ ਜਾਏਗਾ ਨਹੀਂ ਬਣ ਰਹੀ ਜਮਾਨਤ ਔਰ ਇਸੇ ਕਰਕੇ ਇਹ ਡਰ ਪ੍ਰਗਟ ਹੁੰਦਾ ਹੁੰਦਾ ਹੁਣ ਬਿਲਕੁਲ ਚਾਰਾ ਤੌਰ ਤੇ ਆ ਗਿਆ ਕਿ ਉਹ ਨਹੀਂ ਗ੍ਰਿਫਤਾਰ ਹੋਣਾ ਚਾਹੁੰਦੇ ਔਰ ਉਹ ਚਾਹੁੰਦੇ ਨੇ ਕਿ ਗ੍ਰਿਫਤਾਰੀ ਤੇ ਸਟੇ ਹਾਂ ਅਦਾਲਤਾਂ ਵੀ ਜਦੋਂ ਦਿੰਦੀਆਂ ਨੇ ਮੇਰੇ ਖਿਆਲ ਕੋਈ ਪਰਮਾਨੈਂਟ ਸਟੇ ਤਾਂ ਨਹੀਂ ਗ੍ਰਿਫਤਾਰੀ ਤੇ ਦੇ ਸਕਦਾ ਜੇਕਰ ਤੱਤ ਸਬੂਤ ਹੋਣ ਕਈ ਵਾਰ ਇਹੋ ਜਿਹਾ ਆਰਡਰ ਆ ਜਾਂਦਾ ਹੁੰਦਾ ਹੈ ਵੀ ਇਹ ਇਨਵੈਸਟੀਗੇਸ਼ਨ ਜੁਆਇਨ ਕਰਨਾ ਚਾਹੁੰਦੇ ਨੇ ਕਰਨ ਦਿਓ ਇਹਨਾਂ ਨੂੰ ਗ੍ਰਿਫਤਾਰੀ ਤੋਂ ਐਨੇ ਘੰਟੇ ਪਹਿਲਾਂ ਨੋਟਿਸ ਦੇਣਾ ਜ਼ਰੂਰੀ ਹੈ ਮਨੂੰ ਕੋਈ ਇਹੋ ਜਿਹਾ ਆਰਡਰ ਵੀ ਆ ਜਾਂਦਾ ਸਪੋਜ ਕਰੋ ਫਿਰ ਕਿੰਨਾ ਘਰਾਤ ਹੋਏਗੀ ਮੰਨ ਲਓ ਈਡੀ ਦੇ ਜਾਂਦੇ ਨੇ ਉਹ ਕੋਆਪਰੇਟ ਕਰਦੇ ਨੇ ਉਹ ਸਵਾਲ ਜਵਾਬ ਕਰਦੇ ਨੇ ਤੇ ਉਹ ਅਦਾਲਤ ਦੇ ਮਤਲਬ ਕੋਈ 24 ਘੰਟੇ ਜਾਂ 48 ਘੰਟੇ ਜਾਂ ਜਿੰਨਾ ਪਹਿਲਾਂ ਦੇਣਾ ਚਾਹੀਦਾ ਰਹਾਤ ਗ੍ਰਿਫਤਾਰੀ ਤੋਂ ਜਾਂ ਟਾਈਮ ਨੋਟਿਸ ਉਹ ਨੋਟਿਸ ਦੇ ਕਿ ਵੀ ਤਾਂ ਗ੍ਰਿਫਤਾਰ ਹੋ ਸਕਦੇ ਨੇ ਫਿਰ ਕਿਹੜਾ ਕਿਤੇ ਭੱਜ ਜਾਣਾ ਹੁੰਦਾ ਦੇਸ਼ ਚੋ ਕਿਧਰੇ ਆਲੇ ਦੁਆਲੇ ਕਿਤੇ ਕੋਈ ਗੱਲ ਇਸ ਲੈਵਲ ਦੀ ਹੁੰਦੀ ਆ ਔਰ ਬਲੈਂਕਟ ਰੋਕ ਬੜਾ ਮੁਸ਼ਕਿਲ ਕੰਮ ਲੱਗਦਾ ਹੈ ਜਿਹੜਾ ਉਸ ਪੰਦਰ ਦੇ ਉੱਤੇ ਬਾਕੀ ਤਾਂ ਕੋਰਟ ਦਾ ਦਰ ਹੈ ਉਹਨਾਂ ਨੇ ਦੇਖਣਾ ਕੀ ਕਰਨਾ ਕੀ ਨਹੀਂ ਕਰਨਾ ਰਾਹਤ ਮਿਲਦੀ ਹੈ ਨਹੀਂ ਮਿਲਦੀ ਕਿੰਨੀ ਮਿਲਦੀ ਹੈ ਪਰ politically kejriwal ਉਹਨਾਂ ਨੂੰ ਬੜਾ ਇੱਕ ਅੰਦਰੋਂ ਮੇਰੇ ਖਿਆਲ ਹੈ ਡਰ ਲਗਾਤਾਰ ਸਤਾ ਰਿਹਾ ਹੈ ਕਿ ਹੁਣ ਮੈਨੂੰ ਅੰਦਰ ਬੰਦ ਕਰਕੇ ਪੂਰਾ ਪਤਾ ਨਹੀਂ ਮੇਰਾ ਵੀ 6 ਮਹੀਨੇ ਲੱਗਣ ਸਾਲ ਲੱਗੇ ਕੀ ਆਏ ਕੀ ਨਹੀਂ ਆਏ ਇਹ ਬਹੁਤ ਬੜਾ ਇੱਕ ਚੈਲੰਜ ਹੈ ਔਰ ਬਾਕੀ ਦੇ ਸਾਥੀ ਸਾਥੀਆਂ ਬਾਰੇ ਸ਼ਾਇਦ ਉਹਨਾਂ ਦਾ ਨਜ਼ਰੀਆ ਪਹਿਲਾਂ ਇਹ ਹੋਵੇ ਕਿ ਕੋਈ ਨਹੀਂ ਜਾਣਦੇ ਹੋ ਆਪੀ ਜਮਾਨਤਾ ਹੋ ਜਾਣਗੀਆਂ ਛੇਤੀ ਜਮਾਨਤਾ ਹੋ ਜਾਣਗੀਆਂ ਉਹ ਕਹਿੰਦੇ ਰਹੇ ਦੇਖਿਓ ਕੋਰਟ ਦੇ ਵਿੱਚੋਂ ਅਸੀਂ ਆ ਜਾਣਾ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਅਜੇ ਤਾਂ ਕੋਰਟ ਤੇ ਟ੍ਰਾਇਲ ਹੀ ਨਹੀਂ ਚੱਲੇ ਮਤਲਬ ਇੰਨਾ ਲੰਮਾ ਸਮਾਂ ਉੱਥੇ ਨੇ ਤੇ ਜਿਹੜਾ ਸਵਾਲ ਪੀਐਮਐਲਏ ਦੀ ਸੈਕਸ਼ਨ 45 ਦਾ ਜਿਹੜੇ ਜਿਹਦੇ ਬਾਰੇ ਬੰਨਿਆ ਜਾਂਦਾ ਕਿ ਉਹ ਕਾਫੀ ਇਹਦੇ ਵਿੱਚ ਇੱਕ ਸਵਾਲ ਹਮਿੰਦਰ ਸਿੰਘ ਜੀ ਸਵਾਲ ਤੁਸੀਂ ਹੋਰ ਜਰਾ ਡਰੈਸ ਕਰ ਦਿਓ ਕਿ ਜਦੋਂ ਇਹ ਮਾਮਲਾ ਸੁਣਵਾਈ ਲਈ ਹਾਈ ਕੋਰਟ ਦੇ ਵਿੱਚ ਆਊਗਾ ਤਾਂ ਕੁਦਰਤੀ ਇਹ ਪੂਰੇ ਦਾ ਪੂਰਾ ਜਿੰਨਾ ਕੇਸ ਹੈ ਉੱਥੇ ਚਰਚਾ ਚਾਊਗਾ ਮਤਲਬ ED ਕੋਲ ਫ্রম ਦਾ ਵੈਰੀ ਬਿਗਨਿੰਗ ਸ਼ੁਰੂ ਤੋਂ ਲੈ ਕੇ ਜਦੋਂ CBI ਕੋਲੇ ਇਹ ਇਹ ਐਪਲੀਕੇਸ਼ਨ ਆਉਂਦੀ ਆ ਇਹ ਜਾਂਚ ਲਈ ਜਿਹੜੇ ਉੱਥੋਂ ਦੇ ਲੈਫਟੀਨੈਂਟ ਗਵਰਨਰ ਉੱਥੋਂ ਲੈ ਕੇ ED ਤੱਕ ਕੇਸ ਆਉਂਦੇ ਆ ਤੇ ਫਿਰ ਬੰਦਿਆਂ ਦੀਆਂ ਗ੍ਰਿਫਤਾਰੀਆਂ ਸੁਪਰੀਮ ਕੋਰਟ 'ਚ ਇਹ ਮਾਮਲਾ ਕਿੰਨੀ ਵਾਰੀ ਐਡਰੈਸ ਹੋਇਆ ਜਿਹੜੇ ਬੰਦੇ ਅੰਦਰ ਗਏ ਆ ਉਹਨਾਂ ਨੂੰ ਜਦੋਂ ਜ਼ਮਾਨਤਾਂ ਨਹੀਂ ਮਿਲੀਆਂ ਉਦੇ ਆਧਾਰ ਵੀ ਉੱਥੇ ਡਿਸਕਸ ਹੋਏ ਆ ਔਰ ਤੁਹਾਨੂੰ ਯਾਦ ਹੋਵੇ ਇੱਕ ਅਮਾਉਂਟ ਦਾ ਜ਼ਿਕਰ ਕਰਕੇ ਕਿ ਉਹਦੀ ਟ੍ਰੇਲ ਪਹਿਲੀ ਨਜ਼ਰੇ ਬਣਦੀ ਦਿਸਦੀ ਹੈ ਇਸ ਕਰਕੇ ਇਹਨਾਂ ਨੂੰ ਜਮਾਨਤ ਨਹੀਂ ਦਿੱਤੀ ਜਾ ਸਕਦੀ ਔਰ ਇਹ ਵੀ ਪੁੱਛਿਆ ਸੀ ਅਦਾਲਤ ਨੇ ਸੁਪਰੀਮ ਕੋਰਟ 'ਚ ਪੁੱਛਿਆ ਗਿਆ ਸੀ ਕਿ ਤੁਸੀਂ ਟ੍ਰਾਇਲ ਕਦੋਂ ਤੱਕ ਸ਼ੁਰੂ ਕਰ ਲੋਗੇ ਔਰ ਇਹ ਸਵਾਲ ਜਦੋਂ ਅੱਜ ਆਉਣਗੇ ਜੇਕਰ ਇਸ ਕਥਿਤ ਘਟਾਲੇ ਦੇ ਨੈਕਸਸ ਦੇ ਵਿੱਚ ਜੇ ਕੋਈ ਹੈ ਤਾਂ ਤਾਂ ਉਹਦੇ ਵਿੱਚ ਜੇ ਕੇਜਰੀਵਾਲ ਸਾਹਿਬ ਨੂੰ ਜੋੜਿਆ ਗਿਆ ਲਿੰਕ ਕੀਤਾ ਗਿਆ ਤਾਂ ਇਹ ਫਿਰ ਜੇ ਕੇਜਰੀਵਾਲ ਸਾਹਿਬ ਨੂੰ ਰਾਤ ਹਾਈ ਕੋਰਟ ਚੋਂ ਮਿਲ ਜਾਂਦੀ ਆ ਤਾਂ ਉਹਨਾਂ ਬੰਦਿਆਂ ਲਈ ਵੀ ਆਧਾਰ ਮੌਜੂਦ ਰਹਿ ਸਕਦੇ ਆ ਕਿ ਜੇ ਕੇਜਰੀਵਾਲ ਸਭ ਤੋਂ ਪਾਵਰਫੁਲ ਹੁੰਦਿਆ ਤੁਸੀਂ ਉਹਨਾਂ ਨੂੰ ਗ੍ਰਿਫਤਾਰੀ ਤੋਂ ਰਾਤ ਦੇ ਦਿੰਨੇ ਹੋ ਤਾਂ ਫਿਰ ਦੂਜੇ ਜਿਹੜੇ ਬੰਦੇ ਅੰਦਰ ਰੱਖਿਆ ਉਹ ਕਿਉਂ ਰੱਖਿਆ ਮੈਨੂੰ ਲੱਗਦਾ ਇਹ ਕੁਸ਼ਤੀ ਕਾਫੀ ਅਹਿਮ ਹੋਣ ਵਾਲੀ ਆ ਅਦਾਲਤ ਵਿੱਚ ਸੌਖਿਆ ਹਾਈ ਕੋਰਟ ਦੇ ਵਿੱਚੋਂ ਰਾਤ ਕੋਈ ਮਿਲ ਜੇ ਜਿਵੇਂ ਤੁਸੀਂ ਕਹਿ ਰਿਹਾ ਕਿ ਬਲੈਂਕਟ ਬੇਲ ਮਿਲ ਜੇ ਖੁੱਲੀ ਕੋਈ ਰਾਤ ਮਿਲ ਜੇ ਉਹ ਔਖਾ ਲੱਗ ਰਿਹਾ ਫਿਰ ਇਹ ਆਧਾਰ ਉਥੋਂ ਵਾਲੇ ਵੀ ਸੁਪਰੀਮ ਕੋਰਟ ਵਾਲੇ ਵੀ ਸਾਰੇ ਇੱਥੇ ਆਉਣਗੇ ਜਿੱ ਕੀ ਕਹਿੰਦੇ ਨੇ ਨਹੀਂ ਬਿਲਕੁਲ ਜਿਹੜਾ ਕੱਲ ਵੀ ਈਡੀ ਆਪਣਾ ਪੱਖ ਰੱਖਦੀ ਹੈ ਤੇ ਜਿਹੜਾ ਕੇਜਰੀਵਾਲ ਦਾ ਪੱਖ ਆਪਣਾ ਹੁੰਦਾ ਇਹਨਾਂ ਦੇ ਵਕੀਲ ਆਪਣਾ ਪੱਖ ਰੱਖਦੇ ਨੇ ਈਡੀ ਇਹ ਵੀ ਪੱਖ ਅਦਾਲਤ ਸਾਹਮਣੇ ਰੱਖੂਗੀ ਓਕੇ ਸਾਨੂੰ ਕਿਉਂ ਜ਼ਰੂਰਤ ਹੈ ਜੇ ਅਰੈਸਟ ਵੀ ਕਰਨਾ ਹੈ ਅਰੈਸਟ ਅਰੈਸਟ ਕਰਨਾ ਵੀ ਹੈ ਜਾਂ ਨਹੀਂ ਕਰਨਾ ਇਹ ਤਾਂ ਅਜੇ ਉਹਨੇ ਡਿਸਾਈਡ ਕਰਨਾ ਹੈ ਕਿ ਉਹ ਇਹ ਵੀ ਕਹਿ ਸਕਦੀ ਹੈ ਕਿ ਕੋਰਟ ਦੇ ਵਿੱਚ ਵੀ ਅਰੈਸਟ ਸਾਡੇ ਲਈ ਜ਼ਰੂਰੀ ਹੈ ਅਰੈਸਟ ਕਿਉਂ ਜ਼ਰੂਰੀ ਹੈ ਪਹਿਲਾਂ ਤਾਂ ਉਹ ਇਹੀ ਕਹੋਗੇ ਕਿ ਉਹ ਆਏ ਹੀ ਨਹੀਂ ਰਹੇ ਕਿ ਮੁੱਢਲੀ ਗੱਲਬਾਤ ਨਹੀਂ ਹੋ ਰਹੀ ਉਸ ਤੋਂ ਬਾਅਦ ਡਿਸਾਈਡ ਕਰਾਂਗੇ ਇਹ ਇਜਾਸੀ ਦਾ ਕੰਮ ਹੈ ਵੀ ਅਸੀਂ ਰੈਸਟ ਸਾਡੀ ਲੋੜ ਹੈ ਜਾਂ ਨਹੀਂ ਹੈ ਲੋੜ ਕਿ ਪਹਿਲਾਂ ਤਾਂ ਇਹ ਅਵੋਇਡ ਕਰ ਰਹੇ ਨੇ ਜਿਹੜੇ ਲੀਗਲ ਸਾਹਮਣੇ ਨੂੰ ਇਹ ਕਹਿੰਦੇ ਨੇ ਸਮਨ ਇਲਿਗਲ ਨੇ ਗੈਰਕਾਨੂੰਨੀ ਨੇ ਉਹ ਕਹਿੰਦੇ ਨੇ ਕਾਨੂੰਨੀ ਨੇ ਇੱਕ ਤਾਂ ਇਹ ਵੀ ਅਜੇ ਤੱਕ ਮਤਲਬ ਡਿਸਾਈਡ ਹੋਣਾ ਇਸ ਮਾਮਲੇ ਦੇ ਵਿੱਚ ਔਰ ਜੇ ਉਹ ਲੀਗਲ ਨੇ ਸਮਾਣਾ ਜਿਹੜਾ ਕਿ ਪਹਿਲਾਂ ਵੀ ਅਦਾਲਤ ਨੇ ਕਿਹਾ ਜਿੱਥੇ ਕੇਜਰੀਵਾਲ ਲੋਅਰ ਕੋਰਟ ਚ ਸ਼ਾਮਲ ਹੋਏ ਸੀ ਫਿਰ ਸੈਸ਼ਨ ਕੋਰਟ ਨੇ ਕਿਹਾ ਕਿ ਉੱਥੇ ਪੇਸ਼ ਕਰਕੇ ਪੇਸ਼ ਹੋ ਕੇ ਆਓ ਤੇ ਇਦੋਂ ਪਹਿਲਾਂ ਹਾਈ ਕੋਰਟ ਆ ਗਈ ਹੁਣ ਫੇਰ ਪਿਛਲੇ ਉਹਦੇ ਚ ਹਾਈ ਕੋਰਟ ਨੇ ਜਵਾਬ ਵੀ ਮੰਗ ਲਿਆ ਥੀ ਇਹ ਵੀ ਪੁੱਛਿਆ ਸੀ ਨਾ ਤੁਸੀਂ ਜਾਂਦੇ ਕਿਉਂ ਨਹੀਂ ਹੋ ਤੁਸੀਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਕਿਉਂ ਨਹੀਂ ਜਾ ਰਹੇ ਤੇ ਜਾਣਾ ਚਾਹੀਦਾ ਤੁਹਾਨੂੰ ਕਿ ਔਰ ਸ਼ਾਇਦ ਉਸ ਤੋਂ ਬਾਅਦ ਹੀ ਇਹਨਾਂ ਨੇ ਇਹ ਸਟ੍ਰੈਟਜੀ ਲਿਆ ਹੁਣ ਅਦਾਲਤ ਦੇ ਵਿੱਚ ਕਿ ਅਸੀਂ ਜਾਣ ਲਈ ਤਿਆਰ ਪਰ ਸਾਨੂੰ ਅਰੈਸਟ ਕਰਨ ਦਾ ਖਤਰਾ ਹੈ ਇਹ ਤੱਥ ਤੱਕ ਅਦਾਲਤਾਂ ਦੇ ਸਾਹਮਣੇ ਮੇਰਾ ਕਹਿਣਾ ਪਹਿਲਾਂ ਹਾਈ ਕੋਰਟ ਤੋਂ ਹੀ ਸੁਪਰੀਮ ਕੋਰਟ ਵੱਲ ਨੂੰ ਗਏ ਨੇ ਪਹਿਲਾਂ ਵਾਲਿਆਂ ਦੇ ਵੀ ਜਿਹੜੇ ਈਵਨ ਮਨੀਸ਼ ਸੁਸੋਦੀਆ ਜਾਂ ਬਾਕੀ ਜਿਹੜੀਆਂ ਉਹਨਾਂ ਦੇ ਜ਼ਮਾਨਤਾਂ ਲਾਈਆਂ ਸੀ ਉਹ ਜ਼ਮਾਨਤਾਂ ਵੀ ਹੇਠੋਂ ਪਹਿਲਾਂ ਡਿਸਟ੍ਰਿਕਟ ਫਿਰ ਹਾਈ ਕੋਰਟ ਫਿਰ ਸੁਪਰੀਮ ਕੋਰਟ 'ਚ ਗਏ ਨੇ ਤੱਥ ਤਾਂ ਇਹ ਨਹੀਂ ਪਤਾ ਕਿ ਹੁਣ ਉਸੇ ਬੈਂਚ ਕੋਲ ਸੀ ਜਾਂ ਹੋਰ ਪਰ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕੋਈ ਆਰਡਰ ਹੋ ਗਿਆ ਜਾਂ ਬਾਕੀ ਉਹ ਸਾਰਿਆਂ ਦੇ ਰੋਟੇ 'ਚ ਹੁੰਦਾ ਹੀ ਹੈ ਉਸ ਪੰਦਰ ਤੇ ਉਹ ਤਾਂ ਡਿਸਕਸ ਹੋਣ ਗਈ ਸਾਰੇ ਮਾਨਵੇ ਪਰ ਇੱਕ ਗੱਲ ਚੋਂ ਜਿਹੜਾ ਮਹਿਸੂਸ ਹੋ ਰਿਹਾ ਮੇਰੇ ਖਿਆਲ ਸੁਪਰੀਮ ਕੋਰਟ ਨੂੰ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਇੱਕ ਨਮਾ ਇਹਦੇ ਨਾਲ ਕੇਸ ਜੁੜੇ ਆ ਜਿਹੜੇ ਮੈਂ ਗੱਲ ਕਰ ਰਿਹਾ ਸੀ ਜੀ ਕਿ ਪੀਐਮਐਲਏ ਮਨੀ ਲਾਂਡਰਿੰਗ ਐਕਟ ਦਾ ਜਿਹੜਾ ਸੈਕਸ਼ਨ 45 ਹੈ 45 ਜਿਹਦੇ ਚ ਇੱਕ ਕਲੀਅਰ ਕਟਕਿਆ ਗਿਆ ਕਿ ਕਿਸੇ ਨੂੰ ਵੀ ਜ਼ਮਾਨਤ ਦੇਣ ਤੋਂ ਪਹਿਲਾਂ ਕੋਈ ਵੀ ਅਦਾਲਤ ਇਹ ਜ਼ਮਾਨਤ ਦਿੰਦੀ ਹੈ ਤਾਂ ਜਿਹੜੀ ਪ੍ਰੋਸੀਕਿਊਸ਼ਨ ਹੈ ਜਾਓ ਜਿਹੜੀ ਏਜੰਸੀ ਮਕਦਮਾ ਚਲਾ ਰਹੀ ਹੈ ਇਨਵੈਸਟੀਗੇਟ ਕਰ ਰਹੀ ਹੈ ਤੇ ਉਹਨੂੰ ਪੁੱਛਿਆ ਗਾਣਾ ਜ਼ਰੂਰੀ ਹੈ ਉਹਦੇ ਉਹਦੀ رائے ਲੈਣੀ ਜ਼ਰੂਰੀ ਹੈ ਹੁਣ ਉਹਦੇ ਚ ਕੀ ਕਰਦੇ ਨੇ ਜ਼ਮਾਨਤ ਮਿਲ ਕਿਉਂ ਨਹੀਂ ਰਹੀ ਜੇਕਰ ਆਪਾਂ ਅਦਾਲਤਾਂ ਦੀ ਗੱਲ ਕਰੀਏ ਤੇ ਉਹ ਕਹਿੰਦੇ ਰਿਹਾ ਜੇ ਸਾਡੇ ਕੋਲ ਹੋਰ ਇਨਵੈਸਟੀਗੇਸ਼ਨ ਦਾ ਹੈ ਅਸੀਂ ਅਗਲੀ ਹੈ ਜੇ ਚਲਾਨ ਪੂਰਾ ਨਹੀਂ ਇਹ ਹੈ ਇਹ ਚਾਰ ਸੀਟ ਪੂਰੀ ਨਹੀਂ ਹੈ ਕਰਦੇ ਕਰਦੇ ਉਹ ਟੁਕੜਿਆਂ ਦੇ ਵਿੱਚ ਇੱਕ ਲੰਮਾ ਸਮਾਂ ਲੰਘ ਜਾਂਦਾ ਹੈ ਜ਼ਮਾਨਤ ਨੂੰ ਉਹ ਸਾਰੇ ਮਾਮਲੇ ਦੇ ਵਿੱਚ ਟਰਾਇਲ ਹੀ ਨਹੀਂ ਜਾਂਦਾ ਇਹ ਉਹ ਜਿਹੀ ਗੱਲ ਬਣ ਗਈ ਜਿਵੇਂ ਕਿਹਾ ਜਾਂਦਾ ਹੁੰਦਾ ਨਾਰਮਲੀ ਕਿ ਸਜ਼ਾ ਤੋਂ ਪਹਿਲਾਂ ਹੀ ਇੰਨੀ ਸਜ਼ਾ ਮਿਲ ਜੇ ਜੇਲ੍ਹ ਚ ਰਹਿ ਜੇ ਬੰਦਾ ਟ੍ਰਾਇਲ ਤਾਂ ਪਤਾ ਨਹੀਂ ਉਹਦੇ ਚ ਤਾਂ ਸਜ਼ਾ ਮਿਲਨੀ ਆ ਜਾਂ ਨਹੀਂ ਮਿਲਨੀ ਤੇ ਉਹ ਪਹਿਲਾਂ ਹੀ ਸਜ਼ਾ ਇੰਨੀ ਹੋ ਜਾਂਦੀ ਹੈ ਕਿ ਬੰਦੇ ਨੂੰ ਜਦੋਂ ਜ਼ਮਾਨਤੇ ਨਹੀਂ ਜੇ ਸਾਲਾ ਮੰਦੀ ਤਾਂ ਆਟੋਮੈਟਿਕਲੀ ਇੱਕ ਕੈਦੀ ਹੋ ਗਈ ਸਜ਼ਾ ਹੋਗੀ ਔਰ ਸਾਡਾ ਜਿਹੜਾ ਐਕਚੁਅਲੀ ਕਾਨੂੰਨ ਦਾ ਬੇਸ ਹੈ ਬਸੇ ਕੰਟਰੀ ਦੇ ਵਿੱਚ ਉਹ ਜਿੰਨਾ ਚਿਰ ਸਜ਼ਾ ਨਹੀਂ ਹੋ ਜਾਂਦੀ ਅਦਾਲਤ ਮੰਨੋ ਉਨਾ ਚਿਰ ਉਹਨੂੰ નિર્ਦੋਸ਼ ਮੰਨਦਾ ਇਕਾਦੁਕਾ ਐਕਟ ਨੂੰ ਛੱਡ ਕੇ ਜਿਹੜੇ ਕੁਝ ਐਕਟ ਹੈ ਜੇ ਬਣਾ ਦਿੱਤੇ ਗਏ ਨੇ ਜਿੱਥੇ ਬੰਦੇ ਨੂੰ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨਾ ਪੈਂਦਾ ਔਰ ਬਾਕੀ ਜਿੰਨੇ ਵੀ ਐਕਟ ਹੋਰ ਨੇ ਉਹਨਾਂ ਨੂੰ ਡਰ ਕੋਨਿਨ ਮੰਨਿਆ ਜਾਂਦਾ ਉਹਨਾਂ ਨੂੰ ਕਨਸਟੀਟਿਊਸ਼ਨ ਡਿਸਪੀਟ ਦੇ ਖਿਲਾਫ ਮੰਨਿਆ ਜਾਂਦਾ ਜਿਹੜੇ ਹੈਗੇ ਨੇ ਦੂਜੇ ਕਾਨੂੰਨ ਉਹਦੇ ਚ ਜਿਹੜੀ ਇਨਵੈਸਟੀਗੇਟ ਕਰ ਰਹੀ ਏਜੰਸੀਆ ਉਹਨੂੰ ਸਾਬਤ ਕਰਨਾ ਪੈਂਦਾ ਕਿ ਬੰਦਾ ਦੋਸ਼ੀ ਹੈ ਬੰਦਾ ਤਾਂ ਆਟੋਮੈਟਿਕਲੀ નિર્ਦੋਸ਼ ਸਟੇਟ ਮੰਦੀ ਆ ਉਦੋਂ ਤੱਕ ਜਦੋਂ ਪਰ ਹੁਣ ਇਹ ਬੜਾ ਮਿਲਗੋਬਾ ਜਾ ਹੋ ਗਿਆ ਕੰਮ ਕਿ ਬੰਦਾ ਨਰਦੋਸ ਵਾਲੀ ਗੱਲ ਬਚੀ ਨਹੀਂ ਜਦੋਂ ਸਾਲਾਂ ਬੰਦੀ ਤੁਸੀਂ ਆ ਜੁਏਪੀਏ ਤੇ ਵੀ ਇਹੀ ਕਿਹਾ ਸੀ ਲਗਭਗ ਉਹ ਇਦੋਂ ਵੀ ਜ਼ਿਆਦਾ ਸਖਤ ਹੈ ਕਿ ਜਦੋਂ ਸਾਈ ਬਾਬਾ ਨੂੰ ਜ਼ਮਾਨਤ ਮਿਲੀ ਹੈ ਇੱਕ 90% ਹੈਡੀਕੈਪ ਬੰਦੇ ਨੂੰ ਔਰ ਏਜੰਸੀ ਜਿਹੜੀ ਹੈ ਸੀਬੀਆਈ ਇੱਥੇ ਵੀ ਗਈ ਹਾਈ ਕੋਰਟ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਵੀ ਪਰ ਉਹਨਾਂ ਨੇ ਨਹੀਂ ਸੁਣੀ ਕਿ ਨਹੀਂ ਇਹ ਨਹੀਂ ਹੋ ਸਕਦਾ ਇਹਦਾ ਮਤਲਬ ਤੁਸੀਂ ਕਿੰਨਾ ਚਿਰ ਕੋਈ ਲਿਮਟ ਹੋਣੀ ਚਾਹੀਦੀ ਹੈ ਕਿਸੇ ਬੰਦੇ ਨੂੰ ਟ੍ਰਾਇਲ ਚਲਾਏ ਬਿਨਾ ਆਰੋਧਤੇ ਕੋਈ ਕੋਰਟ ਦੇ ਵਿੱਚੋਂ ਸਜ਼ਾ ਹੋਏ ਬਿਨਾਂ ਤੁਸੀਂ ਕਿੰਨਾ ਚਿਰ ਰੱਖ ਸਕਦੇ ਹੋ ਕਿਸੇ ਬੰਦੇ ਨੂੰ ਅੰਦਰ ਜ਼ਮਾਨਤ ਉਹਦਾ ਮੋਡਲਾ ਇੰਨਾ ਕ ਅਧਿਕਾਰ ਹੁੰਦਾ ਹੁਣ ਇਹਦੇ ਤੇ ਵੀ ਜਦੋਂ ਸੁਪਰੀਮ ਕੋਰਟ ਦੇ ਵਿੱਚ ਇੱਕ ਸੁਣਵਾਈ ਹੋ ਰਹੀ ਹੈ ਪੀਐਮਐਲਏ ਤੇ ਵੀ ਉਹਨਾਂ ਨੇ ਪੁੱਛਿਆ ਇਸ ਜਿਹੜੀ ਏਜੰਸੀ ਨੂੰ ਈਡੀ ਨੂੰ ਵੀ ਕਿ ਤੁਸੀਂ ਕਿੰਨੇ ਕ ਚਲਾੜ ਪੇਸ਼ ਕਰਨੇ ਹੁੰਦੇ ਨੇ ਤੇ ਕਿਉਂ ਕਰਨੇ ਹੁੰਦੇ ਨੇ ਤੇ ਇੰਨਾ ਸਮਾਂ ਕਿਉਂ ਇੱਕੋ ਦਮ ਇਹ ਸਾਰਾ ਨਵੇੜ ਕੇ ਟਰਾਇਲ ਕਿਉਂ ਨਹੀਂ ਚਲਾਉਂਦੇ ਕੀ ਇਹਦੇ ਪਿੱਛੇ ਮਨਸਾ ਕੱਲੀ ਗਵਰਨਮੈਂਟ ਦੀ ਜਾਂ ਏਜੰਸੀ ਦੀ ਇਹੀ ਤਾਂ ਨਹੀਂ ਕਿ ਬੰਦੇ ਨੂੰ ਆਪਾਂ ਅੰਦਰ ਰੱਖੋ ਵਕਤ ਬਾਅਦ ਤੋਂ ਬਾਅਦ ਸਮੇਂ ਲਈ ਬਾਅਦ ਕੀ ਬਾਦ ਦੇ ਵਿੱਚ ਦੇਖਾਂਗੇ ਜਦੋਂ ਕੋਰਟ ਮਨਸਾ ਤੇ ਸਵਾਲ ਉਠਾਉਂਦੀ ਹੈ ਇਹਦਾ ਮਤਲਬ ਉਹ ਟੈਕਨੀਕਲੀ ਕਾਨੂੰਨ ਤੇ ਨਹੀਂ ਉਠਾ ਰਹੀ ਕਾਨੂੰਨ ਤਾਂ ਜੋ ਪਾਰਲੀਮੈਂਟ ਨੇ ਬਣਾਤਾ ਉਹ ਤਾਂ ਉਹਦੇ ਮੁਤਾਬਕ ਐਕਟ ਕਰ ਰਹੀ ਹੈ ਕੋਰਟ ਪਰ ਇਸ ਤੋਂ ਬਾਅਦ ਉਹ ਮਨਸਾ ਤੇ ਸਵਾਲ ਉਠਾ ਰਹੀ ਹੈ ਵੀ ਉਹ ਕਾਨੂੰਨ ਜਿਹੜੇ ਸੰਦਰਭ ਚ ਬਣਿਆ ਸੀ ਸ਼ਾਇਦ ਤੁਸੀਂ ਉਹਦੀ ਦੁਰਵਰਤੋਂ ਕਰਦੇ ਲੱਗ ਰਹੇ ਹੋ ਜਦੋਂ ਇਸ ਢੰਗ ਨਾਲ ਲਮਕਾ ਰਿਹਾ ਹਾਂ ਐਡੇ ਮਾਮਲੇ ਦੇ ਵਿੱਚ ਤੁਹਾਡੀ ਇਨਕੁਆਇਰੀ ਟਾਈਮ ਆਊਟ ਕਿਉਂ ਨਹੀਂ ਹੈ ਟਾਈਮ ਆਊਟ ਕਰਕੇ ਉਹਨੂੰ ਅੱਗੇ ਕਿਉਂ ਨਹੀਂ ਚਲਾਇਆ ਜਾਂਦਾ ਆਪਾਂ ਵੀ ਬੜੀ ਬਾਰ ਦੇਖੇ ਨੇ ਬੜੇ ਇੱਕ ਨੂੰ ਕੋਈ 10 10 ਚਾਰ ਸੀਟਾਂ 8 8 ਚਾਰ ਸੀਟਾਂ ਕਦੇ ਸੁਣੀਆਂ ਨੇ ਮਤਲਬ ਉਹ ਬਹੁਤ ਹੁੰਦਾ ਸੀ ਜਦੋਂ ਇੱਕ ਇੱਕ ਹੋ ਗਈ ਟ੍ਰਾਇਲ ਚੱਲ ਪਈ ਪਰ ਜੇ ਉਹਨਾਂ ਨੂੰ ਲੱਗੇ ਕਿ ਸਾਨੂੰ ਕੁਝ ਨਵਾਂ ਮਿਲੇ ਆ ਤਾਂ ਨਵੇਂ ਸਿਰੇ ਉਹ ਅਦਾਲਤ ਜਾਂਦੇ ਸੀ ਵੀ ਸਾਨੂੰ ਕੁਝ ਹੋਰ ਫੈਕਟ ਮਿਲੇ ਨੇ ਜੀ ਅਸੀਂ ਅਦਾਲਤ ਸਾਹਮਣੇ ਰੱਖਣਾ ਚਾਹੁੰਦੇ ਆ ਤੇ ਅਦਾਲਤ ਉਹਨਾਂ ਨੂੰ ਵੀ ਕਹਿ ਦਿੰਦੀ ਆ ਕਿ ਠੀਕ ਹੈ ਜੀ ਨਾਮੇ ਰੱਖੇ ਜਾ ਸਕਦੇ ਨੇ ਨਾਲ ਅਟੈਚ ਕੀਤੇ ਜਾ ਸਕਦੇ ਨੇ ਪਰ ਇਹ ਜਿਹੜਾ ਕਰਨਾ ਉਹਨਾਂ ਚ ਇਹ ਕਾਫੀ ਇਹਦੀਆਂ ਦੋਏ ਪਾਸੇ ਨੇ ਔਰ ਇੱਕ ਤਾਂ ਇਹ ਕੋਈ ਵੀ ਪਾਰਟੀ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਬਾਕੀ ਧਰਾਨੇ ਜਿਹੜੀਆਂ ਵਿਰੋਧੀ ਵੀ ਨੇ ਉਹਨਾਂ ਨੇ ਕਹਿੰਦੇ ਇਹ ਸਵਾਲ ਨਹੀਂ ਉਠਾਏ ਮੈਨੂੰ ਲੱਗਦਾ ਪੀਐਮਐਲਏ ਤੇ ਵੀ ਪਾਰਲੀਮੈਂਟ ਚ ਵੀ ਕਿਤੇ ਵੀ ਕਿ ਇਸ ਐਕਟ ਦੀਆਂ ਇਹ ਧਰਾਵਾਂ ਡਰਕ ਹੋਣੀਆਂ ਨੇ ਜਿਹੜਾ ਫਸੂਗਾ ਉਹ ਫੇਸ ਕਰੂਗਾ ਇਹਨੂੰ ਜਮਾਨਤ ਅੱभी ਨਹੀਂ ਦੇਊਗਾ ਜਨਾਚਰ ਪ੍ਰੋਸੀਕਿਊਸ਼ਨ ਅਥਾਰਟੀ ਕਹਿੰਦੀ ਇਹ ਕਿੱਥੋਂ ਦਾ ਰਸੂਲ ਹੋ ਗਿਆ ਸਾਡੇ ਕਦੇ ਬੁਨਿਆਦੀ ਸਵਾਲ ਨਹੀਂ ਉੱਠਦੇ ਅਸਲ 'ਚ ਜਦ ਬੰਦਾ ਫਸਦਾ ਉਦੋਂ ਹੀ ਠਾਉਂਦਾ ਉਹ ਤੇ ਨਹੀਂ ਤਾਂ ਇਹ ਇਹ ਡਿਬੇਟਾ ਹੋਣੀ ਚਾਹੀਦੀ ਆ ਰਿਪੋਰਟ 'ਚ ਹਿਊਮਨ ਰਾਈਟਸ ਦੇ ਐਂਗਲ ਤੋਂ ਬੰਦੇ ਦੀ ਜਿਹੜੀ ਪਰਸਨਲਿਟੀ ਡਿਗਨਿਟੀ ਐ ਸਵੈਮਾਨ ਐ ਨਾਗਰਿਕ ਦਾ ਰਾਈਟ ਨੇ ਇਹਦੇ ਪੱਖ ਤੋਂ ਉਹ ਗੱਲਾਂ ਅਸੀਂ ਘੱਟ ਹੀ ਕਰਦੇ ਆਂ ਜਦ ਪੁੱਛਦੇ ਆ ਉਦੋਂ ਕੋਰਟ ਜਾਂਦੇ ਆ ਹਾਂ ਜਿਹੜੇ ਸਮਰੱਥਾਬਾਰਗ ਬੰਦੇ ਨੇ ਤਾਂ ਚਲੋ ਫਿਰ ਵੀ ਕੋਰਟ ਚਲੇ ਜਾਂਦੇ ਨੇ ਕੋਰਟ ਸੁਣਦੇ ਪਰ ਬਹੁਤ ਬੰਦੇ ਵਿਚਾਰੇ ਐਵੇਂ ਵੀ ਜਿਵੇਂ ਮੈਂ ਗਰੈਭਾਤਰੀ ਨੂੰ ਸੁਣਿਆ ਕੱਲ ਜਿਹੜੀ ਉਹਨਾਂ ਦੇ ਇੰਟਰਵਿਊ ਸੀ ਇੱਕ ਗੱਲ ਇਸੇ ਮਾਮਲੇ ਨਾਲ ਰਿਲੇਟਡ ਉਹ ਕਹਿੰਦੇ ਨੇ ਵੈਸੇ ਹੀ ਕਹਿ ਰਹੇ ਨੇ ਜੀ ਇਹ ਪਾਰਲੀਮੈਂਟ ਤੇ ਪੀਐਮਐਲ ਇਹ ਨਾਲ ਲਾਗੂ ਹੋ ਗਿਆ ਉਹ ਕਹਿੰਦੇ 95 90 ਤੋਂ 95% ਬੰਦੇ ਤਾਂ ਸਿਆਸਤ ਜਿਨ੍ਹਾਂ ਉਹ ਨੇ ਜਿਹੜਿਆਂ ਦਾ ਸਿਆਸਤ ਨਾਲ ਕੋਈ ਸੰਬੰਧ ਹੀ ਨਹੀਂ ਹੈ ਉਹ ਫੜੇ ਹੋਏ ਨੇ ਜਿਹੜੇ ਈਡੀ ਨੇ ਫੜੇ ਨੇ ਇਹਦਾ ਮਤਲਬ ਹੋਰ ਕਿੰਨੇ ਬੰਦੇ ਹੋਣਗੇ ਸਿਆਸਤਦਾਨਾਂ ਦਾ ਰੌਲਾ ਜਿਆਦਾ ਪੈ ਜਾਂਦਾ ਉਹਨਾਂ ਦਾ ਰੌਲਾ ਨਹੀਂ ਪੈ ਰਿਹਾ ਉਹਨਾਂ ਚੋਂ ਵੀ ਸਾਰੇ ਬੰਦੇ ਇਸ ਦੈਰੇ ਚ ਦੋਸ਼ੀ ਨੇ ਜਾਂ ਨਹੀਂ ਹੈ ਇਹਦਾ ਟ੍ਰਾਇਲ ਚੱਲਣ ਤੋਂ ਬਾਅਦ ਪਤਾ ਲੱਗਣਾ ਪਰ ਇਹ ਮਾਮਲੇ ਬਹੁਤ ਉਜੜ ਭਰਪੂਰ ਕਈ ਐਕਟ ਇਹੋ ਜੇ ਬਣ ਗਏ ਨੇ ਹੁਣ ਕੇਜਰੀਵਾਲ ਸਾਹਿਬ ਨੇ ਦੇਖਣਾ ਜੇ ਉਹ ਅੰਦਰ ਚਲੇ ਗਏ ਬਾਕੀ ਉਹਨਾਂ ਦਾ ਡਰ ਤਾਂ ਠੀਕ ਹੈ ਜੇ ਸਾਲ ਤੱਕ ਨਹੀਂ ਆਉਂਦੇ ਤਾਂ ਪਾਰਟੀ ਦਾ ਕੀ ਬਣੂਗਾ ਪਿੱਛੇ ਰਹਿ ਕੌਣ ਜਾਊਗਾ ਕਿਹਦੇ ਗੜਨਾ ਫਿਰ ਸੁਪਰੀਮੋ ਕੌਣ ਬਣਜੂ ਕਿਤੇ ਲੜਾਈ ਨਾ ਪੈ ਜੇ ਪਿੱਛੇ ਜਾ ਕੇ ਜੇਲ੍ਹ 'ਚ ਰਹਿੰਦੇ ਹੋਏ ਪੋਲਿਟਿਕਲ ਬੰਦੇ ਦੀਆਂ ਇਹ ਚਿੰਤਾਵਾਂ ਵੀ ਤਾਂ ਹੁੰਦੀਆਂ ਹੀ ਨੇ ਨਾ ਕਿੰਨੀਆਂ ਜ਼ਿਆਦਾ ਇਹ ਤਾਂ ਹੈ ਹੀ ਐ ਔਰ ਮੋਰਓਵਰ ਇਹ ਵੀ ਹੈ ਕਿ ਕੇਜਰੀਵਾਲ ਸਾਹਿਬ ਨੂੰ ਡਰਨਾ ਨਹੀਂ ਚਾਹੀਦਾ ਜਿਹੜੀ ਇਹ ਸੁਪਰੀਮ ਕੋਰਟ ਚ ਸੁਣਵਾਈ ਹੋ ਰਹੀ ਆ ਕਿ ਕਿੰਨਿਆਂ ਤੱਕ ਤੁਸੀਂ ਸਪਲੀਮੈਂਟਰੀ ਚਲਾਨ ਪੇਸ਼ ਕਰੋਗੇ ਚਾਰ ਸ਼ੀਟ ਪੇਸ਼ ਕਰੋਗੇ ਔਰ ਕਦੋਂ ਤੱਕ ਤੁਸੀਂ ਇਹ ਜਿਹੜੇ ਡਿਲੇ ਕਰਕੇ ਟ੍ਰਾਇਲ ਤੇ ਬੰਦਿਆਂ ਨੂੰ ਅੰਦਰ ਰੱਖ ਸਕਦੇ ਹੋ ਆਪਣੇ ਤਾਂ ਇੱਥੇ ਆਮ ਹੀ ਮਸ਼ਹੂਰ ਸੀਗਾ ਕਿ ਜੇ ਚਾਰਜ ਸ਼ੀਟ ਦਾਖਲ ਨਾ ਹੋਈ ਤਾਂ ਬੰਦੇ ਦੀ ਜ਼ਮਾਨਤ ਪੱਕੀ ਵੱਖ-ਵੱਖ ਕੇਸਾਂ ਚ ਪੰਜਾਬ ਚ ਇਹ ਗੱਲ ਮੰਨੀ ਜਾਂਦੀ ਸੀ ਫਿਰ ਕੀ ਨਵੇਂ ਰਸਤੇ ਕੀ ਕੱਢ ਲਏਗੇ ਕਿ ਇੱਕ ਅੰਤ੍ਰਿਮ ਚਾਰਜ ਸ਼ੀਟ ਪੇਸ਼ ਕਰ ਦਿਓ ਜੀ ਮਢਲੀ ਕਰ ਦਿਓ ਤਾਂ ਕਿ ਗੱਲ ਤੁਰ ਪੇ ਅਗਲੇ ਦਾ ਹੱਕ ਮਾਰਿਆ ਜਾਂਦਾ ਜਮਾਨਤ ਲੈਣ ਦਾ ਮੁੜ ਕੇ ਭਾਵੇਂ 5 7 ਹੁਣ ਸਾਡੇ ਬੇਦਬੀ ਮਾਮਲੇ ਐਸ ਕੁਝ ਦੇਖੋ ਨਾ ਜਿਹੜੀ ਬੇਦਬੀ ਮਾਮਲਿਆਂ ਤੋਂ ਬਾਅਦ ਗੋਲੀकांड ਹੋਇਆ ਹੁਣ ਕੋਟਕਪੂਰਾ ਮਾਮਲੇ ਦੇ ਵਿੱਚ ਕਿੰਨੀ ਆ ਸਪਲੀਮੈਂਟਰੀ ਚਲਾਨ ਪੇਸ਼ ਹੋਇਆ ਚਾਰਜ ਜਦੋਂ ਕੁਮਰ ਵਿਦੇ ਪ੍ਰਤਾਪ ਕਰ ਰਹੇ ਸੀ ਪ੍ਰਬੋਧ ਕੁਮਾਰ ਵਾਲੀ ਐਸ ਆਈ ਟੀ ਦੀ ਵਿੱਚ ਕੰਮ ਉਹਨਾਂ ਨੇ 9 10 ਤਾਂ ਉਹਨਾਂ ਨੇ ਹੀ ਪੇਸ਼ ਕੀਤੀਆਂ ਸੀਗੀਆਂ ਕਿਉਂ ਨਹੀਂ ਤੁਸੀਂ ਪੂਰੀ ਤਿਆਰੀ ਕਰਕੇ ਦੋਆ ਤਿੰਨਾਂ ਚ ਕੰਮ ਨਬੈਟ ਦਿੰਦੇ ਸਪਲੀਮੈਂਟਰੀ ਦਾ ਮਤਲਬ ਹੁੰਦਾ ਕਿ ਜਿਹੜੀ ਕੋਈ ਤੁਸੀਂ ਪਹਿਲਾਂ 5400 ਰੁਪਏ ਦੀ ਕੀਤੀ ਉਹਦੇ ਨਾਲ ਤੁਸੀਂ 10 ਪੇਜ ਜਾਂ 5 ਪੇਜ ਜੋੜ ਦਿਓ ਇਹ ਨਾ ਹੁੰਦਾ ਕਿ ਕਿਸੇ ਵੇਲੇ ਪਹਿਲੀ 200 ਰੁਪਏ ਦੀ ਤੇ ਅਗਲੀ 1000 ਰੁਪਏ ਦੀ ਆਉਂਦੀ ਹੈ ਜੀ ਸੋ ਮੈਨੂੰ ਲੱਗਦਾ ਕਿ ਇਹ ਐਡਰੈਸ ਹੋਣੇ ਚਾਹੀਦੇ ਮਾਮਲੇ ਤੁਸੀਂ ਠੀਕ ਕਿਹਾ ਕਿ ਕੇਜਰੀਵਾਲ ਸਾਹਿਬ ਫੋਨ ਕਰਦੇ ਆ ਆਪਣੀ ਵਿਧਾਨ ਸਭਾ ਚ ਕਿਉਂ ਨਹੀਂ ਕਰਦੇ ਪੰਜਾਬ ਦੇ ਵਿੱਚ ਕਿਉਂ ਨਹੀਂ ਇਹ ਮਾਮਲੇ ਉਹਨਾਂ ਦੇ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ 10 ਬੰਦੇ ਨੇ ਰਾਜ ਸਭਾ ਦੇ ਵਿੱਚ ਕਿਉਂ ਨਹੀਂ ਗੱਪ ਪਾਉਂਦੇ ਉੱਠ ਕੇ ਇਹ ਮਾਮਲੇ ਕਿਉਂ ਨਹੀਂ ਉਠਾਉਂਦੇ ਕਿਆ ਚੀਜ਼ਾਂ ਨੁਕਸਾਨ ਕਰ ਰਹੀਆਂ ਖੇਤਰੀ ਪਾਰਟੀਆਂ ਹੋਰ ਪਾਰਟੀਆਂ ਵਿਰੋਧੀ ਦਲ ਜਿਹੜੇ ਨੇ ਜਿਹੜੇ ਜਿਹੜੇ ਕਹਿੰਦੇ ਸਾਡੇ ਤੇ ਇਹ ਏਜੰਸੀਆਂ ਦਾ ਹਥੌੜਾ ਚਲਾਇਆ ਜਾਂਦਾ ਉਹ ਕਿਉਂ ਨਹੀਂ ਪਾਰਲੀਮੈਂਟ ਦੇ ਵਿੱਚ ਸਾਰਾ ਕੁਝ ਰੋਕ ਲੈਂਦੇ ਕਿਉਂ ਨਹੀਂ ਉਹ ਇਹ ਗੱਲਾਂ ਕਰਦੇ ਉੱਥੇ ਜਾ ਕੇ ਤੇ ਸਾਰੇ ਦੰਦਲ ਪੈ ਜਾਂਦੀ ਹੈ ਸੋ ਮੈਂ ਨਾਲ ਦੀ ਨਾਲ ਆਪਾਂ ਜਦੋਂ ਵਿਦਵੀ ਮਾਮਲੇ ਆ ਤੇ ਆਏ ਆ ਤਾਂ ਮੈਂ ਤੁਹਾਡੇ ਕੋ ਹਾਈ ਕੋਰਟ ਦੇ ਵਿੱਚ ਡੇਰਾ ਸਿਰਸਾ ਦੇ ਮੁਖੀ ਵੱਲੋਂ ਜਿਹੜੀ ਪਲੀ ਲਈ ਗਈ ਆ ਕਿ ਇਹ ਮਾਮਲੇ ਸੀਬੀਆਈ ਤੋਂ ਵਾਪਸ ਨਹੀਂ ਸੀ ਲੈਣੇ ਚਾਹੀਦੇ ਇਹ ਉਹਨਾਂ ਨੂੰ ਹੀ ਦਿੱਤੇ ਜਾਣ ਉੱਥੋਂ ਜਾਂਚ ਕਰਾਈ ਜਾਵੇ ਇਹ ਮਾਮਲਾ ਹੁਣ ਥੋੜਾ ਜਿਹਾ ਵੱਡਾ ਹੋ ਗਿਆ ਵਿਧਾਨ ਸਭਾ ਦੇ ਅਧਿਕਾਰ ਖੇਤਰ ਤੇ ਵੀ ਕੁਐਸਚਨ ਆ ਗਿਆ ਉਹ ਚਾਰ ਸਵਾਲ ਜਿਹੜੇ ਚਾਰ ਸਵਾਲ ਕੀਤੇ ਗਏ ਇਸ ਮੌਕੇ ਤੇ ਹਾਈ ਕੋਰਟ ਦਾ ਜਿਹੜਾ ਬੈਂਚ ਸੁਣ ਰਿਹਾ ਸੀ ਉਹਨੇ ਇਹਨੂੰ ਵੱਡੇ ਬੈਂਚ ਵੱਲ ਰੈਫਰ ਕੀਤਾ ਪਰ ਸਵਾਲਾਂ ਦੇ ਨਾਲ ਕੀਤਾ ਤੇ ਨਾਲ ਹੀ ਦੂਜਾ ਸਵਾਲ ਸਾਡੇ ਮੁੱਖ ਮੰਤਰੀ ਹੋਂ ਤੱਕ ਚੀਫ ਜਸਟਿਸ ਕੋਲ ਜਾਂ ਕੋਈ ਜਿਹੜਾ ਵੀ ਜਿਹੜੀ ਵੀ ਕੋਈ ਅਥਾਰਟੀ ਉਹਦੇ ਕੋਲ ਕਿਉਂ ਨਹੀਂ ਗਏ ਕਿ ਤੁਸੀਂ ਇਹਨੂੰ ਸਪੀਡ ਅਪ ਕਰਕੇ ਫਾਸਟ ਟਰੈਕ ਤੇ ਲਿਆ ਕੇ ਡੇ ਬਾਈ ਡੇ ਦੇ ਆਧਾਰ ਤੇ ਸਮਾਈ ਕਿਉਂ ਨਹੀਂ ਕੀਤੀ ਜਾਂਦੀ ਬਸ ਇਹਦਾ 9 ਸਾਲ ਹੋਣ ਨਾਲ ਲੱਗ ਭਾਗ 9 ਸਾਲ ਤੋਂ ਅਜੇ ਮਾਮਲੇ ਨਾ ਹੀਠੇ ਹੀ ਤੁਰੇ ਫਿਰਦੇ ਨੇ ਕਿਤੇ ਉਹ ਤਾਂ ਬਾਅਦ ਦੀ ਗੱਲ ਹੈ ਜੇ ਟ੍ਰਾਇਲ ਕੋਰਟ 'ਚ ਵੀ ਹੁਣ ਸੁਣਵਾਈਆਂ ਹੋਈਆਂ ਨੇ ਇੱਕ ਦੋ ਕੇਸਾਂ ਦੀਆਂ ਤਾਂ ਇੰਨੇ ਲੰਮੇ ਸਮੇਂ 'ਚ ਕਈ ਚੋਣਾ ਵੀ ਜਿਤਰੀਆਂ ਕੰਜਾਂ ਨੇ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਵੀ ਜਿੱਤੇ ਅਸੀਂ ਵੀ ਜਲਦੀ ਅਸੀਂ ਇਹਦਾ ਨਿਆਂ ਲੈ ਕੇ ਦੇਾਂਗੇ ਤੇ ਉਸ ਤੋਂ ਬਾਅਦ ਮੋਰਚੇ ਵੀ ਲੱਗੇ ਮੋਰਚਿਆਂ ਦੇ ਵਿੱਚ ਵੀ ਕੋਈ ਵਾਅਦੇ ਹੋਏ ਜਾਂ ਨਾ ਹੋਏ ਜੜੀਆਂ ਵੀ ਹੋਈਆਂ ਔਰ ਹੁਣ ਇਹਨਾਂ ਨੇ ਵੀ ਕਿਹਾ ਸੀ ਕਿ ਅਸੀਂ ਜ਼ਰੂਰ ਕਰਾਂਗੇ ਸਪੀਕਰ ਸਾਹਿਬ ਤਾਂ ਬੋਲ ਕੇ ਆਏ ਸੀ ਉੱਥੇ ਜਾ ਕੇ ਕਿ ਧਰਨੇ 'ਚ ਬੈਠ ਜਾਗੇ ਚਲੋ ਧਰਨਾ ਹੀ ਉੱਠ ਗਿਆ ਉਹ ਤਾਂ ਅਲੱਗ ਗੱਲ ਹੈ ਤੇ ਇਹ ਜਿਹੜੇ ਸਵਾਲ ਨੇ ਕਾਫੀ ਕੰਪਲਿਕੇਟਿਡ ਤੇ ਉਲਝੇ ਹੋਏ ਸਵਾਲ ਨੇ ਹੁਣ ਉਦੋਂ ਜਦੋਂ ਬਹੁਤ ਵੱਡਾ ਬਿਵਾਲ ਹੋਇਆ 2015 'ਚ ਹੋ ਗਿਆ ਸੀਗਾ ਉਦੋਂ ਬਹੁਤ ਅਕਾਲੀ ਬੀਜੇਪੀ ਗਵਰਨਮੈਂਟ ਨੂੰ ਮੁਸ਼ਕਲ ਹੋ ਗਿਆ ਕੀਤਾ ਕੀ ਜਾਏ ਉਹਨਾਂ ਨੇ ਫਿਰ ਫਟਾਫਟ ਉਹਨਾਂ ਡਿਮਾਂਡ ਦੇ ਉੱਤੇ ਉਹਨਾਂ ਨੇ ਆਪਣੇ ਕੋਲ ਇਹ ਲਾਉਣਾ ਚਾਹਿਆ ਵੀ ਕੀ ਕੀਤਾ ਜਾਏ ਹੁਣ ਇੱਕ ਵਾਰ ਸ਼ਾਂਤ ਮਾਹੌਲ ਹੋਣਾ ਬੜਾ ਮੁਸ਼ਕਲ ਹੈ ਡੀਜੀਪੀ ਵੀ ਬਦਲੇ ਆ ਜਾਂਚ ਰਸਤਾਤੀ ਜਸਤਰ ਜੋਰਾ ਸਿੰਘ ਦੀ ਵੀ ਇਹ ਮਾਮਲੇ ਦੀ ਇਹਦੀ ਇਹ ਜਾਂਚ ਕਰਨਗੇ ਜੀ ਫਿਰ ਉਹ ਕਹਿੰਦੇ ਵੀ ਜੇ ਸਾਡੇ ਤੇ ਯਕੀਨ ਨਹੀਂ ਚਲੋ ਸੀਬੀਆਈ ਨੂੰ ਹੀ ਦੇ ਦਿੰਦੇ ਆ ਸੀਬੀਆਈ ਨੂੰ ਦੇਤਾ ਤਾਂ ਕਿ ਉਹ ਉਹਨਾਂ ਨੇ ਉਦੋਂ ਕਿਹਾ ਚਾਹਣਾ ਚਾਹਿਆ ਵੀ ਚਲੋ ਜਿਹੜਾ ਮਾਮਲਾ ਹੁਣ ਬਿਲਕੁਲ ਉੱਠ ਗਿਆ ਐਡਾ ਵੱਡਾ ਉੱਠ ਗਿਆ ਭਾਵਨਾਦਮ ਭਾਵਨਾਵਾਂ ਦਾ ਵੇਗ ਪੰਜਾਬ ਚ ਮਗਨ ਲੱਗ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਕੀਤੀ ਔਰ ਉਦੋਂ ਆਏ ਵੀ ਕਾਫੀ ਬੰਦੇ ਇੱਥੇ ਮੇਰੇ ਜਿਆਦਾ ਚੰਡੀਗੜ੍ਹ ਦੇ ਵਿੱਚ ਉਸੇ ਕਾਰਡ ਨੂੰ ਲੈ ਕੇ ਕਈ ਪ੍ਰਚਾਰਕ ਬਾਬੇ ਵੀ ਤੇ ਹੋਰ ਵੀ ਉਹਨਾਂ ਦੀ ਅਗਵਾਈ 'ਚ ਖੂਨ ਦੇ ਪਿਆਲੇ ਲੈ ਕੇ ਸਰੰਜਾ ਨਾਲ ਖੂਨ ਕੱਢ ਕੇ ਆਏ ਸੀਗੇ ਕਿ ਜੀ ਸਾਡਾ ਜਿਆ ਖੂਨ ਪੀਣਾ ਲੈਣਾ ਬੰਦੇ ਮਾਰਨੇ ਨੇ ਤਾਂ ਲੈ ਲਓ ਅਸੀਂ ਦੇ ਦਿੰਦੇ ਆ ਕੱਢ ਕੇ ਜਿਹੜਾ ਮਰਜੀ ਤੇ ਉਦੋਂ ਤੋਂ ਸੀਬੀਆਈ ਨੂੰ ਦੇਤਾ ਇੱਕ ਵਾਰ ਇੱਕ ਮਾਮਲਾ ਤਾਂ ਔਰ ਉਸ ਮਾਮਲੇ ਦੇ ਵਿੱਚ ਪਹਿਲਾਂ ਫਟਾਫਟ ਦੋ ਸਿੱਖ ਨੌਜਵਾਨ ਲਿਆਂਦੇ ਪ੍ਰੈਸ ਉੱਥੇ ਪੁਲਿਸ ਹੈੱਡ ਕੁਆਟਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਬਣਾ ਲਈ ਪਰ ਪਤਾ ਲੱਗਿਆ ਕਿ ਉਹ ਤਾਂ ਵਿਚਾਰੇ ਵੈਸੇ ਹੀ ਫਸ ਗਏ ਉਹ ਉਹ ਫਿਰ ਬੈਡਰਾਪ ਹੋਇਆ ਸਾਰੇ ਦਸਾਰਾ ਮਾਮਲਾ ਕੁਟਮਾਰ ਹੋਈ ਉਹਨਾਂ ਦੀ ਕਾਫੀ ਸਾਰਾ ਕੁਝ ਹੋਇਆ ਪਰ ਉਸ ਤੋਂ ਬਾਅਦ ਉਹ ਪਿੱਛੇ ਹਟ ਗਏ ਔਰ ਐਸੇ ਕਰਕੇ ਜਿਹੜੇ ਮਾਮਲੇ ਦੇ ਵਿੱਚ ਫਿਰ ਇਹ ਹੁਣ ਆਏ ਨੇ ਕੈਪਟਨ ਅਮਰਿੰਦਰ ਸਿੰਘ ਹੁਣ ਹੀ ਆਏ ਉਹਨਾਂ ਨੇ ਜੋਰ ਲਾਇਆ ਫਿਰ ਹੜਕੀ ਕੀਤਾ ਜਾਏ ਜੀ ਹੁਣ ਆਪਾਂ ਸੀਬੀਆਈ ਤੋਂ ਵਾਪਸ ਲਓ ਪਹਿਲਾਂ ਤਾਂ ਜਾਂਚ ਸੀ ਉਹਦਾ ਕੀ ਤਰੀਕਾ ਅਪਣਾਇਆ ਉਹਦਾ ਤਰੀਕਾ ਇਹ ਅਪਣਾ ਲਿਆ ਕਿ ਵਿਧਾਨ ਸਭਾ ਦੇ ਵਿੱਚ ਗ੍ਰੈਜੂਏਸ਼ਨ ਲਿਆਂਦਾ ਵਿਧਾਨ ਸਭਾ ਨੇ ਰੈਗੂਲੇਸ਼ਨ ਕਰਤਾ ਉਤੋਂ ਤੱਕੀਦ ਕਰਵਾਲੀ ਆਪਣੀ ਸਰਕਾਰ ਨੂੰ ਕਿ ਇਹ ਵਿਧਾਨ ਸਭਾ ਦੀ ਬਿੱਲ ਹੈ ਤੇ ਤੁਸੀਂ ਇਹ ਮਾਮਲਾ ਸੀਬੀਆਈ ਤੋਂ ਬੈਡਰਾ ਕਰੋ। ਸੀਬੀਆਈ ਕੋਰਟ 'ਚ ਵੀ ਗਈ ਇਸ ਮਾਮਲੇ ਤੇ ਉਹ ਤਿਆਰ ਨਹੀਂ ਸੀ ਵਾਪਸ। ਇਹ ਵੀ ਨਹੀਂ ਪਤਾ ਹੁਣ ਏਜੰਸੀ ਦਾ ਕੀ ਇੰਟਰਸਟ ਸੀਗਾ ਜਾਂ ਨਹੀਂ ਸੀਗਾ। ਉਹਨੇ ਲੜਾਈ ਲੜੀ ਕੈਸੀ ਨਹੀਂ। ਪਰ ਅਲਟੀਮੇਟ ਜਾ ਕੇ ਇਹ ਹੋ ਹੀ ਗਿਆ ਕਿ ਸੀਬੀਆਈ ਤੋਂ ਉਹਨਾਂ ਨੇ ਬੈਡਰਾ ਕਰਕੇ ਆਪਣੀ ਜਾਂਚ ਐਸਆਈਟੀ ਜਾਂ ਉਸ ਲੈਵਲ ਦੀ ਮਤਲਬ ਕਰਤੀ। ਔਰ ਇਹ ਵੀ ਆਪਾਂ ਨੂੰ ਪਤਾ ਕਿ ਸੀਬੀਆਈ ਨੇ ਤਾਂ ਆਪਣੇ ਉਸੇ ਸਮੇਂ ਦੇ ਦੌਰਾਨ ਕਲੋਜ਼ਰ ਰਿਪੋਰਟ ਸਬਮਿਟ ਕਰਤੀ ਸੀ ਕੋਈ ਦੋਸ਼ੀ ਨਹੀਂ ਕੋਈ ਕੁੰਜ ਨਹੀਂ ਤਾਂ ਕੋਈ ਤਾਂ ਹੋਊਗਾ ਫਿਰ ਜੇ ਭਾਈ ਇੱਕ ਨਹੀਂ ਮਿਲਿਆ ਤਾਂ ਦੂਜਾ ਹੋਊਗਾ ਇਹ ਸੀਬੀਆਈ ਦੀ ਜਾਂਚ ਤੋਂ ਹੋਏ ਵੀ ਕੀ ਮੰਨ ਲਓ ਤੁਸੀਂ ਕੋਈ ਨਹੀਂ ਹੈ ਔਰ ਇਹ ਉਹ ਜਿਹੜਾ ਕੇਸ ਬਣ ਗਿਆ ਸੀ ਮੈਂ ਪਹਿਲਾਂ ਵੀ ਕਦੇ ਕਦਾਈ ਇਹਦਾ ਜਿਹੜਾ ਉਦਾਹਰਣ ਦਿੱਤੀ ਹੈ ਔਰ ਜਿਹੜੀ ਉਹ ਅਖਬਾਰ ਦੀ ਹੈਡਲਾਈਨ ਦੀ ਜਦੋਂ ਜੈਸਿਕਾ ਲਾਲ ਦਾ ਮਾਰਡਰ ਹੋਇਆ ਨੋ ਵਨ ਕਿਲ ਜੈਸਿਕਾ ਲਾਲ ਤੇ ਐਡਾ ਵੱਡਾ ਮੂਵਮੈਂਟ ਉੱਠ ਗਈ ਸੀ ਦੇਸ਼ ਦੇ ਵਿੱਚ ਮੁੜ ਕੇ ਸੁਪਰੀਮ ਕੋਰਟ ਨੇ ਉਹ ਮਾਮਲਾ ਖੋਲਿਆ ਦੁਬਾਰਾ ਇਨਵੈਸਟੀਗੇਸ਼ਨ ਹੋਈ ਤੇ ਬੰਦੇ ਅੰਦਰ ਨੇ ਜੀ ਇਨਵੈਸਟਿਗੇਟਿਡ ਆਈ ਕਰਕੇ ਤੇ ਇਹਦਾ ਮਤਲਬ ਇਹ ਇੱਕ ਗੱਲ ਹੈ ਜਦੋਂ ਜਦੋਂ ਤਾਂ ਸੀਬੀਆਈ ਨੂੰ ਕਿਤੇ ਤਾਂ ਜਾਣਾ ਚਾਹੀਦਾ ਸੀ ਨਾ ਜੇ ਇੱਕ ਜਗ੍ਹਾ ਕੁਝ ਨਹੀਂ ਮਿਲਿਆ ਤਾਂ ਕਿਤੇ ਹੋਰ ਵੀ ਤਾਂ ਕੁਝ ਜਾਂ ਫਿਰ ਤੁਸੀਂ ਕਹਿੰਦੇ ਕੇਸ ਹੀ ਫਜੂਕ ਹੁੰਦਾ ਨਾ ਪੱਤਰੇ ਖੰਡਾਏ ਗਏ ਨਾ ਗੁਰੂਗ੍ਰੰਥ ਸਾਹਿਬ ਦੀ ਚੋਰੀ ਕਿਹਨੇ ਕੀਤੀ ਹੈ ਪਤਾ ਲੱਗਿਆ ਨਾ ਜਿਨ੍ਹਾਂ ਨੇ ਚੈਲੰਜ ਕੀਤਾ ਪੋਸਟਰ ਲਾ ਕੇ ਉਹ ਪਤਾ ਲੱਗਿਆ ਫਿਰ ਪਤਾ ਕੀ ਰਹਿਣਾ ਸੀ ਇਸ ਲਈ ਪੰਜਾਬੀਆਂ ਦੀਆਂ ਤਾਂ ਇੱਕ ਸੈਕਸ਼ਨ ਦੀਆਂ ਖਾਸ ਤੌਰ ਤੇ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਸੀ ਉਹ ਲਗਾਤਾਰ ਉਧਰ ਨਹੀਂ ਗਈਆਂ ਹੁਣ ਜਿਹੜਾ ਮਾਮਲਾ ਇਹ ਆ ਗਿਆ ਉਥੇ ਉਥੇ ਉਹ ਲਾ ਪੁਆਇੰਟ ਤੇ ਆ ਗਿਆ ਟੈਕਨੀਕਲਟੀ ਤੇ ਆ ਗਿਆ ਪਹਿਲਾ ਵਾਲਾ ਮਾਮਲਾ ਸੀਗਾ ਕਿ ਓਵਰਆਲ ਜਸਟਿਸ ਦਾ ਸਿਸਟਮ ਕਿਹੜੇ ਮਾਸੇ ਚਲਾਇਆ ਗਿਆ ਉਹਦੇ ਚ ਇਹ ਪਹਿਲਾ ਜਸਟਰ ਭਾਰਤਵਾਜ ਦਾ ਬੈਂਚ ਸੀਗਾ ਉਹਨਾਂ ਨੇ ਇਹ ਕਿਹਾ ਇਹਦਾ ਮਤਲਬ ਪ੍ਰਾਈਮਾ ਫੇਸ ਸੀ ਇਸ ਗੱਲ ਨੂੰ ਮੰਨਦੇ ਆ ਤੇ ਵੱਡੇ ਬੈਂਚ ਦੇ ਹਵਾਲੇ ਕਰਤਾ ਕਿ ਉਹ ਸੁਣੇ ਇਹਨਾਂ ਗੱਲਾਂ ਨੂੰ ਸਭ ਤੋਂ ਪਹਿਲੀ ਗੱਲ ਉਹਨਾਂ ਨੇ ਇਹ ਕੁਐਸਚਨ ਰੇਜ਼ ਕੀਤਾ ਹੈ ਇਹਨਾਂ ਦੇ ਵਕੀਲਾਂ ਨੇ ਡੇਰਾ ਮੁਖੀਦਿਆਂ ਨੇ ਕਿ ਵਿਧਾਨ ਸਭਾ ਦੇ ਕੋਲ ਕੋਈ ਹੱਕ ਨਹੀਂ ਹੈ ਕਿ ਬਤਾ ਪਾਸ ਕਰਕੇ ਉਹ ਐਗਜ਼ੈਕਟਿਵ ਦੇ ਆਰਡਰ ਨੂੰ ਓਵਰ ਪਾਵਰ ਕਰ ਸਕੇ ਐਗਜ਼ੈਕਟਿਵ ਦਾ ਆਰਡਰ ਬਦਲਿਆ ਜਾ ਸਕੇ ਇੱਕ ਤਾਂ ਇਹ ਡਿਸਾਈਡ ਕਰਨਾ ਹੈ ਹੁਣ ਅਦਾਲਤ ਨੇ ਕਿ ਹਾਂ ਵਿਧਾਨ ਸਭਾ ਨੂੰ ਹੱਕ ਹੈਗੇ ਨੇ ਜਿਵੇਂ ਕੋਈ ਵੀ ਲਾ ਬਣਾਉਣ ਦਾ ਬਾਕੀ ਚੀਜ਼ਾਂ ਪਰ ਜਿਹੜੇ ਐਗਜ਼ੈਕਟਿਵ ਆਰਡਰ ਹੋ ਜਾਂਦੇ ਨੇ ਉਹਨੂੰ ਨਿਰਸਤ ਕਰਕੇ حق ਹੈਗਾ ਕਿ ਨਹੀਂ ਹੈਗਾ ਇੱਕ ਤਾਂ ਇਹ ਉਹਨਾਂ ਨੇ ਵੱਡੇ ਪੰਦਰ ਤੇ ਉਸ ਲੈਵਲ ਦੇ ਉੱਤੇ ਪੁੱਛਿਆ ਦੂਸਰਾ ਸਵਾਲ ਇਹ ਕੀਤਾ ਉਹਨਾਂ ਨੇ ਕਿ ਕੀ ਇੱਕ ਸਟੇਟ ਇੱਕ ਵਾਰ ਕਿਸੇ ਜਾਂਚ ਅਜੰਸੀ ਨੂੰ ਸੀਬੀਆਈ ਨੂੰ ਜਦੋਂ ਜਾਂਚ ਸੌਂਪ ਦਿੰਦੀ ਹੈ ਕੀ ਮੁੜ ਕੇ ਉਹਨੂੰ ਉਹ ਤੋਂ ਵਾਪਸ ਕਰ ਸਕਦੀ ਆਤਮ ਵਿਚਾਲੇ ਵਾਪਸ ਲੈ ਸਕਦੀ ਹੈ ਇਹ ਉਹਦੇ ਅਧਿਕਾਰ ਖੇਤਰ ਦਾ ਮੁੱਦਾ ਹੈ ਜਾਂ ਨਹੀਂ ਹੈ ਤੀਜਾ ਇਹ ਕਿਹ ਸਵਾਲ ਵੀ ਉਹ ਪੁੱਛ ਰਹੇ ਨੇ ਉਸਾਰ ਮਾਮਲੇ ਦੇ ਵਿੱਚ ਕਿਉਂਕਿ ਪੰਜਾਬ ਸਮੇਤ 9 ਸਟੇਟਾਂ ਨੇ CBI ਤੋਂ ਆਫੀਸ਼ੀਅਲੀ ਵਾਪਸ ਲੈ ਲਿਆ ਕਿ ਅਸੀਂ CBI ਨੂੰ ਮੰਨਦੇ ਅਸੀਂ ਨਹੀਂ ਦੇਣੀਏ ਹੂੰ ਕਿ ਜੇ ਕੋਈ ਸਟੇਟ ਇਸ ਤਰੀਕੇ ਦਾ ਆਰਡਰ ਕਰ ਦਿੰਦੀ ਹੈ ਵਾਪਸ ਲੈ ਲੈਂਦੇ ਤਾਂ ਕੀ ਅਦਾਲਤੀ ਸਿਸਟਮ ਨੂੰ ਇਹ ਰਾਈਟ ਹੈ ਕਿ ਫਿਰ ਵੀ ਉਹਨਾਂ ਨੂੰ ਦੇ ਦੇ ਮਤਲਬ ਜਾਂਚ ਉਸ ਏਜੰਸੀ ਦੇ ਹਵਾਲੇ ਕਰ ਦੇ ਜਿਹੜੀ ਏਜੰਸੀ ਨੂੰ ਪਹਿਲਾਂ ਕਦੇ ਕੀਤੀ ਸੀ ਜਾਂ ਅੱਗੇ ਕਰਵਾਉਣਾ ਚਾਹੁੰਦੇ ਨੇ ਉਸ ਮਾਮਲੇ ਦੇ ਵਿੱਚ ਮਤਲਬ ਕੁਝ ਇਹ ਜਿਹੜੇ ਬੁਨਿਆਦੀ ਕੁਐਸਚਨ ਉਹਨਾਂ ਨੇ ਰੇਂਜ ਕੀਤੇ ਨੇ ਉਸ 15 ਦੇ ਉੱਤੇ ਇਹਦੇ ਤੇ ਹੀਅਰਿੰਗ ਹੋਣੀ ਆ ਹੁਣ ਔਰ ਜੇ ਤੇ ਹੀਅਰਿੰਗ ਹੁੰਦੀ ਹੈ ਤੇ ਜੇ ਕੋਰਟ ਉਲਟਾ ਆ ਜਾਂਦਾ ਤਾਂ ਫਿਰ ਆ ਜਿਹੜੀ ਜਾਂਚ ਹੋ ਰਹੀ ਹੈ ਇਹਦੇ ਚ ਵੀ ਜਿਹੜੀ ਜਾਂਚ ਘਟੋ ਘਟ ਬੇਅਦਬੀ ਦੇ ਮਾਮਲੇ ਦੇ ਉੱਤੇ ਜਿਹੜੀ ਚੰਡੀਗੜ੍ਹ ਸ਼ਿਫਟ ਹੋਈ ਹੋਈ ਹੈ ਉਹ ਸਾਰੇ ਮਾਮਲੇ ਦੇ ਵਿੱਚ ਚੱਲਦੀ ਹੈ ਔਰ ਡੇਰਾ ਮੁਖੀ ਨੂੰ ਰਾਹਤ ਹਾਈ ਕੋਰਟ ਪਹਿਲਾਂ ਦੇ ਚੁੱਕੀ ਹੈ ਉਹਨਾਂ ਚੋਂ ਟ੍ਰਾਇਲ ਤੇ ਰੋਕ ਲਾਤੀ ਹੈ ਜਿੱਦਾਂ ਚ ਰੇ ਨਹੀਂ ਹੋ ਮਤਲਬ ਜਿੰਨਾ ਚਿਰ ਇਹ ਨਹੀਂ ਵਾਪਰਦਾ ਇਹਦਾ ਮਤਲਬ ਮਾਮਲਾ ਫਿਰ ਲਟਕ ਜੇਗਾ ਫਿਰ ਕਿੰਨਾ ਲਟਕਣਾ ਚਾਹੁੰਦਾ 10 ਸਾਲ 20 ਸਾਲ 30 30 ਸਾਲ ਜਿੱਥੇ ਨਿਆ ਨਹੀਂ ਮਿਲਣਾ ਹੋਣਾ ਨਹੀਂ ਹੈ ਉਥੇ ਪੋਲਿਟਿਕਸ ਹੁੰਦੀ ਰਹੂਗੀ ਉਹਨਾਂ ਮੁੱਦਿਆਂ ਤੇ ਤੇ ਕਲੋਜ਼ਰ ਹੋਊਗਾ ਨਹੀਂ ਕਲੋਜ਼ਰ ਨਹੀਂ ਹੋਏਗਾ ਤਾਂ ਕੇਵਲ ਭਾਵਨਾਤਮਕ ਚੀਜ਼ਾਂ ਚਲਦੀਆਂ ਰਹਿਣਗੀਆਂ ਸਟੇਟ ਨੇ ਵੀ ਅੱਗੇ ਵਧਣਾ ਹੁੰਦਾ ਲੋਕਾਂ ਨੇ ਅੱਗੇ ਵਧਣਾ ਹੁੰਦਾ ਔਰ ਇਸੇ ਕਰਕੇ ਵਾਰ-ਵਾਰ ਇੱਕ ਡਿਮਾਂਡ ਆਪਾਂ ਇਸ ਮੰਚ ਤੋਂ ਵੀ ਕਰਦੇ ਰਹੇ ਕਿ ਚੀਫ ਮਿਨਿਸਟਰ ਸਾਹਿਬ ਜੇ ਇਹ ਹੀ ਕਰ ਦਿੰਦੇ ਚੀਫ ਜਸਟਿਸ ਨੂੰ ਲਿਖ ਕੇ ਲੈਟਰ ਕਿ ਘਟੋਕਾ ਟਾ ਜਿਹੜੇ ਇੱਕ ਦੋ ਵੱਡੇ ਮੁੱਦੇ ਨੇ ਸਾਡੇ ਇਹ ਟਾਈਮ ਬਾਉਂਡ ਤਰੀਕੇ ਇਹਦੇ ਚ ਕੋਈ ਇਹ ਤਾਂ ਨਹੀਂ ਵੀ ਕਿਸੇ ਦੀ ਪੱਖਪੂਰਣਾ ਕਿਸੇ ਦਾ ਨਹੀਂ ਪੂਰਨਾ ਇਹ ਤਾਂ ਸਗੋ ਜੇ ਟਾਈਮ ਬੈਂਡ ਰੈਗੂਲਰ ਹਿਅਰਿੰਗ ਹੋ ਜੇ ਉਹਦੇ ਚ ਜਿੱਤੇ ਤਲਵਾਰ ਲਟਕਦੀ ਹੈ ਜੇ ਉਹਨੇ ਨਹੀਂ ਕੀਤਾ ਉਹ ਵੀ ਉਹਦੇ ਲਈ ਵੀ ਫਾਇਦੇਮੰਦ ਹੋਊਗੀ ਜੇ ਜਿਹੜੇ ਜੇ ਉਹਨੇ ਕੀਤਾ ਤਾਂ ਸਜਾ ਵੀ ਜਲਦੀ ਭੁਗਤ ਲੂਗਾ ਮੈਨੂੰ ਲੱਗਦਾ ਫਿਰ ਵੀ ਫਾਇਦੇਮੰਦ ਹੈ ਜੇ ਲੇਟ ਜਾ ਕੇ ਇਹਦੂ ਹੋਵੇ ਇਹਦੀ ਬਜਾਏ ਤੇ ਲੋਕਾਂ ਦੀ ਸੰਤੁਸ਼ਟੀ ਹੋ ਜਾਏਗੀ ਕਿ ਇੱਕ ਕੋਰਟ ਚ ਘਟੂ ਘਟ ਇਹ ਗੱਲ ਕੋਈ ਨਾ ਕੋਈ ਜੱਜਮੈਂਟ ਆ ਗਈ ਹੈ ਟਾਈਮ ਲਿਮਟ ਦੇ ਵਿੱਚ ਆ ਗਈ ਹੈ ਅਨਲਿਮਿਟਿਡ ਸਮੇਂ ਲਈ ਅੱਗੇ ਨਹੀਂ ਠਕਿਆ ਜਾਂਦਾ ਹਾਲਾਂਕਿ ਜੇ ਟ੍ਰਾਇਲ ਕੋਰਟ ਚ ਫਿਰਦਾ ਹੈ ਜੇ ਟ੍ਰਾਇਲ ਕੋਰਟ ਦੀ ਜੱਜਮੈਂਟ ਆ ਜਾਂਦੀ ਹੈ ਫਿਰ ਸੈਸ਼ਨ ਕੋਰਟ ਜਾਉ ਸੈਸ਼ਨ ਦੀ ਵੀ ਆ ਜਾਂਦੀ ਹੈ ਫਿਰ ਹਾਈ ਕੋਰਟ ਜਾਣਾ ਹੈ ਫਿਰ ਸੁਪਰੀਮ ਕੋਰਟ ਤੱਕ ਲੜਦੇ ਨੇ ਵੱਡੇ ਵੱਡੇ ਜਿਹੜੇ ਅਮੀਰ ਬੰਦੇ ਨੇ ਤੇ ਕਦ ਤੱਕ ਸੋਚ ਕੇ ਦੇਖੋ ਇਸ ਅਦਾਲਤ ਚ ਬੰਦੇ ਬਿਰਖ ਹੋਣਗੇ ਜਾਂ ਨਹੀਂ ਹੋਣਗੇ ਜਿਹੜਾ ਮਾਮਲਾ ਸਾਡੇ ਚੱਲਦਾ ਹੈ ਇਹ ਸਭ ਤੋਂ بڑا ਕੁਐਸਚਨ ਹੈ ਔਰ ਚੀਫ ਮਿਨਿਸਟਰ ਸਾਹਿਬ ਵੀ ਮੇਰੇ ਕਹਿੰਦਾ ਹੁਣ ਵੀ ਕੋਈ ਐਡੀ ਗੱਲ ਨਹੀਂ ਹੈ ਜੇਕਰ ਅਪੀਲ ਕਰ ਲੈਣ ਤਾਂ ਕੋਈ ਬੜੀ ਗੱਲ ਨਹੀਂ ਸ਼ਾਇਦ ਹੁਣ ਕੋਰਟ ਦੇ ਕਰਕੇ ਕਰ ਸਕਦੇ ਨੇ ਨਹੀਂ ਕਰ ਸਕਦੇ ਇੱਕ ਗੱਲ ਬੰਦ ਜ਼ਰੂਰ ਹੋਏਗੀ ਪਰ ਕਿਸੇ ਪਾਲਟਿਸ਼ਨ ਨੇ ਦਿਲਸਤ ਵੀ ਨਹੀਂ ਦਿਖਾਈ ਕਿ ਟਾਈਮ ਬౌੰਡ ਤਰੀਕੇ ਨਾਲ ਹੱਲ ਹੋ ਜੇ ਔਰ ਹਰੇਕ ਵੋਟ ਦੇ ਵਿੱਚੇ ਮੁੱਦਾ ਜ਼ਰੂਰ ਉਠਾਇਆ ਗਿਆ ਕਿਸੇ ਨਾ ਕਿਸੇ ਦੇ ਖਿਲਾਫ ਪਿਛਲੀ ਹੀ ਕੈਬਨਟ ਦੇ ਵਿੱਚ ਜਦੋਂ ਪਾਸਕੋ ਵਰਗੇ ਮਾਮਲਿਆਂ ਦੇ ਵਿੱਚ ਦੋ ਇਸ ਤਰ੍ਹਾਂ ਦੀਆਂ ਫਾਸਟ ਟਰੈਕ ਅਦਾਲਤਾਂ ਬਣਾਈਆਂ ਗਈਆਂ ਨੇ ਤੇ ਹੁਣ ਇਹ ਮਾਮਲੇ ਨੂੰ ਦਰਕਨਾਰ ਕਰਕੇ ਆਖਰ ਕੀ ਅਸੀਂ ਸਾਬਤ ਕਰਨਾ ਚਾਹੁੰਦੇ ਆ ਜਿੱਦਾਂ ਲੋਕ ਭਾਵਨਾਵਾਂ ਨਾਲ ਬਹੁਤ ਨੇੜੇ ਦਾ ਰਿਸ਼ਤਾ ਇਸ ਕੇਸ ਦਾ ਕਿ ਹੋਰ ਇਲੈਕਸ਼ਨਾਂ 'ਤੇ ਜਿੱਤੀਆਂ ਜਾ ਸਕਦੀਆਂ ਇਹ ਸਵਾਲ ਅਹਿਮ ਆ ਵੈਸੇ ਤੁਸੀਂ ਜਦੋਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਇਹ ਚਾਰ ਸਵਾਲਾਂ ਨਾਲ ਜਦੋਂ ਵੱਡੇ ਬੈਂਚ ਵੱਲ ਮਾਮਲਾ ਗਿਆ ਡੇਰਾ ਮੁਖੀ ਦੇ ਖਿਲਾਫ ਅਗਲੀ ਸੁਣਵਾਈ ਤੇ ਫਿਰ ਹਾਲ ਰੋਕ ਐ ਕਿ ਜਿਹੜੇ ਵਿਅਕਤੀ ਗੋਲੀकांड ਦੇ ਮਾਮਲਿਆਂ ਦੇ ਵਿੱਚ ਚਾਰ ਸ਼ੀਟ ਕੀਤੇ ਗਏ ਜਿਨ੍ਹਾਂ ਦੇ ਖਿਲਾਫ ਟਰਾਇਲ ਸ਼ੁਰੂ ਹੋ ਗਏ ਨੇ ਉਹ ਵੀ ਬੜੇ ਪ੍ਰਭਾਵਸ਼ਾਲੀ ਉਹ ਨਹੀਂ ਖਾਲ ਨੂੰ ਜਾਣਗੇ ਹਾਈ ਕੋਰਟ ਦੇ ਵਿੱਚ ਕਿ ਦੇਖੋ ਜੀ ਸਾਰੇ ਮਾਮਲੇ ਇੱਕ ਦੂਜੇ ਨਾਲ ਜੁੜੇ ਹੋਏ ਆ ਜਦੋਂ ਇੱਕ ਬੰਦੇ ਦੇ ਖਿਲਾਫ ਸਟੇ ਹੋਇਆ ਜੀ ਕੇਸ ਸੁਣਵਾਈ ਰੁਕੀ ਆ ਟਰਾਇਲ ਰੁਕੇ ਆ ਤਾਂ ਫਿਰ ਸਾਨੂੰ ਵੀ ਰਾਹ ਦਿਓ ਇਹਨੂੰ ਸਮੁੱਚੇ ਜੋੜ ਕੇ ਇੱਕ ਦੇਖੋ ਜੀ ਤੁਸੀਂ ਇਹਨਾਂ ਨੂੰ ਕਲੱਬ ਕਰ ਲੋ ਜੀ ਸਾਡੀਆਂ ਵੀ ਅਪੀਲ ਸਾਡੀਆਂ ਪਟੀਸ਼ਨਸ ਵੀ ਲੈ ਲਓ ਜੀ ਨਾਲ ਔਰ ਜੇ ਕਿਦਰ ਇਹ ਹੋ ਜਾਂਦਾ ਇਹਦਾ ਮਤਲਬ ਵੀ ਅਗਲੇ 10 ਸਾਲ ਫੇਰ ਇਹ ਮਾਮਲਾ ਉਦਾਂ ਹੀ ਫਸਿਆ ਰਹੂਗਾ ਸਿਰਫ ਇਹ ਪੋਲਿਟਿਕਸ ਤੇ ਹੁੰਦੀ ਰਹੂਗੀ ਇਹ ਕਾਫੀ ਅਹਿਮ ਸਵਾਲ ਆ ਤੁਸੀਂ ਗੱਲ ਕਰ ਰਹੇ ਸੀਗੇ ਜਦੋਂ ਬਾਦਲ ਗਵਰਨਮੈਂਟ ਸੀ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਸੀ ਉਹਨਾਂ ਨੂੰ ਲੱਗ ਨਹੀਂ ਸੀ ਰਿਹਾ ਕਿ ਅਸੀਂ ਹੁਣ ਕਿਹੜੇ ਰਸਤੇ ਥਾਣੀ ਨਿਕਲੀਏ ਉਹਨਾਂ ਸੀਬੀਆਈ ਦੇ ਹਵਾਲੇ ਮਾਮਲਾ ਕਰਤਾ ਮੈਨੂੰ ਸ਼ਾਇਦ ਜੇ ਮੈਂ ਗਲਤ ਨਹੀਂ ਤਾਂ ਮਹਾਲੀ ਦੀ ਸੀਬੀਆਈ ਕੋਰਟ ਦੇ ਵਿੱਚ ਜਿਹੜੇ ਜੱਜ ਜੀਐਸ ਸੇਖੋਂ ਇਹਦੀ ਸੁਣਵਾਈ ਕਰ ਰਹੇ ਸੀ ਤੇ ਉਹਨਾਂ ਦੇ ਨਾਂ ਦੇ ਵਿੱਚ CBI ਨੇ ਸ਼ਾਇਦ ਕਲੋਜ਼ ਰਿਪੋਰਟ ਪੇਸ਼ ਕਰਨ ਤੋਂ ਬਾਅਦ ਇੱਕ ਵਾਰੀ ਫਿਰ ਕੇਸ ਨੂੰ ਮੁੜ ਖੋਲਣ ਦੀ ਐਪਲੀਕੇਸ਼ਨ ਵੀ ਦਿੱਤੀ ਸੀ ਤੁਹਾਨੂੰ ਯਾਦ ਹੋਵੇ ਜਦੋਂ ਬਹੁਤ ਰੌਲਾ ਪੈ ਗਿਆ ਜਦੋਂ ਸਰਕਾਰ ਇਹ ਵਾਪਸ ਲੈਣਾ ਚਾਹ ਰਹੀ ਸੀ ਸੋ ਇਹ ਕਾਫੀ ਕੰਪਲੈਕਸ ਮਾਮਲੇ ਨੇ ਕਿੱਦਾਂ ਅਡਰੈਸ ਹੋਣਗੇ ਆਪਾਂ ਜਦੋਂ ਗੱਲ ਕਰ ਰਹੇ ਹਾਂ ਅਕਾਲੀ ਦਲ ਦੀ ਤਾਂ ਇੱਕ ਸਟੋਰੀ ਜਿਹੜੀ ਸਟੋਰੀ ਇਹ ਇੰਡੀਕੇਟ ਕਰ ਰਹੀ ਹੈ ਕਿ ਅਕਾਲੀ ਦਲ ਜਦੋਂ ਹੁਣ ਲੜੇਗਾ ਤਾਂ ਉਹ ਇੱਕ ਪਰਿਵਾਰ ਚ ਇੱਕ ਸੀਟ ਨਾਲ ਅੱਗੇ ਵਧੇਗਾ ਲੰਘੇ ਦਿਨ ਇਸ ਗੱਠ ਜੋੜ ਨੂੰ ਲੈ ਕੇ ਬਹੁਤ ਰੌਲਾ ਪਿਆ ਅੰਤਛਾ ਦੇ ਬਿਆਨ ਦੇ ਕਈ ਅਰਥ ਕੱਢੇ ਗਏ ਆਪਾਂ ਵੀ ਚਰਚਾ ਕੀਤੀ ਉਸ ਤੋਂ ਬਾਅਦ ਰਾਤ ਪਰ ਕਾਫੀ ਪਾਣੀ ਵਹਿ ਗਿਆ ਬੁਲਾ ਥੱਲਿਓਂ ਦੀ ਮੈਂ ਤੁਹਾਡੇ ਤੋਂ ਹੁਣ ਸਮਝਣਾ ਚਾ ਰਿਹਾ ਅਕਾਲੀ ਪੋਲਿਟਿਕਸ ਇੱਥੋਂ ਮੁੜ ਜਵੰਤ ਹੋਣ ਲਈ ਮੁੜ ਕੇ ਮੇਨ ਸਟੇਜ ਦੇ ਵਿੱਚ ਨੰਬਰ 1 ਪਾਰਟੀ ਬਣਨ ਲਈ ਪੂਰਾ ਜ਼ੋਰ ਲਾ ਰਹੀ ਹੈ ਇਹ ਜਿਹੜੀ ਹੁਣ ਇੱਕ ਖਬਰ ਬਾਹਰ ਆਈ ਹੈ ਬਾਹਰ ਲਿਆਂਦੀ ਗਈ ਹੈ ਕਿ ਕੱਢੀ ਗਈ ਹੈ ਇਸ ਖਬਰ ਦੇ ਵਿੱਚ ਜੇਕਰ ਇੱਕ ਪਰਿਵਾਰ ਇੱਕ ਟਿਕਟ ਪਿਛਲੇ ਦਿਨਾਂ ਚ ਮਲੋਕਾ ਸਾਹਿਬ ਦੀ ਟਿਕਟ ਦੋ ਉਹਨਾਂ ਨੇ ਮੰਗੀਆਂ ਸੀ ਨਹੀਂ ਸੀ ਬਾਈ ਦੇ ਵਿੱਚ ਦਿੱਤੀਆਂ ਜਗਮੀਤ ਸਿੰਘ ਬਰਾੜ ਨੂੰ ਦਿੱਤੀ ਗਈ ਸੀ ਉਹ ਕਾਫੀ ਨਰਾਜ਼ ਵੀ ਹੋਏ ਜਦੋਂ ਢੀਂਸਾ ਸਾਹਿਬ ਸੀ ਉਹ ਵੀ ਇੱਕ ਪਰਿਵਾਰ ਚ ਦੋ ਦੋ ਤਿੰਨ ਤਿੰਨ ਉਹ ਵੀ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ ਬਾਦਲ ਪਰਿਵਾਰ ਆਪ ਇਹਨਾਂ ਮਾਮਲਿਆਂ ਚ ਸੋ ਮੈਂ ਕਿਉਂਕਿ ਉਹ ਮਾਮਲਾ ਤੇ ਸਾਡੇ ਕੋਲ ਸੁਪਰੀਮ ਕੋਰਟ ਦਾ ਹੋਰ ਵੀ ਐ ਔਰ ਇੱਕ ਦੋ ਮਾਮਲੇ ਕਾਫੀ ਸਾਡੇ ਕੋਲ ਜ਼ਰੂਰੀ ਲੈਣ ਵਾਲੇ ਨੇ ਚੱਬੇਵਾਲ ਦੇ ਖਿਲਾਫ ਬਾਜਵਾ ਸੁਪਰੀਮ ਕੋਰਟ ਜਾਣਾ ਚਾਹੁੰਦੇ ਨੇ ਪਰ ਮੈਂ ਚਾਹੁੰਦਾ ਇਸ ਮਾਮਲੇ ਨੂੰ ਤੁਸੀਂ ਨਾਲ ਹੀ ਐਡਰੈਸ ਕਰ ਦਿਓ ਕਿ ਇੱਕ ਪਰਿਵਾਰ ਇੱਕ ਟਿਕਟ ਨਾਲ ਥੋੜਾ ਫਾਇਦਾ ਹੋਣ ਵਾਲਾ ਜੀ ਇਹਦੇ ਨਾਲ ਕੁਝ ਨੁਕਸਾਨ ਜਿਹੜਾ ਹੋਇਆ ਉਹਦੇ ਤੇ ਪਰਭਾਈ ਹੋ ਸਕਦੀ ਕਿਉਂਕਿ ਪਰਿਵਾਰਵਾਦ ਦਾ ਰੌਲਾ ਬਹੁਤ ਹੈ ਪ੍ਰਧਾਨ ਮੰਤਰੀ ਤਾਂ ਪਰਿਵਾਰਵਾਦ ਤੇ ਸਟੀਕ ਹਮਲਾ ਬੋਲਦੇ ਨੇ ਪਰ ਉਹ ਅਕਾਲੀ ਦਲ ਨੂੰ ਕਲਾਵੇ ਚ ਲੈਣੋਂ ਵੀ ਪਾਸੇ ਨਹੀਂ ਹਟਦੇ ਸੋ ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹੁੰਦਾ ਹਾਂ ਬਿਲਕੁਲ ਇਹ ਅਕਾਲੀ ਦਲ ਤੇ ਤਾਂ ਪੰਥਕ ਸਫਾ ਚ ਵੀ ਪੰਜਾਬ ਚ ਵੀ ਇਹ ਇਲਜ਼ਾਮ ਤਾਂ ਲੱਗਦਾ ਹੀ ਹੈ ਨਾ ਕਿ ਪਰਿਵਾਰਕ ਪਾਰਟੀ ਹੋ ਗਈ ਹੈ ਪਰਿਵਾਰ ਦੇ ਤੌਰ ਤੇ ਚੱਲਦੀ ਹੈ ਔਰ ਜਦੋਂ ਮਨਿਸਟਰੀ ਸੀਗੀ ਉਦੋਂ ਵੀ ਲੋਕ ਗਿਣਾ ਕੇ ਰੱਖਦੇ ਸੀ ਕਿੰਨੇ ਕੋਲੋ ਜ ਰਿਸ਼ਤੇਦਾਰ ਮੰਤਰੀ ਮੰਡਲ 18 ਦੀ ਮਨਿਸਟਰੀ ਹੈ 18 ਚ ਕਿਵੇਂ ਲਗਭਗ ਅੱਧ ਦੇ ਨੇੜੇ ਤੇੜੇ ਚਲੇ ਜਾਂਦੇ ਨੇ ਜਿਹੜੇ ਸਾਰਾ ਕਿਸੇ ਨਾ ਕਿਸੇ ਜੇ ਦੂਰ ਦੀ ਰਿਸ਼ਤੇਦਾਰੀ ਵਿੱਚ ਪਾ ਲਓ ਇੱਕ ਅੰਦੀ ਤੇ ਨੇੜੇ ਤੇੜੀ ਚਲੇ ਜਾਂਦੇ ਸੀਗੇ ਇਹ ਸਾਰੀਆਂ ਚੀਜ਼ਾਂ ਤਾਂ ਦਿਖਾਈ ਦਿੰਦੀਆਂ ਸੀ ਔਰ ਉਦੋਂ ਬਾਅਦ ਝੁੰਦਾ ਕਮੇਟੀ ਦੀ ਰਿਪੋਰਟ ਦੇ ਵਿੱਚ ਵੀ ਇਹ ਗੱਲ ਇੱਕ ਵਿਅਕਤੀ ਇੱਕ ਟਿੱਕ ਟਾਲੀ ਵੀ ਹੈ ਬਲਕਿ ਪ੍ਰਧਾਨ ਵੀ ਰੈਗੂਲਰ ਨਾ ਰਹੇ ਉਹ ਵੀ ਦੋ ਟਰਮਾਂ ਜਾਂ ਕੁਝ ਸਮਾਂ ਦੇ ਕੇ ਬਦਲਦੀ ਹੈ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਨੇ ਔਰ ਹੋਰ ਕੰਬੀਨੇਸ਼ਨ ਚ ਤਾਂ ਆਪਣੀ ਜਗ੍ਹਾ ਨੇ ਪਰ ਇਹ ਐਲਾਨ ਇੱਕ ਪਾਰਟੀ ਇੱਕ ਟਿਕਟ ਦਾ ਜਿਹੜਾ 22 ਦੀਆਂ ਇਲੈਕਸ਼ਨਾਂ ਚ ਵੀ ਆਇਆ ਸੀ ਔਰ ਇਲੈਕਸ਼ਨਾਂ ਚ ਕੁਝ ਕੁਝ ਨੂੰ ਸੂਟ ਦੇ ਦਿੱਤੀ ਜਾਂਦੀ ਹੈ ਮੇਰੇ ਕਹਿਣਾ ਹਮ ਮਲੂਕੇ ਉਹਨਾਂ ਨੂੰ ਤਾਂ ਦੋ ਟਿਕਟਾਂ ਨਹੀਂ ਸੀ ਮਿਲਤੀਆਂ ਪਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹਨਾਂ ਦੇ ਬੇਟੇ ਨੇ ਤਾਂ ਦੋ ਟਿਕਟਾਂ ਮਿਲੀਆਂ ਸੀ ਤੇ ਇੱਕ ਸਨੌਰ ਤੋਂ ਲੜੇ ਤੇ ਇੱਕ ਖਨੌਰ ਤੋਂ ਲੜੇ ਦੋਨੋਂ ਲੜੇ ਸੀ ਹੋਰ ਵੀ ਕਈ ਥਾਂ ਇਹੋ ਜਿਹੇ ਅਕਾਲੀ ਦਲ ਨੇ ਅਸੂਲ ਜਦੋਂ ਹੁੰਦਾ ਜੇ ਉਹ ਸਭ ਤੇ ਲਾਗੂ ਹੁੰਦਾ ਤਾਂ ਪ੍ਰਵਾਨਜੋਗ ਹੁੰਦਾ ਜਦੋਂ ਉਹ ਪਿਕ ਐਂਡ ਚੂਚ ਹੁੰਦਾ ਤਾਂ ਉਹ ਨਰਾਜਗੀਆਂ ਪੈਦਾ ਕਰਦਾ ਤਾਂ ਉਹ ਪ੍ਰਵਾਨਜੋਗ ਨਹੀਂ ਹੁੰਦਾ ਬੜੇ ਬਾਰੇ ਇਹ ਚੀਜ਼ਾਂ ਮਤਲਬ ਹੁੰਦੀਆਂ ਨੇ ਇਸੇ ਕਰਕੇ ਪਰਿਵਾਰਾਂ ਚੋਂ ਛੱਡ ਦਿੰਦੇ ਨੇ ਜਿਵੇਂ ਉੱਪਰ ਗਾਂਧੀ ਪਰਿਵਾਰ ਲਈ ਛੱਡ ਦਿੰਦੇ ਨੇ ਵੀ ਇਹ ਪ੍ਰਭਾਅ ਬਾਹਰ ਛੱਡ ਦਿਓ ਇੱਧਰ ਬਾਦਲ ਪਰਿਵਾਰ ਬਾਹਰ ਛੱਡ ਦਿਓ ਹੁਣ ਦੂਜੀ ਗੱਲ ਇਹ ਵੀ ਹੈ ਕਿ ਕੀ ਇੱਕ ਪਰਿਪਾਰ ਤੇ ਇੱਕ ਸੀਟ ਦਾ ਟਿਕਟ ਦਾ ਜਿਹੜਾ ਅਸੂਲ ਹੈ ਇਹ ਚਨਲ ਅਸੂਲ ਹੈ ਜਾਂ ਇੱਕ ਪਾਰਟੀ ਕੋਲ ਨਾਲ ਇਲੈਕਸ਼ਨ ਵਾਸਤੇ ਹੈ ਕੀ ਇਹ ਪਾਰਲੀਮੈਂਟ ਲਈ ਹੈ ਹੂੰ ਜਾਂ ਕੀ ਇਹ ਅਸੈਂਬਲੀ ਲਈ ਵੀ ਹੋਊਗਾ ਜਾਂ ਨਹੀਂ ਹੋਏਗਾ ਜਾਂ ਕੀ ਇੱਕ ਮੈਂਬਰ ਪਾਰਲੀਮੈਂਟ ਇੱਕ ਪਰਿਵਾਰ ਦਾ ਹੈ ਉਹਦਾ ਹੀ ਬੇਟਾ ਜਾਂ ਬਾਕੀ ਕੋਈ ਅਸੈਂਬਲੀ ਲੜ ਸਕਦਾ ਜੀ ਉੱਥੇ ਵੀ ਹੋਏਗਾ ਜਾਂ ਇਹਦੇ ਚ ਤਾਂ ਇੱਕ ਤੀਜੀ ਗੱਲ ਹੋਰ ਵੀ ਆ ਰਹੀ ਆ ਆਕਾਲੀ ਦਲ ਚ ਇੱਕ ਹੋਰ ਗੱਲ ਵੀ ਨਾਲ-ਨਾਲ ਚੱਲਦੀ ਆ ਉਹੀ ਅਹਿਮ ਗੱਲਾਂ ਲਈ ਕਿ ਫਿਰ ਐ ਜੀ ਪੀ ਸੀ ਦਾ ਮੈਂਬਰ ਵੀ ਨਹੀਂ ਹੋਣਾ ਚਾਹੀਦਾ ਜਿਹੜਾ ਐ ਐਮ ਐਲ اے ਦੀ ਲੜਦਾ ਜੀ ਔਰ ਇਹ ਢੀਡ ਸਾਉਣੀ ਤਾਂ ਉਠਾਉਂਦੇ ਵੀ ਰਹੇ ਨੇ ਵੀ ਜਿਹਨੇ ਐ ਜੀ ਪੀ ਸੀ ਸਾਈਡ ਜਾਣਾ ਉਹ ਉਹ ਲੜੇ जिने पॉलिटिक्स ਚਾਹੀਏ ਉਹਨਾਂ ਤੇ ਉਹਨੂੰ ਐਮਐਲਏ ਦੋਨੇ ਨਹੀਂ ਦੇੜੀਆਂ ਚਾਹੀਦੇ ਕਿੰਨੇ ਬੰਦੇ ਡਬਲ ਵਾਲੇ ਹੈਗੇ ਨੇ ਐਸਜੀਪੀਸੀ ਔਰ ਇਧਰ ਦੀਆਂ ਟਿਕਟਾਂ ਵਾਲੇ ਸਾਡੇ ਕੋਲ ਨੇ ਮਤਲਬ ਅਸੂਲ ਕੀ ਹੈ ਅਜੇ ਤੱਕ ਜੇ ਇਹ ਕਲੈਰਿਟੀ ਨਹੀਂ ਹੁੰਦੀ ਇਕੱਲਾ ਕਹਿਣ ਦਾ ਕੁਐਸਚਨ ਨਹੀਂ ਹੁੰਦਾ ਇਹਦੇ ਲਈ ਮੰਥਨ ਕਰਨ ਦਾ ਸਵਾਲ ਹੈ ਹਜੇ ਨਾ ਇਹ ਗੱਲਾਂ ਹੋ ਰਹੀਆਂ ਨੇ ਵੀ ਇੱਕ ਲੀਡਰ ਨੇ ਕਹਿਤਾ ਹੋਵੇ ਹੋ ਸਕਦਾ ਅਕਾਲੀ ਦਲ ਦਾ ਕੋਈ اجلاس ਨਹੀਂ ਹੋਇਆ ਜਦੋਂ ਤੋਂ ਰੌਲਾ ਪੈ ਰਿਹਾ ਉੱਥੇ ਕੋਈ ਮੰਥਨ ਨਹੀਂ ਹੋਇਆ ਉਸ ਪੱਧਰ ਦੇ ਉੱਤੇ ਬੈਠ ਕੇ ਕੀ ਹੈ ਜੋ ਡਾ ਕਮੇਟੀ ਤੋਂ ਬਾਅਦ ਇਹ ਕਿਹਾ ਗਿਆ ਸੀ ਕਿ ਨਵੰਬਰ ਚ ਅਜਲਾਸ ਹੋ ਜਾਏਗਾ 30 ਨਵੰਬਰ ਤੱਕ ਤੇ ਨਵੰਬਰ ਤਾਂ ਦੂਜਾ ਵੀ ਆ ਜਾਊਗਾ ਮੇਰੇ ਖਿਆਲ ਆ ਜਲਦੀ ਆ ਚੋਣਾ ਤੋਂ ਬਾਅਦ ਕੋਈ ਬੈਠ ਕੇ ਮੰਥਨ ਇੱਕ ਓਵਰਆਲ ਜਿਹੜਾ ਕੇਡਰ ਤੁਹਾਡਾ ਹੁੰਦਾ ਉਹਦੇ ਚ ਜਦੋਂ ਤੁਸੀਂ ਨਹੀਂ ਕਰਦੇ ਫਿਰ ਠੀਕ ਹੈ ਉਹ ਜੇ ਟਰਾਈ ਕਰਦੇ ਹੋ ਮੌਕੇ ਦੇ ਮੁਤਾਬਕ ਵੀ ਚਲ ਆ ਦੇਖੋ ਆ ਚੀਜ਼ बिकੂਗੀ ਕਿ ਨਹੀਂ ਇਹਨੂੰ ਠੇਲ ਦੋ ਇਹਨੂੰ ਠੇਲ ਦੋ ਇਹਨੂੰ ਠੇਲ ਦੋ ਅਜੇ ਉਹੀ ਗੱਲਾਂ ਚੱਲ ਰਹੀਆਂ ਨੇ ਅਕਾਲੀ ਦਰਬ ਦਾ ਬੁਰੀ ਅੱਧੀ ਸਾਈਸ ਜਿਤਾ ਉਦੇ ਜਿਹੜੇ ਮੁੱਦਿਆਂ ਤੇ ਕੇਂਦਰਤ ਹੈ ਉਹਦੇ ਵਿਚਾਰਤਾਰਕ ਬੈਕਗ੍ਰਾਉਂਡ ਨਾਲ ਜੁੜਿਆ ਹੋਇਆ ਹੈ ਉਹਦੇ ਹੁਣ ਤੱਕ ਦੀਆਂ ਕੁਰਬਾਨੀਆਂ ਇੱਕ ਪਾਸੇ ਖੜੀਆਂ ਨੇ ਤੇ ਅੱਜ ਦਾ ਦੌਰ ਇੱਕ ਪਾਸੇ ਖੜਾ ਹੈ ਇਹ ਇੱਕ ਲਾਈਨ ਬਣ ਕੇ ਖੜਾ ਹੋਇਆ ਉਹ ਲਾਈਨ ਕਿਵੇਂ ਮਿਟਾਉਣੀ ਹੈ ਕਿਵੇਂ ਠੀਕ ਪਾਸੇ ਵੱਲ ਜਾਣਾ ਉਸ ਪੰਦਰ ਤੇ ਅਕਾਲੀ ਦਰ ਕਮਿਊਨਲ ਕਦੇ ਵੀ ਨਹੀਂ ਸੀ ਨਾ ਜੇ ਇਹ ਕਹੇ ਵੀ ਹੁਣ ਮੈਂ ਪੰਜਾਬੀ ਹਾਂ ਇਸ ਤੋਂ ਪਹਿਲਾਂ ਕਮਿਊਨਲ ਸੀ ਅਕਾਲੀਦਾਲੇ ਦਾ ਮਤਲਬ ਇਹ ਬਣ ਕੇ ਚੱਲਦੇ ਹੋ ਜੇ ਹੁਣ ਪੰਜਾਬੀ ਪਾਰਟੀ ਬਣਨ ਜਾਂ ਇੱਕ ਪਾਸੇ ਤੁਸੀਂ ਕਹ ਰਹੇ ਸੀ ਕਿ ਮੈਸੇਜ ਗਲਤ ਦਿੱਤਾ ਗਿਆ ਅਨੰਦਪੁਰ ਦੇ ਮਤੇ ਨੂੰ ਕਿ ਉਹ ਅਤਵਾਦੀ ਆ ਵਕਵਾਦੀ ਆ ਬਾਅਦ ਚ ਲੋਕ ਕਨਸਿਡਰ ਵੀ ਕਰ ਲਿਆ ਕਿ ਉਹ ਠੀਕ ਹੈ ਰਾਜ anarchic ਅੰਦਾ ਜੀ ਤੇ ਤੁਸੀਂ ਆਪਣੇ ਗੱਲ ਉਤੇ ਖੜਦੇ ਕਿਵੇਂ ਹੋ ਉਹ ਨੈਰੇਟਿਵ ਨੂੰ ਕਿਵੇਂ ਸੋਲੀਡਰੀ ਬਣਾਉਂਦੇ ਹੋ ਇਹ ਉਹਦੇ ਤੇ ਨਿਰਭਰ ਕਰਦਾ ਔਰ ਜਿਹੋ ਜਿਹੇ ਪਾਰਟੀ ਦਾ ਹੁਣ ਮੌਜੂਦ ਹੈ ਮੈਨੂੰ ਲੱਗਦਾ ਨਹੀਂ ਕੋਈ ਵੀ ਅਸੂਲ ਤੇ ਡਿਗ ਖੜਿਆ ਜਾ ਸਕਦਾ ਹੋਏਗਾ ਔਰ ਜਦੋਂ ਫਿਰ ਇੱਕ ਇੱਕ ਫਾਰਮੂਲਾ ਨਿਕਲੇ ਆਉਂਦਾ ਜਾਂਦੇ ਬਿਨੈ ਬਿਲਟੀ ਜੀ ਬਿਨੈ ਬਿਲਟੀ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਔਰ ਇਸ ਤੋਂ ਪਹਿਲਾਂ ਜਦੋਂ ਇਹ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੂੰ ਪੁੱਛਦੇ ਸੀ ਪੱਤਰਕਾਰ ਬਈ ਜੀ ਤੁਹਾਡੇ ਦੇਖੋ ਪਰਿਵਾਰ ਚ ਉਹਨਾਂ ਲਾਇਨ ਲਾਉਂਦੇ ਸੀ ਕਿਵੇਂ ਮਜਬੂਰੀ ਚੋਂ ਪਰਿਵਾਰ ਆਇਆ ਪਰਿਵਾਰ ਨਹੀਂ ਸੀ ਜੀ ਆਉਣਾ ਚਾਹੁੰਦਾ ਮਜਬੂਰੀ ਕਿਵੇਂ ਸੀ ਮਜਬੂਰੀ ਐ ਸੀ ਕਿ ਜਦੋਂ ਤਾਂ 22 ਇਲੈਕਸ਼ਨ 94 ਦੀ ਆਈ ਜੀ ਉੱਥੇ ਆਪਣੇ ਗਿੱਧੜਵਾਹ ਉਦੋਂ ਸਾਰਿਆਂ ਨੇ ਕਿਹਾ ਵੀ ਜੇ ਲੜ ਸਕਦਾ ਬੀਤ ਸਿੰਘ ਦੇ ਮਾਮਲੇ ਚ ਬਰਾਦਰ ਪਰਿਵਾਰ ਲੜ ਸਕਦਾ ਜੇ ਤਾਂ ਤੁਸੀਂ ਲੜ ਨਹੀਂ ਗਏ ਤਾਂ ਦੱਸੋ ਜੀ ਬਾਕੀ ਤਾਂ ਕੋਈ ਮਤਲਬ ਹੀ ਨਹੀਂ ਫਿਰ ਔਰ ਸਾਰਿਆਂ ਨੇ ਆ ਕੇ ਕਿਹਾ ਤੇ ਮਨਪ੍ਰੀਤ ਨੂੰ ਲੜਾਉਣਾ ਪਿਆ ਜੀ ਫਿਰ ਬਠਿੰਡੇ ਜਦੋਂ ਕੈਪਟਨ ਅਮਰਿੰਦਰ ਸਿੰਘ ਚੈਲੰਜ ਕਰਦੇ ਨੇ ਸਾਰੀ ਆ ਕੇ ਪਾਰਟੀ ਬੈਠ ਕੇ ਜੀ ਲੜ ਸਕਦੇ ਨੇ ਤਾਂ ਬਾਦਲ ਸਾਹਿਬ ਲੜ ਸਕਦੇ ਨੇ ਤੇ ਤੁਹਾਡਾ ਪਰਿਵਾਰ ਲੜਨ ਦਾ ਤਾਂ ਠੀਕ ਹੈ ਨਹੀਂ ਤਾਂ ਸਾਹਿਬ ਜੀ ਆਪਾਂ ਕੀ ਕਰੀਏ ਹੁਣ ਬੜਾ ਔਖਾ ਕੰਮ ਹੈ ਤੇ ਆਪਾਂ ਪਾਰਟੀ ਦਾ ਹੁਕਮ ਕਹਦੇ ਮੋੜਿਆ ਨਹੀਂ ਤੇ ਆਪਾਂ ਫਿਰ ਲੜ ਲਿਆ ਜੀ ਪਾਰਟੀ ਤਾਂ ਛੱਡ ਨਹੀਂ ਸਕਦੇ ਇਹ ਜਿਹੜਾ ਇੱਕ ਲੌਜੀਕ ਬਣ ਕੇ ਜਿਹੜਾ ਨਾ ਬਿਨੈ ਮਿਲਟਰੀ ਦਾ ਫਿਰ ਇਹ ਸ਼ੁਰੂ ਤੋਂ ਆ ਰਿਹਾ ਕੋਈ ਨਵਾਂ ਨਹੀਂ ਇਹ ਦੁਬਾਰਾ ਵੀ ਬਣਾਇਆ ਜਾ ਸਕਦਾ ਇਹ ਕੋਈ ਮਤਲਬ ਔਖਾ ਕੰਮ ਨਹੀਂ ਹੁੰਦਾ ਪਾਰਟੀ ਤੁਸੀਂ ਤਾਬੇਦਾਰ ਰਹਿੰਦੇ ਹੋ ਸੰਸਦਿਕ ਸੰਸਦਾਂ ਵਾਲੇ ਵੱਧ ਸਪਾਈ ਰਹਿੰਦੇ ਹੋ ਔਰ ਤੁਹਾਡੇ ਉਧਰ ਵੀ ਬੱਲੇ ਬੱਲੇ ਹੋ ਜਾਂਦੀ ਹੈ ਜੇ ਕਿਤੇ ਬਨ ਪਾਰਟੀ ਬਨ ਵੋਟ ਵਾਲਾ ਆ ਬਨ ਟਿਕਟ ਵਾਲਾ ਕਰ ਲੋ ਤਾਂ ਵੀ ਤੁਹਾਡੇ ਬੱਲੇ ਬੱਲੇ ਹੈ ਇਸ ਲਈ ਜਿਹੜਾ ਤਾਕਤਵਰ ਬੰਦਾ ਉੱਪਰ ਬੈਠਾ ਹੁੰਦਾ ਦੋਨਾਂ ਚੇ ਬੱਲੇ ਬੱਲੇ ਕਰਾਉਣ ਦੀ ਉਹਦੇ ਕੋਲ ਹੱਥ ਵਿੱਚ ਤਾਕਤ ਹੁੰਦੀ ਹੈ ਜਦੋਂ ਪਾਰਟੀ ਚ ਇਨਰ ਡੈਮੋਕ੍ਰੇਸੀ ਨਾ ਹੋਵੇ ਜਦੋਂ ਅੰਦਰੋਂ ਹੀ ਸਵਾਲ ਉਠੜੇ ਬੰਦ ਹੋ ਜਾਣ ਅੰਦਰੋਂ ਹੀ ਜ਼ਮੂਰੀਅਤ ਦਾ ਅਕਾਲ ਪੈ ਜਾਂਦਾ ਹਾਂ ਅਕਾਲੀ ਦਲ ਚੋਂਦਾ ਕਮੇਟੀ ਨੂੰ ਆਨੈਸਟਲੀ ਮੰਨ ਕੇ ਮੇਰੇ ਖਿਆਲ ਅਗੇ ਤਰਪੇ ਤਰਬਾਈ ਬਲ ਸੰਭਵ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਬੜੀ ਗੱਲ ਨਹੀਂ ਐ ਕਿ ਉਹ ਰਬਾਈ ਬਲ ਨਾ ਹੋਵੇ ਉਹਦੇ ਕੁਝ ਪੁਆਇੰਟ ਐ ਉਹਨਾਂ ਦੇ ਬਰਕਰਾਰਾਂ ਦੇ ਪੁਆਇੰਟ ਨੇ ਜੇ ਬਰਕਰਾਰਾਂ ਦੀ ਆਵਾਜ਼ ਨੂੰ ਤੁਸੀਂ ਸੁਣ ਲੋਗੇ ਤਾਂ ਆਟੋਮੈਟਿਕਲੀ ਉਹੀ ਪੰਥਕ ਆਵਾਜ਼ ਬਣ ਜਾਂਦੀ ਹੈ ਉਹੀ ਪੰਜਾਬ ਦੀ ਆਵਾਜ਼ ਬਣ ਜਾਂਦੀ ਹੈ ਬਾਕੀ ਤਾਂ ਖੈਰ ਆਪਣਾ ਤਾਂ ਕਹਿਣਾ ਅਲੱਗ ਗੱਲ ਆ ਫੈਸਲਾ ਉਹਨਾਂ ਦੇ ਕਰਨਾ ਹੈ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿ ਕਿਹੜੇ ਰਾਹ ਚੱਲਣੇ ਤੇ ਅਸੀਂ ਕਰਾਂਗੇ ਜੋ ਵੀ ਕਰਨਾ ਹੈ ਬੱਸ ਉਸ ਅਮਿਰ ਸਿੰਘ ਜੀ ਵਿਅਕਤੀਗਤ ਤੌਰ ਤੇ ਸਵਾਲ ਇਹ ਕੋਈ ਕਿਸੇ ਨੂੰ ਅਸੀਂ ਨਹੀਂ ਕਹਿ ਰਹੇ ਵੈਸੇ ਜੇ ਪਰਿਵਾਰ ਦੇ ਵਿੱਚ ਇੱਕ ਮੈਂਬਰ ਇੰਨਾ ਪਾਵਰਫੁਲ ਜਿਵੇਂ ਅਸਾ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਤੇ ਮੇਨੂੰ ਲੱਗਦਾ ਸਾਰਾ ਪਰਿਵਾਰ ਹੀ ਮੁੱਖ ਮੰਤਰੀ ਹੋ ਜਾਂਦਾ ਮੇਰਾ ਨਹੀਂ ਖਿਆਲ ਕੋਈ ਹੋਰ ਦੂਜਿਆਂ ਨਾਲ ਮੰਤਰੀ ਬਿਠਾ ਕੇ ਜਾਂ ਕਿਸੇ ਹੋਰ ਨੂੰ ਕਰਕੇ ਪਾਵਰ ਜ਼ਿਆਦਾ ਮਿਲਦੀ ਹੈ ਇਹ ਇੱਕ ਸਵਾਲ ਆ ਦੂਜਾ ਸਵਾਲ ਇਹ ਵੀ ਆ ਕਿ ਭਾਵੇਂ ਤੁਸੀਂ ਮੰਤਰੀ ਸਤਾਰਾ ਬਣਾ ਲਓ ਨਾਲ ਇਹ ਵੀ ਆਪਾਂ ਫਾਰਮੂਲਾ ਲਾ ਲੀਨੇ ਆ ਵੀ ਇਹ ਤਾਂ ਇਮੀਡੀਏਟ ਪਰਿਵਾਰ ਆ ਜੀ ਬਲੱਡ ਰਿਲੇਸ਼ਨ ਨੇ ਜਾਂ ਮੀਆਂ ਬੀਵੀ ਲੇਕਿਨ ਗਾਹ ਜਿਹੜੇ ਰਿਸ਼ਤੇ ਹੁੰਦੇ ਆ ਸਹੁਰਿਆਂ ਵੱਲੋਂ ਜਾਂ ਫਿਰ ਕੁੜਮਾਂ ਵੱਲੋਂ ਉਹ ਸਾਰੇ ਰਿਸ਼ਤੇ ਵੀ ਤਾਂ ਬਲੱਡ 'ਚ ਹੀ ਆਉਂਦੇ ਨਾ ਲੇਕਿਨ ਇਹਦੇ ਸਮਾਨੰਤਰ ਅਸੀਂ ਜੇ ਆਪਣੇ ਪੰਜ ਵੀ ਮੰਤਰੀ ਰੱਖ ਲਈਏ ਤੇ ਬਾਕੀ ਜਿਹੜੇ ਨੇ ਉਹ 12 ਮੰਤਰੀ ਬਾਹਰੋਂ ਆਉਣ ਤੇ ਜੇ ਮਹਿਕਮੇ ਹੀ ਸਾਡੇ ਕੋਲ ਲਗਭਗ 70 75% ਮੇਨ ਮਹਿਕਮਾ ਹੀ ਆਪਣੇ ਕੋਲ ਰੱਖ ਲੈਣੇ ਆ ਤਾਂ ਫਿਰ ਦੂਜਿਆਂ ਦੇ ਹੋਣ ਜਾਂ ਨਾ ਹੋਣ ਦੀ ਵੀ ਕੀ ਤਕ ਹੈ ਤੁਸੀਂ ਮੈਨੂੰ ਲੱਗਦਾ ਹੈ ਕਿ ਜਿਹੜਾ ਪਾਵਰ ਦਾ ਵਿਕੇਂਦਰੀਕਰਨ ਹੈ ਸੱਤਾ ਦਾ ਜਿਹੜਾ ਕੇਂਦਰੀਕਰਨ ਦੇ ਖਿਲਾਫ ਅਕਾਲੀ ਦਲ ਲੜਦਾ ਰਿਹਾ ਉਹਨੂੰ ਆਪਣੇ ਵਿਅਕਤੀਗਤ ਤੌਰ ਤੇ ਲਾਗੂ ਕਰਨ ਤੋਂ ਇਹਦੀ ਹੈਜੀਟੇਸ਼ਨ ਇਹਨੂੰ ਪਛਾਣ ਖੇਚਦੀ ਹੈ ਇੱਕ ਸਵਾਲ ਇਹ ਵੀ ਹੈ ਦੂਜੀ ਗੱਲ ਕੀ ਜਦੋਂ ਤੁਸੀਂ ਇੱਕ ਪਾਰਟੀ ਇੱਕ ਪਰਿਵਾਰ ਇੱਕ ਟਿੱਕਟ ਇਹਦੇ ਤੇ ਆਓਗੇ ਤਾਂ ਰਿਸ਼ਤਿਆਂ ਨੂੰ ਰੀਡਿਫਾਈਨ ਕਰੋਗੇ ਜਾ ਸਿਰਫ ਇਹੀ ਮੰਨੋਗੇ ਕਿ ਮੀਆਂ ਬੇਵੀ ਜਾਂ ਪਿਓ ਪੁੱਤ ਜਾਂ ਭੈਣ ਭਰਾ ਉਹ ਨਹੀਂ ਭੈਣ ਭਰਾ ਵੀ ਨਹੀਂ ਆਉਂਦੇ ਦੀ ਭੈਣ ਵਿਆਹੀ ਹੋਈ ਤਾਂ ਗੱਲ ਨਹੀਂ ਬਣਦੀ ਸੋ ਇਹ ਵੀ ਇਹਨੂੰ ਵੀ ਡਿਫਾਈਨ ਕਰਨਾ ਪਊਗਾ ਨਾ ਜਾਂ ਵਾਰਾਖੰਦੇ ਦੇ ਹਿਸਾਬ ਨਾਲ ਚੱਲਿਆ ਜਾਂਦਾ ਉਹਦੇ ਚ ਇਹ ਹੁੰਦਾ ਕਿ ਗੱਲ ਕਿਤੋਂ ਤਾਂ ਸ਼ੁਰੂ ਕਰੋ ਪਹਿਲਾਂ ਜਿਹੜੀ ਇੱਕ ਇਮੀਡੀਏਟ ਫੈਮਲੀ ਆ ਉਹਦੇ ਤੋਂ ਤਾਂ ਕਰ ਲੋ ਉਸ ਤੋਂ ਬਾਅਦ ਅਗਲੇ ਸਵਾਲ ਉੱਠਣਗੇ ਇੱਕੋ ਦਮ ਤਾਂ ਸ਼ਾਇਦ ਬਹੁਤ ਮੁਸ਼ਕਲ ਕੰਮ ਹੈ ਨਾ ਪਾਰਟੀਆਂ ਜਿੱਥੇ ਚਲੀਆਂ ਗਈਆਂ ਨੇ ਜਿਹੜਾ ਅੱਜ ਦੀ ਸਿਆਸਤ ਬਣ ਗਈ ਹੈ ਮੈਂ ਤਾਂ ਅੱਜ ਕੱਲ ਸਿਆਸਤ ਇਹ ਬਣ ਗਈ ਹੈ ਕਿ ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਜਿਹੜੇ ਮਰਜ਼ੀ 17 18 ਇੱਥੇ ਲਾ ਦਿਓ ਤੇ ਉੱਥੇ ਮਤਲਬ 80 90 ਲਾ ਲਓ ਜੇ ਉਹ ਨਹੀਂ ਚਾਹੁੰਦੇ ਕਿ ਇਹਦੇ ਕੋਲ ਕੋਈ ਪਾਵਰ ਜਾਣੀ ਚਾਹੀਦੀ ਹੈ ਤੇ ਠੇਹਾ ਮੈਸੇਜ ਦੇਣਾ ਹੁੰਦਾ ਐਡਮਿਨਿਸਟ੍ਰੇਸ਼ਨ ਨੂੰ ਉਹਨਾਂ ਕੋਲ ਰਤਵਾ ਹੋ ਸਕਦਾ ਪਰ ਪਾਵਰ ਨਹੀਂ ਹੁੰਦੀ ਫਿਰ ਉਹ ਕਿਸੇ ਕੋਲ ਵੀ ਨਹੀਂ ਹੁੰਦੀ ਔਰ ਜਿਹੋ ਜਿਹਾ ਹਾਲ ਅੱਜ ਕੱਲ ਅਸੀਂ 92 ਤੋਂ ਲੈ ਕੇ ਮੰਤਰੀਆਂ ਤੱਕ ਦੇਖ ਹੀ ਰਿਹਾ ਸਾਰੇ ਕੁਸ਼ ਕਿਹਦੇ ਕੋਲ ਪਾਵਰ ਰਹਿਣੀ ਹੈ ਪਾਵਰ ਤਾਂ ਉਹ ਮੈਂ ਉਹ ਤਾਂ ਅੱਖ ਟੌਪ ਬੌਸ ਦੀ ਦੇਖਦਾ ਨਾ ਐਡਮਿਨਿਸਟ੍ਰੇਸ਼ਨ ਦਾ ਕਹੀ ਦੇਣਾ ਹੁੰਦਾ ਕੋਈ ਕੋਈ ਐਮਐਲਏ ਇੱਥੇ ਮਾੜੀ ਜੀ ਮੰਗ ਲੈਣਾ ਮੈਂ ਡਿਪਟੀ ਸੀਐਮ ਦੇ ਲੈ ਕੇ ਮੁੜ ਕੇ ਸਰਕਾਰੀ ਸਮਾਗਮਾਂ ਚ ਸਦਨਾਂ ਵੀ ਬੰਦ ਹੋ ਜਾਂਦਾ ਉਹ ਫਿਰ ਵਿਚਾਰਾ ਲੈ ਲੈ ਪੇਪੇ ਕਰਦਾ ਕੋਈ ਨਾ ਕੁਸ ਕਰਦਾ ਵੀ ਚਲੋ ਜੀ ਲਿਆਓ ਇਸ ਲਈ ਪਾਵਰ ਗੇਮ ਸਾਡੇ ਹੋਰ ਟਾਈਪ ਦੀ ਹੋ ਗਈ ਹੈ ਇਹਦਾ ਤਾਂ ਕੋਈ ਲਾਜਿਕ ਜਾਂ ਬਾਕੀ ਬਚਿਆ ਨਹੀਂ ਹੈ ਇੱਕ ਅਸੂਲਨ ਜੀ ਗੱਲ ਹੈ ਕਿ ਇੱਕ ਪਰਿਵਾਰ ਨੂੰ ਚੋ ਇੱਕ ਟਿਕਟ ਦੇ ਦਿਓ ਚੰਗਾ ਜੇ ਨਾ ਵੀ ਦਿਓ ਬਾਕੀ ਸਾਰਿਆਂ ਨੂੰ ਵੀ ਦੇ ਦੋਗੇ ਤਾਂ ਵੀ ਪਾਵਰ ਪੋਲਿਟਿਕਸ ਦਾ ਕੋਈ ਬੰਜਾਜ ਨਹੀਂ ਬਦਲ ਜਾਣਾ ਮੱਖ ਵਕਤ ਦੇ ਤੋਂ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਦੇ ਰਹੇ ਕਿੰਨੇ ਮੰਤਰੀਆਂ ਦੇ ਨਾਂ ਜਾਣਦੇ ਆਸੀਂ ਤਾਂ ਰੋਜ਼ ਰਹਿੰਦੇ ਆ ਉਹਦੇ ਚ ਸਾਨੂੰ ਨੂੰ ਯਾਦ ਪਾਣ ਦਾ ਸ ਤੋਂ ਜ਼ਿਆਦਾ ਹੁੰਦੇ ਫਿਰ ਵੀ ਦੇਖਣਾ ਪੈਂਦਾ ਕਈ ਵਾਰ ਉਹ ਕਿਹੜਾ ਮੰਤਰੀ ਹੈ ਜੀ ਕਿਹੜਾ ਨਹੀਂ ਕਿਉਂਕਿ ਜੇ ਮੰਤਰੀ ਵਿਚਰਦੇ ਹੋਣ ਆਪਣੇ ਅਦਾਰਿਆਂ ਚ ਇੰਡੀਪੈਂਡੈਂਟਲੀ ਤਾਂ ਕਿਉਂ ਨਾ ਯਾਦ ਨਹੀਂ ਹੁੰਦੇ ਜੀ ਮੰਤਰੀਆਂ ਦੇ ਨਾਮ ਯਾਦ ਹੁੰਦੇ ਨੇ ਕਿਉਂਕਿ ਉਹ ਲੋਕਾਂ ਨਾਲ ਜੁੜੇ ਡਿਪਾਰਟਮੈਂਟ ਨੇ ਸਾਰੇ ਇਸ ਕਰਕੇ ਇਹ ਪਾਵਰ ਦਾ ਤਾਂ ਸਿਸਟਮ ਹੀ ਲਾਜਿਕ ਹੋਰ ਹੋ ਗਿਆ ਹੁਣ ਉਹਦੇ ਲਈ ਤਾਂ ਉਹ ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਪਾਰਟੀਆਂ ਚ ਨਹੀਂ ਆਉਂਦੀ ਜਿੰਨਾ ਚਿਰ ਟੌਪ ਬਾਸ ਨੂੰ ਅੰਦਰੋਂ ਸਵਾਲ ਪੁੱਛੇ ਜਾਣੇ ਸ਼ੁਰੂ ਨਹੀਂ ਹੁੰਦੇ ਉਨਾ ਚਿਰ ਉਹ ਨਹੀਂ ਜਵਾਬਦੇਹੀ ਸਾਬਤ ਹੋ ਸਕਦੀ ਕਿਸੇ ਵੀ ਰੂਪ ਦੇ ਵਿੱਚ ਉਧਰ ਜਾ ਰਹੇ ਆ ਪਰ ਫਿਰ ਵੀ ਕਿਤੋਂ ਸ਼ੁਰੂ ਹੋਣਾ ਹੁੰਦਾ ਇਹ ਵੀ ਲੋਕ ਜੇ ਡਿਮਾਂਡ ਕਰਦੇ ਨੇ ਕਿ ਇੱਕ ਪਾਰਟੀ ਚੋਂ ਚੁਣਿਆ ਤਾਂ ਇੱਕ ਜਾਵੇ ਹਜੇ ਇੱਥੋਂ ਤਾਂ ਸ਼ੁਰੂ ਹੋਵੇ ਗੱਲ ਜਿਹੜੀ ਉਲਟੇ ਪਾਸੇ ਜਾ ਰਹੀ ਆ ਤੇ ਉਹਦੀ ਡਾਇਰੈਕਸ਼ਨ ਤਾਂ ਬਦਲੇ ਤੇ ਹੌਲੀ ਹੌਲੀ ਤਾਂ ਬਾਕੀ ਗੱਲਾਂ ਹੋਣੀਆਂ ਸ਼ੁਰੂ ਹੋਣਗੀਆਂ ਮੇਰੇ ਖਿਆਲ ਨਾਲ ਔਰ ਅਕਾਲੀ ਦਲ ਸ਼ੁਰੂ ਕਰਿਆ ਅਕਾਲੀ ਦਲ ਤੋਂ ਡਿਮਾਂਡ ਇਸ ਕਰਕੇ ਵੀ ਲੋਕ ਜ਼ਿਆਦਾ ਕਰਦੇ ਨੇ ਕਿਉਂਕਿ ਇੱਕ ਵਿਚਾਰਤਕ ਇੱਕ ਬੈਕਗ੍ਰਾਉਂਡ ਨਾਲ ਜੁੜੀ ਪਾਰਟੀ ਹੈ ਇਹ ਸਰਬੱਤ ਦੇ ਭਲੇ ਦੀ ਤੇ ਹਿਊਮਨ ਰਾਈਟਸ ਦੇ ਵੱਡੇ ਦਾਇਰੇ ਦੀ ਪਾਰਟੀ ਹੈ ਜਿੱਥੋਂ ਆਈ ਸੀ ਕਦੇ ਤੇ ਜੇ ਉਧਰ ਨੂੰ ਇਸੇ ਕਰਕੇ ਤਵੱਕੋ ਕੀਤੀ ਜਾਂਦੀ ਨਹੀਂ ਤਾਂ ਕਾਹਦੇ ਲਈ ਬਾਕੀ ਪਾਰਟੀਆਂ ਤੇ ਇੰਨਾ ਜੋਰ ਕੌਣ ਲਾਉਂਦਾ ਵੀ ਤੁਸੀਂ ਐ ਨਹੀਂ ਕਰਦੇ ਐਂ ਕਰਦੇ ਕਿਉਂਕਿ ਉਹਨਾਂ ਦਾ ਪਿੱਛੇ ਕੋਈ ਦਾਇਆ ਹੀ ਨਹੀਂ ਰਿਹਾ ਕਦੇ ਕਿ ਅਸੀਂ ਹਿਊਮਨ ਰਾਈਟਸਦਾਰ ਆ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਾਰਿਸ ਆ ਅਸੀਂ ਸਰਬੰਸਦਾਨੀ ਦੇ ਵਾਰਿਸ ਆ ਤੇ ਸਰਬੰਸਦਾਨੀ ਦੇ ਵਾਰਿਸ ਲਾਲਚ ਚ ਪੈਣਗੇ ਤਾਂ ਉਹਨਾਂ ਨੂੰ ਹੀ ਸਵਾਲ ਜ਼ਿਆਦਾ ਪੁੱਛਿਆ ਜਾਂਦਾ ਦੂਜੇ ਦੇ ਕੰਪੈਰੇਟਿਵ ਕੱਲ ਸ਼ਾਮ ਨੂੰ ਮੈਨੂੰ ਰਜੀਵ ਭਾਸਕਰ ਨਾਲ ਗੱਲ ਕਰਕੇ ਗੱਲ ਕਰ ਰਹੀ ਸੀ ਕਹਿੰਦੇ ਜੀ ਤੁਸੀਂ ਅਕਾਲੀ ਦਲ ਜਿਹੜੇ ਦੀ ਗੱਲ ਕਰਦੇ ਹੋ ਉਹ ਅਕਾਲੀ ਦਲ ਬਹੁਤ ਪਹਿਲਾਂ ਵਾਲਾ ਸੀਗਾ ਹੁਣ ਅਕਾਲੀ ਦਲ ਬਹੁਤ ਬਦਲਿਆ ਹੋਇਆ ਤੁਸੀਂ ਉਸ ਤੋਂ ਇੰਨੀ ਆਸ ਨਾ ਰੱਖੋ ਇਦਾਂ ਦੀ ਤਵਕਕੋ ਨਾ ਕਰਿਆ ਕਰੋ ਉਹਨਾਂ ਨੂੰ ਪਹਿਲਾਂ ਪੁੱਛ ਲਓ ਵੀ ਉਹ ਉਦਾਂ ਦੇ ਬਣਨਾ ਵੀ ਚਾਹੁੰਦੇ ਆ ਜਿਦਾਂ ਦੇ ਲੋਕ ਉਮੀਦ ਕਰਦੇ ਆ ਕਿ ਨਹੀਂ ਇਹ ਸਵਾਲ ਥੋੜੀ ਗਲ ਠੀਕ ਹੈ ਕਈ ਵਾਰੀ ਅਸੀਂ ਹੁਣ ਮੁੱਖ ਮੰਤਰੀ ਨੂੰ ਵੀ ਦੇਖਦੇ ਆ ਸਾਡੇ ਮੁੱਖ ਮੰਤਰੀ ਇੰਨੇ ਪਾਵਰਫੁਲ ਨੇ ਉਹ ਦੂਜੀਆਂ ਪਾਰਟੀਆਂ 'ਚ ਹੁਣ ਕਿਹੜੀ ਕੋਈ ਕਸਰ ਹੈਗੀ ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆ ਮੰਨਿਆ ਜਾਂਦਾ ਸੀ ਕਿ ਪਾਵਰਫੁਲ ਹਾਲਾਂਕਿ ਉਹਨਾਂ ਦੇ ਮੰਤਰੀ ਜਿੰਨਾ ਮਹਿਕਮੇ 'ਚ ਸੀ ਉੱਥੇ ਉਹਨਾਂ ਦਾ ਦਖਲ ਘੱਟ ਹੁੰਦਾ ਸੀਗਾ ਇੱਥੇ ਤਾਂ ਆਪਣਾ ਆਪਾਂ ਨੂੰ ਵੀ ਕਿੰਨੇ ਤੁਸੀਂ ਉੱਪਰ ਦੀ ਗੱਲ ਕਰ ਰਹੇ ਸੀਗੇ ਸਾਨੂੰ ਮਿਰ ਸਿੰਘ ਜੀ ਇੱਥੇ ਵੀ ਨਾ ਘੱਟ ਯਾਦ ਆਉਂਦੇ ਕਿਸੇ ਵੇਲੇ ਤਿੰਨ ਚਾਰ ਹੀ ਮਹਿਕਮੇ ਵਾਲੇ ਮੰਤਰੀਆਂ ਦਾ ਰਹਿੰਦਾ ਯਾਦ ਬਾਕੀ ਤਾਂ ਪਤਾ ਵੀ ਨਹੀਂ ਲੱਗਦਾ ਮਹਿਕਮੇ ਕਿਹਦੇ ਕੋਲ ਸਰਚ ਕਰਨਾ ਪੈਂਦਾ ਕਿ ਆਹ ਮਹਿਕਮਾ ਕਿਹਦੇ ਕੋਲ ਸਾਡੇ ਮੁੱਖ ਮੰਤਰੀ ਨਜ਼ਰ ਆਉਂਦੇ ਤੇ ਅਕਾਲੀ ਦਲ ਵਾਲੀ ਗੱਲ ਜੜੀ ਉਹਦੇ ਵਿੱਚ ਇੱਕ ਹੋਰ ਆਲਰੇਡੀ ਫੈਸਲਾ ਹੋਇਆ ਹੋਇਆ ਸੀ 2 ਸਾਲ ਸਾਲ ਡੇਢ ਸਾਲ ਪਹਿਲਾਂ ਤੋਂ ਕਿ ਇਸ ਵਾਰੀ ਸੁਖਵੀਰ ਬਾਦਲ ਨਹੀਂ ਲੜਨਗੇ ਇਸ ਵਾਰੀ ਉਹ ਲੋਕ ਸਭਾ ਦੀ ਇਲੈਕਸ਼ਨ ਘਟੋ ਘਟ ਬਿਲਕੁਲ ਨਹੀਂ ਲੜਨਗੇ ਤੇ ਜੇ ਫੈਸਲਾ ਲਿਆ ਵੀ ਜਾਵੇ ਹੁਣ ਇਸ ਮੌਕੇ ਦੇ ਉੱਤੇ ਤਾਂ ਫੈਸਲਾ ਤਾਂ ਆਲਰੇਡੀ ਹੋਇਆ ਹੋਇਆ ਸੀਗਾ ਹੁਣ ਸਿਰਫ ਜਨਤਕ ਨੂੰ ਕੀਤਾ ਗਿਆ ਜਾਂ ਇੱਕ ਸਟੋਰੀ ਦੇ ਰੂਪ ਦੇ ਵਿੱਚ ਇਹ ਮਾਮਲਾ ਆਇਆ ਵੈਸੇ ਜੇ ਮੈਂ ਇੱਕ ਲਾਸਟ ਤੁਹਾਨੂੰ ਇੱਕ ਛੋਟੀ ਜਿਹੀ ਟਿੱਪਣੀ ਕਰਨ ਲਈ ਕਹਾਂ ਕਿ ਰਾਤ ਲੰਘ ਗਈ ਕੱਲ ਦੁਪਹਿਰ ਤੋਂ ਬਾਅਦ ਸ਼ਾਮ ਵੀ ਲੰਘ ਗਈ ਜਦੋਂ ਅਮਿਤ ਸ਼ਾਹ ਦਾ ਬਿਆਨ ਸੀ ਕਿ ਅਸੀਂ ਇੱਕ ਦੂਜੇ ਨਾਲ ਅੱਗੇ ਵਧ ਰਹੇ ਹਾਂ ਦਰਮਿਆਨ ਦੇ ਵਿੱਚ ਇੱਕ ਖਬਰ ਹੋਰ ਆਉਣੀ ਸ਼ੁਰੂ ਹੋਈ ਕਿ ਇਸ ਸੀਟਾਂ ਦੀ ਮੰਗ ਦੇ ਮਾਮਲੇ 'ਚ ਭਾਰਤੀ ਜਨਤਾ ਪਾਰਟੀ ਪਹਿਲੀਆਂ 3 ਦੇ ਨਾਲ ਪਟਿਆਲੇ ਵਾਲੀ ਨੂੰ ਤਾਂ ਮੰਨ ਕੇ ਹੀ ਚੱਲ ਰਹੀ ਕੈਪਟਨ ਅਮਰਿੰਦਰ ਸਿੰਘ ਕਰਕੇ ਪਰ ਉਹ ਨਾਲ ਜਲੰਧਰ ਲੁਧਿਆਣਾ ਤੇ ਫਿਰੋਜ਼ਪੁਰ ਉਹਦੇ ਤੇ ਵੀ ਦਾਵਾ ਜਤਾ ਰਹੇ ਨੇ ਇਸ ਕਰਕੇ ਮਾਮਲਾ ਫਸਿਆ ਹੋਇਆ 4 3 7 ਤੇ ਫਸੇ ਹੋਏ ਨੇ 7 ਤੇ ਸੋ ਉਹਦੇ ਵਿੱਚੋਂ ਜੇ ਕੁੱਲ ਮਿਲਾ ਕੇ ਕੋਈ ਛੱਡਣਾ ਚਾਹਣਗੇ ਜਲੰਧਰ ਛੱਡਣਾ ਚਾਹਣਗੇ 6 ਤਾਂ ਤੋਂ ਥੱਲੇ ਇੱਕ ਇੱਕ ਸੀਟ ਵੀ ਨਹੀਂ ਛੱਡਣ ਨੂੰ ਤਿਆਰ ਸੀ 네ਗੋਸ਼ੀਏਸ਼ਨ ਚ ਇਹ ਵੀ ਇੱਕ ਕੱਲ ਦੀ ਗੱਲ ਚੱਲ ਰਹੀ ਜੀ ਤੇ ਦੇਖੋ ਵੈਸੇ ਤਾਂ ਆਫੀਸ਼ੀਅਲੀ ਜਿਹੜਾ ਵੀ ਕੋਈ ਕੁਛ ਕਹੂਗਾ ਉਸ ਤੋਂ ਬਾਅਦ ਪਤਾ ਲੱਗੂ ਜੋ ਵੀ ਆ ਗਿਆ ਪਰ ਬੀਜੇਪੀ ਇਹ ਕਰ ਹੀ ਰਹੀ ਹੈ ਨਾਰਮਲੀ ਕਿ ਉੱਪਰ ਲੀਆਂ ਸੀਟਾਂ ਤੇ ਹੇਠ ਲਿਆਂਦਾ ਜਿਵੇਂ ਬੀਜੂ ਜਨਤਾ ਨਾਲ ਪੇ ਦਲ ਨਾਲ ਪੇਚ ਫਸਿਆ ਪਿਆ ਹੈ ਹਜੇ ਜਿਹੜੇ ਨਵੀਨ ਪਟਨਾ ਇੱਕ ਚੀਫ ਮਿਨਿਸਟਰ ਨੇ ਉਹ ਕਿਉਂਕਿ ਪਾਵਰਫੁੱਲ ਨੇ ਆਪਣੇ ਆਪਣੀ ਇਲੈਕਸ਼ਨ ਤਾਂ ਆਪਣੇ ਦਮ ਤੇ ਲੜਦੇ ਨੇ ਉਸ ਲੈਵਲ ਤੇ ਉਹ ਕਹਿੰਦੇ 145 ਚੋਂ 100 ਮੈਂ ਲੜੂੰਗਾ ਜਿਹੜੀ ਅਸੈਂਬਲੀ ਤਾਂ ਤੁਹਾਨੂੰ ਉੱਪਰ ਲੀਆਂ ਜ਼ਿਆਦਾ ਦੇ ਸਕਦਾ ਪਰ ਫਿਰ ਤੁਸੀਂ ਅੱਗੇ ਅਸੈਂਬਲੀ ਜੀ ਵੀ ਕਰੋ ਉਹ ਵੀ ਹੁਣੇ ਸੌਦਾ ਨਾਲ ਉਹ ਕਰੋਗੇ ਕਿਉਂਕਿ ਨਾਲ ਹੀ ਚੱਲਦਾ ਨਾ ਉਹ ਕੰਮ ਸਾਰਾ ਉੜੀਸਾ ਦੀ ਧਰਤੀੋਂ ਵੀ ਨਾਲ ਹੀ ਹੈ ਇਕੱਠੀ ਇਲੈਕਸ਼ਨ ਹਾਂ ਹਾਂ ਤੇ ਉਹਦੇ ਵਿੱਚ ਤੁਸੀਂ ਇਹ ਕਹੋਗੇ ਕਿ ਉਹਦੇ ਚੋਂ ਵੀ ਮੈਨੂੰ ਜ਼ਿਆਦਾ ਦਿਓ ਨਾਲ ਇਹਦੇ ਚ ਵੀ ਮੈਨੂੰ ਦੇ ਦਿਓ ਇਹ ਨਹੀਂ ਹੋ ਸਕਣਾ ਇਸ ਲਈ ਅਜੇ ਉਹ ਵਿੱਚ ਡੇੜਾ ਕ ਚੱਲ ਰਿਹਾ ਫਾਈਨਲ ਨਹੀਂ ਹੋਇਆ ਪਰ ਅਕਾਲੀ ਦਰ ਦੇ ਵਿੱਚ ਮੇਰੇ ਖਿਆਲ ਨਾਲ ਉਸ ਲੈਵਲ ਦਾ ਹੁਣ ਜਿਹੜੀ ਬਾਰਗੇਨਿੰਗ ਪਾਵਰ ਤੁਹਾਡੇ ਵजूद ਨਾਲ ਜੁੜ ਕੇ ਹੁੰਦੀ ਹੈ ਤੁਹਾਡੇ ਵਿੱਚ ਜਦੋਂ ਉਹ ਤੁਹਾਡਾ ਡਾਊਨ ਜਾਂਦਾ ਹੈ ਲਗਾਤਾਰ ਜਾਂਦਾ ਹੈ ਤਾਂ ਤੁਸੀਂ ਸਲਿੱਪ ਕਰਦੇ ਜਾਂਦੇ ਹੋ ਆਰਗੂਮੈਂਟ ਦੇ ਲੈਵਲ ਤੇ ਉਸ ਪੱਧਰ ਦੇ ਉੱਤੇ ਇਹ ਮਤਲਬ ਸਿਧਾਂਤਕ ਤੌਰ ਤੇ ਇਹ ਵੀ ਨਹੀਂ ਕਹਿਣ ਲਈ ਤਿਆਰ ਵੀ ਤੁਸੀਂ ਸਾਨੂੰ ਹੋਰ ਤਾਂ ਕੁਝ ਨਹੀਂ ਦੇ ਰਹੇ ਸਾਡਾ ਮੁੱਦਾ ਕੋਈ ਨਹੀਂ ਐਡਰੈਸ ਕਰ ਰਹੇ ਜਿਹੜੇ ਵੱਡੇ ਮੁੱਦੇ ਨੇ ਜਿਹਦੇ ਕਰਕੇ ਅਕਾਲੀ ਦਲ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਅਕਾਲੀ ਦਲ ਹਟਾਊਗਾ ਇਹ ਸਾਰੇ ਚਾਹੇ ਪੰਥਕ ਮੁੱਦੇ ਹੋਣ ਚਾਹੇ ਪੰਜਾਬ ਦੇ ਵੱਡੇ ਮੁੱਦੇ ਹੋਣ ਤੇ ਫਿਰ ਸੀਟਾਂ ਵੀ ਤੁਸੀਂ ਇੰਨੀਆਂ ਜ਼ਿਆਦਾ ਲੈ ਕੇ ਜਾ ਰਹੇ ਹੋ ਜੇ ਦੋਨੋਂ ਗੱਲਾਂ ਵਾਪਰ ਗੀਆਂ ਮੰਨ ਲਓ ਸੀਟਾਂ ਵੀ ਉਹ ਜ਼ਿਆਦਾ ਲੈ ਗਏ ਤੇ ਮੁੱਦਾ ਵੀ ਇਹਨਾਂ ਦਾ ਕੋਈ ਐਡਰੈਸ ਨਹੀਂ ਹੋਇਆ ਤਾਂ ਕਿਹੜੇ ਆਧਾਰ ਕੀ ਬਣਊਗਾ ਮੈਨੂੰ ਨਹੀਂ ਸਮਝ ਆਈ ਕਿ ਲੌਜਿਕ ਕੀ ਹੋਏਗਾ ਤੁਹਾਡਾ ਜਾਣ ਦਾ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਕਿ ਤੁਸੀਂ ਲੋਕਾਂ ਨੂੰ ਕੀ ਕੀ ਕਹਿ ਕੇ ਜਾਓਗੇ ਕੀ ਦੱਸ ਕੇ ਜਾਓਗੇ ਉਸ ਪਦਰ ਜੀ ਇਹ ਇਹ ਕਾਫੀ ਅਹਿਮ ਸਵਾਲ ਹੈ ਕਿ ਤੁਸੀਂ ਵੋਟਾਂ ਤਾਂ ਜਿਹੜੀਆਂ ਸੀਟਾਂ ਤਾਂ ਵੰਡ ਲੋਗੇ ਲੇਕਿਨ ਵੋਟਾਂ ਤਾਂ ਲੋਕਾਂ ਤੋਂ ਮਿਲਣੀਆਂ ਨੇ ਕੁਝ ਤਾਂ ਕਹਿਣਾ ਪਊਗਾ ਮੈਂ ਪ੍ਰਤਾਪ ਸਿੰਘ ਬਾਜਵਾ ਹੁਣਾਂ ਨੂੰ ਵੀ ਦੇਖ ਰਿਹਾ ਸੀਗਾ ਹੁਣ ਅਸੀਂ ਕਾਲੀ ਚ ਹੀ ਰਵਾਂਗੇ ਜੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਮੁੱਖ ਮੰਤਰੀ ਨੂੰ ਕਿ ਤੁਸੀਂ ਚੈਲੰਜ ਕੀਤਾ ਆਜੋ ਜਿੱਥੋਂ ਲੜਨਾ ਮੈਂ ਤਾਂ ਤਿਆਰ ਹੁਣ ਭਲਾ ਮੁੱਖ ਮੰਤਰੀ ਕਿਉਂ ਇਲੈਕਸ਼ਨ ਲੜਨਗੇ ਜੀ ਇਹ ਉਹਨਾਂ ਨੂੰ ਕੀ ਪਈ ਹੈ ਜੀ ਚੱਟੀ ਕੱਲੋ ਬਠਿੰਡੇ ਚੁੱਪਚੀਤੇ ਚਲੇ ਗਏ ਰਾਹ ਦੇ ਵਿੱਚੋਂ ਉਹ ਬਾਰੀ ਦੀ ਖਿੜਕੀ ਥਾਣੀ ਵੀ ਲੋਕਾਂ ਨੂੰ ਮਿਲਦੇ-ਮਿਲਦੇ ਰਹੇ ਖੜੇ-ਖੜੇ ਹੋ ਕੇ ਚੁੱਪ-ਚੀਪੀਤੇ ਬਠੰਡੇ ਦੇ ਦੌਰੇ ਦੇ ਕਈ ਅਰਥ ਵੀ ਕੱਢੇ ਗਏ ਕੁਝ ਲੋਕ ਕਹਿ ਰਹੇ ਸੀ ਕਿ ਕੀ ਉਹ ਸਿੱਧੂ ਮੂਸੇਵਾਲੇ ਦੇ ਫਾਦਰ ਨੂੰ ਮਿਲਣਾ ਚਾ ਰਹੇ ਸੀ ਕੀ ਇਹਨਾਂ ਦੀ ਕੋਈ ਗੁਪਤ ਮੀਟਿੰਗ ਕੀ ਕੋਈ ਵੀਡੀਓ ਕਾਨਫਰencing ਦਾ ਯਤਨ ਵੀ ਹੋਇਆ ਜਿਹੜੇ ਐਸਐਸਪੀ ਉਹਨਾਂ ਨੂੰ ਮਿਲਣ ਗਏ ਸੀ ਮਾਨਸੇਵਾਲੇ ਡਾਕਟਰ ਨਾਨਕ ਸਿੰਘ ਉਹ ਕੀ ਉੱਥੇ ਕੋਈ ਸਪੈਸ਼ਲ ਮੈਸੇਜ ਲੈ ਕੇ ਗਏ ਸੀ ਹਾਲਾਂਕਿ ਉਹਨਾਂ ਦੇ ਨੇੜਲੇ ਸੋਰਸਸ ਤੋਂ ਮੈਂ ਪਤਾ ਕਰਾਇਆ ਨਾਨਕ ਸਿੰਘ ਦੇ ਔਰ ਉਹਨਾਂ ਉਹ ਕਹਿੰਦੇ ਇਹ ਤਾਂ ਇੱਕ ਕੌਟਸੀ ਸੀਗੀ ਔਰ ਮੇਰੀ ਚੰਗੇ ਮਾਹੌਲ 'ਚ ਗੱਲਬਾਤ ਹੋਈ ਆ ਅਸੀਂ ਉਹਨਾਂ ਨੂੰ ਕਨਵੇ ਕੀਤਾ ਜੋ ਵੀ ਹੈ ਔਰ ਮੈਂ ਤਾਂ ਇੱਕ ਜਸਟ ਇੱਕ ਰਸਮ ਦੇ ਤੌਰ ਤੇ ਉੱਥੇ ਉਹਨਾਂ ਕੋਲ ਗਿਆ ਸੀ ਕੋਈ ਵੀ ਇਸ ਗੱਲ ਦੀ ਸ਼ਾਦੀ ਨਹੀਂ ਭਰਦਾ ਕਿ ਇਹਨਾਂ ਦੀ ਕੋਈ ਗੱਲ ਹੋਈ ਜਾਂ ਕਿਸੇ ਗੱਲ ਕਰਨ ਦਾ ਯਤਨ ਹੋਇਆ ਕੋਉਂ ਨਾ ਕੀਤੀ ਗਈ ਪਰ ਬਾਜਵਾ ਦਾ ਇਹ ਕਹਿਣਾ ਕਿ ਹੁਣ ਚੱਬੇਵਾਲ ਦੇ ਖਿਲਾਫ ਅਸੀਂ ਹਾਈ ਕੋਰਟ 'ਚ ਜਾਵਾਂਗੇ ਰਾਜਨੀਤੀ ਅੰਜ ਵੀ ਵਾਪਰ ਰਹੀ ਹੈ ਬਿਲਕੁਲ ਵਾਪਰ ਰਹੀ ਹੈ ਤੇ ਇੱਕ ਤਾਂ ਜਿਹੜਾ ਮੂਸੇ ਵਾਲੇ ਦੇ ਮਾਮਲੇ ਦੇ ਵਿੱਚ ਉਹਦੇ ਫਾਦਰ ਨੇ ਜੋ ਕਿਹਾ ਸੀ ਉਹਨੂੰ ਪੈਸੀਫਾਈ ਕਰਨ ਦੀ ਟਰਾਈ ਕੀਤੀ ਹੈ ਗਵਰਨਮੈਂਟ ਨੇ ਆਪਣੇ ਲੈਵਲ ਤੇ ਉਹ ਵੀ ਕੀਤੀ ਹੈ ਕਿ ਗਵਰਨਮੈਂਟ ਆਫ ਇੰਡੀਆ ਦਾ ਚਿੱਠੀ ਪਹਿਲਾਂ ਤਾਂ ਇਹਨੂੰ ਇਹ ਕਨਫਿਊਜ਼ਨ ਸਟ੍ਰੈਟੇਜੀ ਕਰਕੇ ਸਾਰਾ ਕੁਝ ਸੀ ਔਰ ਇਹ ਤੋਂ ਪਹਿਲਾਂ ਵੀ ਜਦੋਂ ਸਿੱਧੂ ਮੂਸੇ ਵਾਲੇ ਦੇ ਕਤਲ ਤੋਂ ਬਾਅਦ ਵੀ ਚੀਫ ਮਿਨਿਸਟਰ ਇੱਕ ਵਾਰ ਗਏ ਸੀਗੇ ਉਹਨਾਂ ਨੂੰ ਕਹਿ ਕੋ ਕੇ ਆਏ ਪਰ ਬਾਅਦ ਚ ਲਗਾਤਾਰ ਨਹੀਂ ਮਿਲਦੇ ਰਹੇ ਤੇ ਉਹ ਨਾਰਾਜ਼ਗੀ ਤਾਂ ਉਹਨਾਂ ਦੇ ਪੱਲੇ ਉਹਨਾਂ ਦੇ ਦਿਮਾਗ 'ਚ ਆ ਗਈ ਹੋਣਾ ਵਿਧਾਨ ਸਭਾ ਤੱਕ ਵੀ ਆਏ ਉਹਨਾਂ ਨੇ ਢਾਲੀਬਾਲ ਉਹਨਾਂ ਦਾ ਨਾਮ ਲਿਆ ਸੀ ਕਿ ਉਹਨਾਂ ਨੇ ਮੈਨੂੰ ਠਾਤਾ ਸੀ ਤੁਹਾਡੀ ਮੀਟਿੰਗ ਕਰਾਉਣੀ ਆ ਕੋਈ ਕਰਨੀ ਮੀਟਿੰਗ ਨਹੀਂ ਹੋਈ ਮੁੜ ਕੇ ਕੁੜੀਆਂ ਦਾ ਨਾਮ ਵੀ ਲਿਆ ਤੇ ਇਹ ਨਰਾਜਗੀ ਇੱਕ ਲੈਵਲ ਦੀ ਹੈਗੀ ਹੈ ਤੇ ਇਸ ਕਰਕੇ ਸ਼ਾਇਦ ਉਹ ਨਹੀਂ ਫਿਲਹਾਲ ਇਮੀਡੀਏਟ ਤਿਆਰ ਚੀਫ ਮਿਨਿਸਟਰ ਨਾਲ ਗੱਲ ਕਰਨ ਨਹੀਂ ਹੋਣਗੇ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਉਹਨਾਂ ਨਾਲ ਹੀ ਕਰਨੇ ਤੇ ਉਹ ਬਿਲਕੁਲ ਜਿੰਨਾ ਚਿਰ ਚੱਬੇਵਾਲ ਇਹਨਾਂ ਦੇ ਕੋਲ ਦੇ ਨਾਲ ਸੀਗਾ ਉਹਨਾਂ ਚਿਰ ਤਾਂ ਫਿਰ ਠੀਕ ਹੀ ਸੀ ਕੰਮ ਚੱਲ ਰਿਹਾ ਸੀਗਾ ਕਰਜ਼ੇ ਵਾਲੀ ਪੱਡ ਵੀ ਲੈ ਕੇ ਜਾ ਰਹੇ ਸੀ ਸੰਗੜ ਵੀ ਬਣ ਕੇ ਜਾ ਰਹੇ ਸੀ ਹੁਣ ਕਿਹੜੇ ਪ੍ਰੈਸ਼ਰ ਤਹਿਤ ਕਾਂਗਰਸੀਆਂ ਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਉਹ ਵੀਕ ਪੁਆਇੰਟ ਹੈ ਜਿਹੜਾ ਕੇਸ ਵਾਲਾ ਮਾਮਲਾ ਹੈ ਜਿਹੜੇ ਕਰਪਸ਼ਨ ਦੇ ਮਾਮਲੇ ਨੇ ਉਹਨਾਂ ਕਰਕੇ ਹੀ ਇਹ ਲੈ ਕੇ ਗਏ ਨੇ ਪਹਿਲਾਂ ਕਿਉਂਕਿ ਉਹ ਕਹਿੰਦੇ ਸੀ ਵੀ ਇੱਕ ਹਫਤਾ ਪਹਿਲਾਂ ਪੁੱਛਿਆ ਉਹਨਾਂ ਨੇ ਜਵਾਬ ਦਿੱਤਾ ਸੀ ਫਿਰ ਅਗਲੇ ਹਫਤੇ ਇਹੋ ਜੀ ਕੀ ਹੋ ਗਿਆ ਕਿ ਉਹ ਮੰਨ ਗਏ ਨੇ ਤੇ ਉਹ ਮੰਨ ਗਏ ਨੇ ਕਹਿੰਦੇ ਆ ਜਿਹੜਾ ਉਹਨਾਂ ਨੂੰ ਚੀਜ਼ਾਂ ਦਿਖਾਈਆਂ ਗਈਆਂ ਨੇ ਪਰ ਹੁਣ ਅਸੀਂ ਇਹ ਕਹਿੰਦੇ ਪਰਦਾ ਫਾਸ ਕਰਾਂਗੇ ਤੇ ਹਾਈ ਕੋਰਟ ਜਾਵਾਂਗੇ ਅਸੀਂ ਗਵਰਨਰ ਕੋਲ ਵੀ ਜਾ ਸਕਦੇ ਸੀ ਅਸੀਂ ਹੋਰ ਵੀ ਕੋਈ ਗੱਲ ਕਰ ਸਕਦੇ ਪਰ ਉੱਥੇ ਨਿਆ ਛੇਤੀ ਮਿਲਣਾ ਨਹੀਂ ਸੀ ਹਾਈ ਕੋਰਟ ਜ਼ਰੂਰ ਜਾਵਾਂਗੇ ਜਾ ਕੇ ਇਹਦੀ ਪ੍ਰੋਪਰ ਜਾਂਚ ਕਰਕੇ ਤੇ ਇਹਦੇ ਤੇ ਖਿਲਾਫ ਕਾਰਵਾਈ ਦੀ ਜਿਹੜੀ ਆਰਡਰ ਮਿਲੇ ਇਹ ਕੋਸ਼ਿਸ਼ ਕਰਾਂਗੇ ਇਹ ਕੇ ਵੀ ਹੁੰਦਾ ਘਰੋ ਜਿਹੜਾ ਤਾਜ਼ਾ ਤਾਜ਼ਾ ਜਾਂਦਾ ਤਾਂ ਤਕਲੀਫ ਵੀ ਹੁੰਦੀ ਹੈ ਕਿ ਇਹਨੂੰ ਸਬਕ ਤਾਂ ਸਿਕਾਈਏ ਹੋਰ ਜਿਹੜਾ ਦੇਖੀ ਜੋਗੀ ਜੋ ਕੁਝ ਹੁੰਦਾ ਔਰ ਦੇਖੋ ਹੁਣ ਜੇ ਕੋਰਟ ਜਾਂਦੇ ਨੇ ਕੋਰਟ ਕੀ ਕਰਦੀ ਆ ਤੇ ਉਸ ਪੱਧਰ ਦੇ ਉੱਤੇ ਜਾਂਦੀ ਆ ਔਰ ਜੇ ਕੁਝ ਜਿਆਦਾ ਵੱਡਾ ਨਿਕਲਿਆ ਹੁੰਦਾ ਉਹ ਸਾਰੇ ਮਾਮਲੇ ਦੇ ਵਿੱਚੋਂ ਹੋਰ ਵੀ ਤਾਂ ਮੈਨੂੰ ਲੱਗਦਾ ਆਵਾਦਾਂ ਦੀ ਪਾਰਟੀ ਜਿਹੜੇ ਮਕਸਦ ਲਈ ਉਹਨਾਂ ਨੂੰ ਲੈ ਕੇ ਗਈ ਹੈ ਸਵਾਲ ਉਹਦੇ ਤੇ ਵੀ ਉਠਾੜਨਗੇ ਉਸ ਤੋਂ ਬਾਅਦ ਕੈਂਡੀਡੇਚਰ ਤੇ ਵੀ ਉੱਠਣਗੇ ਫਿਰ ਜੇਕਰ ਵਾਕਈ ਇਹੋ ਜੀ ਗੱਲ ਕੋਈ ਸਾਬਤ ਹੁੰਦੀ ਆ ਤਾਂ ਇਹ ਇਲੈਕਸ਼ਨ ਤੋਂ ਪਹਿਲਾਂ ਕਾਫੀ ਮਹਿੰਗੇ ਸੌਦੇ ਵੀ ਹੋ ਜਾਂਦੇ ਆ ਉਹ ਵੀ ਜਦੋਂ ਤੁਹਾਡਾ ਸੰਭਾਵਿਤ ਤੋਂ ਉਮੀਦਵਾਰ ਹੋਵੇ ਕਾਂਗਰਸ ਦੇ ਉਹ ਸੰਭਾਵਿਤ ਤੋਂ ਉਮੀਦਵਾਰ ਸੀਗੇ ਕਿ ਇਹਨਾਂ ਦੀ ਚੰਗੀ ਪੈਂਟ ਹੈ ਜੀ ਇਹਨਾਂ ਨੂੰ ਕਰਾਉਨੇ ਆ ਡੈਪਟੀ ਲੀਡਰ ਇਸੇ ਕਰਕੇ ਸ਼ਾਇਦ ਬਣਾਇਆ ਸੀ ਪਰ ਬੰਦਾ ਪੱਟ ਕੇ ਲੈ ਗਿਆ ਅਗਲੇ ਹੁਣ ਤਕਲੀਫ ਤਾਂ ਰਹਿਣੀ ਆ ਜਾਂਦੇ ਜਾਂਦੇ ਸਿਰਫ ਤੇ ਸਿਰਫ ਜਿਹੜਾ ਕੱਲ ਸੁਪਰੀਮ ਕੋਰਟ ਚ ਮਾਮਲਾ ਆਉਂਦਾ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦਾ ਜਿੱਥੇ ਕੇਂਦਰ ਇਹ ਪਲੀ ਲੈਂਦਾ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਚੀਫ ਜਸਟਿਸ ਨੂੰ ਵਿੱਚ ਹੋਣਗੇ ਤਾਂ ਸਭ ਠੀਕ ਹੋਊਗਾ ਉਹਨਾਂ ਤੋਂ ਬਿਨਾਂ ਵੀ ਇਹ ਜਿਹੜੀ ਨਿਯੁਕਤੀਆਂ ਨੇ ਇਹਦਾ ਪ੍ਰੋਸੈਸ ਟਰਾਂਸਪੇਰੈਂਟ ਆ ਇਹ ਗੱਲ ਵੀ ਹੋ ਰਹੀ ਸੀ ਤੇ ਦੂਜਾ ਫ੍ਰੀ ਬੀਜ਼ ਦੇ ਉੱਤੇ ਵੀ ਸਿਧਾਂਤਕ ਤੌਰ ਤੇ ਮੰਨ ਗਏ ਨੇ ਚੀਫ ਜਸਟਿਸ ਸੁਣਵਾਈ ਕਰਨ ਲਈ ਰਾਤਾ ਰਿਆ ਤਾਂ ਤੇ ਦੀ ਲਖਣਾ ਚ ਜਿਹੜਾ ਇਹ ਬਾਮ ਲੈ ਕੇ ਚੀਫ ਜਸਟਿਸ ਦਾ ਉਹ ਇਹ ਕਹਿੰਦੇ ਸੀ ਅਸਲ ਸੁਪਰੀਮ ਕੋਰਟ ਨੇ ਕਿਹਾ ਇੱਕ ਕੇਸ ਸੀ ਕਿ 73 ਸਾਲਾਂ ਤੋਂ ਕੋਈ ਕਾਨੂੰਨ ਹੀ ਨਹੀਂ ਬਣਿਆ ਨਾ ਬਿਨਾਂ ਕਾਨੂੰਨ ਤੋਂ ਤੁਸੀਂ ਇਹ ਚੀਜ਼ਾਂ ਚਲਾਉਂਦੇ ਰਹੋ ਜੋ ਵੀ ਹੈ ਉਦੋਂ ਜੱਜਮੈਂਟ ਆਈ ਸੀਗੀ ਜਿਹੜੇ ਚ ਫਰੇਸ ਸੀਗਾ ਕਿ ਇਹ ਕਮੇਟੀ ਐਵੇਂ ਬਣਾਓ ਮਤਲਬ ਕਾਨੂੰਨ ਦੀ ਗੈਰ ਹਾਜ਼ਰੀ ਚ ਚੀਫ ਜਸਟਿਸ ਦੀ ਇਨਵੋਲਵਮੈਂਟ ਉਸ ਕਮੇਟੀ ਚ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਨੇ ਬਣਾਇਆ ਸਾਡੇ ਕੰਟਰੀ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜੇ ਕਾਨੂੰਨ ਦਾ ਹੋਵੇ ਪਾਰਟਿਕੂਲਰ ਵਿਸ਼ੇ ਤੇ ਸਪਰੀਮ ਕੋਰਟ ਇਕ ਜਾਂ ਹਾਈ ਕੋਰਟ ਲੈਵਲ ਦੀ ਕੋਰਟ ਇਕ ਆਰਡਰ ਕਰ ਦਿੰਦੀ ਆ ਉਹ ਮਾਮਲੇ ਤੇ ਤਾਂ ਉਹ ਕਾਨੂੰਨ ਬਣ ਜਾਂਦਾ ਹੈ ਸਰਕਾਰਾਂ ਨੂੰ ਉਹਨੂੰ ਕਾਨੂੰਨ ਦੇ ਰੂਪ ਦੇ ਵਿੱਚ ਸਵੀਕਾਰ ਕਰਨਾ ਚਾਹੀਦਾ ਔਰ ਇਹ ਜਿਹੜੀਆਂ ਜੱਜਮੈਂਟਾਂ ਨੇ ਜਿਹੜੀਆਂ ਕਾਨੂੰਨ ਬਣ ਗਈਆਂ ਨੇ ਤੇ ਅੰਗੇ ਨੂੰ ਉਹੀ ਕਾਨੂੰਨ ਪ੍ਰਵਾਨ ਕਰ ਲਿਆ ਗਿਆ ਪਰ ਇੱਥੇ ਆ ਕੇ ਉਹਨੂੰ ਇਹਨਾਂ ਨੇ ਬਦਲਿਆ ਕਾਨੂੰਨ ਬਣਾਉਣ ਵੇਲੇ ਚੀਫ ਜਸਟਿਸ ਨੂੰ ਕੱਢ ਤਾ ਵਿੱਚੋਂ ਜਿਹਦੀ ਅਲੋਚਨਾ ਹੋਈ ਹੈ ਕਿ ਤੁਸੀਂ ਫਿਰ ਆਪਣੇ ਆਪ ਹੀ ਮਤਲਬ ਨਾਮਿਨੇਟ ਕਰਨਾ ਨੇ ਬੰਦੇ ਕਰ ਲਿਆ ਕਰੋ ਜੋ ਵੀ ਕਰਨੇ ਤੇ ਇਹਦੇ ਚ ਲੌਜਿਕ ਹੈ ਗੌਰਮੈਂਟ ਦਾ ਵੀ ਸਾਰੇ ਕਿਤੇ ਜ਼ਰੂਰੀ ਤਾਂ ਨਹੀਂ ਕਿ ਜੁਡੀਸ਼ੀਅਲ ਕੋਈ ਬੰਦਾ ਹੋਵੇ ਤਾਂ ਹੀ ਕੋਈ ਇਮਾਨਦਾਰੀ ਨਾਲ ਚੰਗੇ ਪ੍ਰੋਸੀਜਰ ਨਾਲ ਕੰਮ ਹੋ ਸਕਦੇ ਨੇ ਇਹ ਜਨਰਲ ਲੌਜਿਕ ਤਾਂ ਠੀਕ ਹੈ ਇਹ ਚ ਕੋਈ ਦੋਰਾਮਾ ਵੀ ਨਹੀਂ ਹਰ ਜਗ੍ਹਾ ਹੀ ਤਾਂ ਨਹੀਂ ਹਰ ਅਪੁਆਇੰਟਮੈਂਟ ਦੇ ਵਿੱਚ ਕੋਈ ਜੁਡੀਸ਼ੀਅਲ ਅਫਸਰ ਹੁੰਦੇ ਕਨੋਂ ਪੀਪੀਐਸਸੀ ਹੈ ਕਨੋਂ ਕੋਆਰਡੀਨੇਟਰ ਸਰਵਿਸ ਦੇ ਬਾਕੀ ਨਿਯੁਕਤੀਆਂ ਨੇ ਜਿੰਨੀਆਂ ਵੀ ਹੁੰਦੀਆਂ ਨੇ ਪਰ ਕੁਐਸਚਨ ਇਹ ਤਾਂ ਦੇਖੋ ਨਾ ਇਹ ਇਹ ਗੱਲ ਨਾਰਮਲ ਹਾਲਾਤ ਚ ਨਹੀਂ ਆਈ ਇਹ ਖਾਸ ਹਾਲਾਤਾਂ ਦੇ ਵਿੱਚ ਆਈ ਹੈ ਉਹਨਾਂ ਹਾਲਾਤਾਂ ਦੇ ਵਿੱਚ ਜੇ ਇੰਨੀ ਭਰੋਸੇਯੋਗਤਾ ਹੁੰਦੀ ਕਿ ਗਵਰਨਮੈਂਟਾ ਠੀਕ ਕਰਦੀਆਂ ਨੇ ਇਹ ਅਰਣਗੋਲ ਦੇ ਸੰਦਰਭ ਵਿਚ ਆਈ ਸੀ ਕਿ ਐਡੀ ਜਲਦੀ ਕੀ ਸੀ ਤੁਹਾਡੇ ਤੋਂ ਜਵਾਬ ਨਹੀਂ ਦਿੱਤਾ ਬਣਿਆ ਇਹ ਹੁਣ ਵਾਲੇ ਵੀ ਉਹਨਾਂ ਦੇ ਸੰਦਰਭ ਵਿਚ ਆਈ ਹੈ ਜਦੋਂ ਤੁਸੀਂ ਪਹਿਲਾਂ ਨਹੀਂ ਦੇਖਿਆ ਕਿ ਸਰਕਾਰ ਕੰਮ ਕਰ ਰਹੀ ਕਿ 14 ਫਰਵਰੀ ਨੂੰ ਬੰਦਾ ਰਿਟਾਇਰ ਹੋ ਰਿਹਾ ਇੱਕ ਤੇ ਤੁਸੀਂ ਕੁਝ ਨਹੀਂ ਕੀਤਾ ਉਹਦੇ ਮਾਮਲੇ ਦੇ ਵਿੱਚ ਐਨੇ ਚੋਣਾ ਆ ਰਹੀਆਂ ਨੇ ਤੁਹਾਨੂੰ ਇਹ ਵੀ ਪਤਾ ਚੋਣਾ ਨੇੜੇ ਆ ਰਹੀਆਂ ਨੇ ਜਿਹੜੀ ਇਹ ਕਾਰਗੁਜ਼ਾਰੀ ਹੈ ਇਹ ਸਵਾਲ ਉਠਾਉਂਦੀ ਹੈ ਉਹ ਸਵਾਲ ਉਠਾਉਣ ਤੇ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਹੋਈ ਸੀ ਠੀਕ ਹੈ ਹੁਣ ਉਹਨਾਂ ਦਾ ਇੱਕ ਲੌਜਿਕ ਆਇਆ ਤੇ ਉਹ ਲੌਜਿਕ ਨੂੰ ਸੁਪਰੀਮ ਕੋਰਟ ਨੇ ਕਿਵੇਂ ਲੈਣਾ ਕਿਵੇਂ ਨਹੀਂ ਇਹ ਕੰਟੀਨਿਊ ਹੋ ਜੇ ਰਹੂਗੀ ਉਸ ਪੱਦਰ ਦੇ ਉੱਤੇ ਜਾ ਕੇ ਕਰਨ ਪਰ ਗਵਰਨਮੈਂਟ ਨੇ ਆਪਣਾ ਕਲੀਅਰ ਕਰਤਾ ਕਿ ਅਸੀਂ ਤਾਂ ਜੋ ਕੀਤਾ ਠੀਕ ਕੀਤਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਕਿ ਇਹ ਗਲਤ ਕੀਤਾ ਸੁਪਰੀਮ ਕੋਰਟ ਦੀ ਗੱਲ ਮੰਨ ਕੇ ਤੁਸੀਂ ਚੀਵਜਸਤਾ ਰੱਖਣਾ ਸੀ ਅਸੀਂ ਆਪਣੇ ਸਟੈਂਡ ਤੇ ਕਾਇਮ ਹੁਣ ਅੱਗੇ ਸੁਪਰੀਮ ਕੋਰਟ ਦੇ ਹੀアリング ਤੇ ਨਿਰਭਰ ਕਰੇਗਾ ਤੇ ਜਿਹੜਾ ਮਾਮਲਾ ਫ੍ਰੀ ਵੀ ਜਾਣਾ ਇਹ ਬੜਾ ਤਿਲਕਵਾ ਮਾਮਲਾ ਹੈ ਬਹੁਤ ਸੌਖਾ ਤੇ ਸਿੱਧਾ ਮਾਮਲਾ ਨਹੀਂ ਪਹਿਲੇ ਤਾਂ ਕੀ ਇਸ ਦੇਸ਼ ਦੇ ਵਿੱਚ ਕੋਈ ਡੈਫੀਨੇਸ਼ਨ ਹੈ ਜਿਹੜੀ ਫ੍ਰੀ ਵੀ ਜਿੱਤੂ ਤੇ ਇਨਸੈਂਟਿਵ ਨੂੰ ਤੇ ਲੋਕਾਂ ਦੇ ਰਾਈਟ ਨੂੰ ਕੋਈ ਵੱਖਰਾ ਵੱਖਰਾ ਕਰਦੀ ਹੋਵੇ ਹੁਣ ਇੱਕ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਨੇ ਅਨਾਉਂਸ ਕਰਤਾ ਕਿ ਜੀ 81 ਕਰੋੜ ਲੋਕਾਂ ਨੂੰ 5 ਸਾਲਾਂ ਦੇ ਵਾਸਤੇ ਹੋਰ ਮੁਫਤ ਅੱਟ ਜਿਹੜਾ ਕਣਕ ਅਨਾਜ ਦਿੱਤਾ ਜਾਊਗਾ ਕੀ ਇਹ ਫ੍ਰੀ ਵੀ ਹੈ ਜੇ ਇਹ ਫ੍ਰੀ ਵੀ ਹੈ ਤਾਂ ਜਿਹੜੇ ਬੰਦੇ ਭੁੱਖੇ ਮਰਦੇ ਨੇ ਉਹਨਾਂ ਦਾ ਕੀ ਕੀਤਾ ਜਾਊਗਾ ਫਿਰ ਜਿਨ੍ਹਾਂ ਕੋਲ ਅਨਾਜ ਨਹੀਂ ਹੈ ਜਾਂ ਜਿਹਦੇ ਕੋਲ ਕੀ ਹੈ ਨੇ ਕੀ ਇਹ ਅਲੱਗ ਕਰਨਾ ਜ਼ਰੂਰੀ ਸੀ ਜਦੋਂ ਇਦੋਂ ਵੋਟ ਬੈਂਕ ਦੇ ਤੌਰ ਤੇ ਜਦੋਂ ਆਲਰੇਡੀ ਰਾਈਟ ਟੂ ਫੂਡ ਐਕਟ ਬਣਿਆ ਹੋਇਆ ਇਹ ਉਹਦੇ ਦਾਇਰੇ ਦੇ ਵਿੱਚ ਆਉਂਦੇ ਨਹੀਂ ਸੀ ਨਾਰਮਲੀ 5 ਸਾਲ ਲਈ ਕਿਉਂ ਇਹ ਤਾਂ ਗਾਰੰਟੀ ਸਦਾ ਲਈ ਹੈ ਫਿਰ ਉਸ ਐਕਟ ਦੇ ਤਹਿਤ ਤਾਂ ਇਹ ਇਹ ਕਿਉਂ ਬਦਲੀਆਂ ਜਾ ਰਹੀਆਂ ਨੇ ਕੇਵਲ ਵੋਟ ਦੇ ਐਂਗਲ ਤੋਂ ਜਿਹੜੀ ਅਨਾਉਂਸਮੈਂਟ ਕਿਵੇਂ ਹੋਊਗੀ ਇਹ ਇੱਕ ਤਾਂ ਉਹ ਸਵਾਲ ਨੇ ਜਿਹੜੇ ਐਡਰੈਸ ਕਰਨਾ ਨੇ ਦੂਜਾ ਸਵਾਲ ਇਹ ਹੈ ਕਿ ਕੁਝ ਗੱਲਾਂ ਇਹ ਹੁੰਦੀਆਂ ਨੇ ਕਿ ਕੁਝ ਇਨਸੈਂਟਿਵ ਜੇ ਅਲੱਗ-ਅਲੱਗ ਜਗ੍ਹਾ ਦਿੰਦੇ ਹੋ ਤੁਸੀਂ ਜਿਵੇਂ ਹੁਣ 300 ਜੁੱਟ ਬਿਜਲੀ ਇੱਥੇ ਸਾਰਿਆਂ ਨੂੰ ਫ੍ਰੀ ਹੈ ਜੀ ਕਰਤਾ ਇਕਰਾਰ ਤਾਂ ਫ੍ਰੀ ਵੀ ਕਿੱਥੇ ਆਏਗੀ ਕੀ ਲੋੜਵੰਦ ਨੂੰ ਫ੍ਰੀ ਹੈ ਜਿਹੜਾ ਬਿੱਲ ਪੇ ਨਹੀਂ ਦੇ ਸਕਦਾ ਜਾਂ ਸਭ ਨੂੰ ਹੀ ਫ੍ਰੀ ਕਰ ਦੋਗੇ ਜਿਹੜਾ ਦੇ ਵੀ ਸਕਦਾ ਉਹਨੂੰ ਕਿਵੇਂ ਹਟਾਓ ਉਹਨੂੰ ਤੁਸੀਂ ਕਿਉਂ ਫ੍ਰੀ ਕਰਦੇ ਹੋ ਇਸ ਤਰ੍ਹਾਂ ਬਸ ਸਫਰ ਪੂਰਾ ਫ੍ਰੀ ਹੈ ਸਭ ਨੂੰ ਜੇ ਕੋਈ 2 ਲੱਖ ਸੈਲਰੀ ਲੈ ਕੇ ਆਪਣੇ ਕਾਲਜ ਪੜਾਉਣ ਜਾ ਕੇ ਤੇ ਯੂਨੀਵਰਸਿਟੀ ਪੜਾਉਣ ਜਾਂਦਾ ਜਾਂ ਕਿਤੇ ਬੈਂਕਰ ਦੀ ਨੌਕਰੀ ਕਰਦਾ ਉਹਨੂੰ ਵੀ ਤੇ ਜਿਹੜਾ ਜਮਾਂ ਗਰੀਬ ਆਦਮੀ ਹੈ ਜਿਹੜਾ ਦਿਹਾੜੀਦਾਰ ਮਜ਼ਦੂਰ ਬੀਬੀ ਹੈ ਤੇ ਉਹਨੂੰ ਵੀ ਜਿਹੜਾ ਇੱਕ ਇਹਦੇ 'ਚ ਕੋਈ ਬਖਰੇਵਾ ਪਾਉਣਾ ਪਏਗਾ ਇੱਕ ਲਿਮਟ ਤਾਂ ਖੈਰ ਸਾਡੇ ਰੱਖੀ ਹੋਈ ਹੈ ওভার ਆਲ ਇਕਨੋਮਿਕ ਲਿਮਟ ਹੈ ਸਾਰੀਆਂ ਰਿਜ਼ਰਵੇਸ਼ਨਾਂ ਦੀ ਕਿ ਆਹ ਚੀਜ਼ ਇੰਨੀ ਹੋਣੀ ਚਾਹੀਦੀ ਐਨੀ ਹੋਣੀ ਚਾਹੀਦੀ ਐ ਪਰ ਇਹ ਹੈ ਔਖਾ ਜਿਹਾ ਮਾਮਲਾ ਫ੍ਰੀਬੀ ਤੇ ਇਨਸੈਂਟਿਵ 'ਚ ਫਿਰ ਉਹ ਦੂਜੀ ਗੱਲ ਇਹਦੇ ਵਿੱਚ ਵੀ ਫ੍ਰੀਬੀ 'ਚ ਨਹੀਂ ਆਉਂਦੀ ਕਿ ਜਿਉਂ ਤੋਂ ਪਹਿਲਾਂ ਕਾਰਪੋਰੇਟ ਇਨਸੈਂਟਿਵ ਗਿਣੇ ਜਾਂਦੇ ਨੇ ਐਨਪੀਏ ਨੂੰ ਜਿਹੜਾ ਤੁਸੀਂ ਕਾਰਪੋਰੇਟ ਤੋਂ ਚੋਣਾ ਚ ਪੈਸਾ ਲੈਣ ਵਾਸਤੇ ਨਾਨ ਪਰਫਾਰਮੈਂਸ ਸੈਟ ਕਹਿ ਕੇ ਉਹਦਾ 14 ਲੱਖ ਕਰੋੜ ਰੁਪਇਆ ਮਾਫ ਕਰ ਦਿੰਦੇ ਹੋ ਉਹਦਾ ਉਹ ਇਨਸੈਂਟਿਵ ਹੈ ਤੇ ਇਧਰ ਫ੍ਰੀ ਵੀ ਹੈ ਉਹਨਾਂ ਨੂੰ ਉਦਯੋਗ ਦੇ ਵਾਸਤੇ ਜੋ ਸਹੂਲਤਾਂ ਦੇ ਰਹੇ ਹੋ ਇਨਸੈਂਟਿਵ ਨੇ ਇਹ ਗੱਲਾਂ ਤੇ ਡਿਬੇਟ ਹੋਣੀ ਚਾਹੀਦੀ ਹੈ ਸਾਡੇ ਵਰਗੇ ਕੰਟਰੀ 'ਚ بڑے ਵੱਡੇ ਪੱਧਰ ਤੇ ਅਸੀਂ ਵੱਡੀ ਖੈਰ ਤਾਕਤ ਮਾਣਨੇ ਜਾਂ ਕਹਿੰਦੇ ਨੇ ਜਾ ਰਹੇ ਹਾਂ ਤੇ ਅੱਜ ਵੀ ਸਾਡਾ 126 ਵਾਂ ਨੰਬਰ ਹੈ ਜੀ ਸਾਰੇ ਗਰੀਬੀ ਤੇ ਤਾਜ਼ਾ ਰਿਪੋਰਟ ਆਈ ਹੈ ਤੇ ਇੱਕ ਤਾਜ਼ਾ ਹੀ ਰਿਪੋਰਟ ਅੱਜ ਛਪੀ ਹੈ ਲੀਡ ਖਬਰ ਦੇ ਨਾਲ ਛਪੀ ਹੈ ਕਿ 40% ਦੌਲਤ ਕੰਟਰੀ ਦੀ 1% ਲੋਕਾਂ ਕੋਲ ਸ਼ਿਫਟ ਹੋ ਗਈ ਹੈ ਤੇ ਇਹ ਜਿਹੜਾ ਸਾਰਾ ਕੁਝ ਵੀ ਹੈ ਇਸ ਨਜ਼ਰੀਏ ਤੋਂ ਵੀ ਫਰੀ ਵੀ ਜਿਹਨੂੰ ਦੇਖਣ ਦਾ ਕੁਐਸ਼ਨ ਹੈ ਤੇ ਇਹ ਜੇ ਹੁੰਦਾ ਤਾਂ ਠੀਕ ਹੈ ਗੱਲ ਚੱਲੀ ਹੈ ਚਲੋ ਕੋਈ ਉੱਥੇ ਜਿਹੜੇ ਵਖਰੇ ਵਖਰੇ ਲਾਜਕ ਹੋਣਗੇ ਇਹ ਕੁਝ ਗਿਆਨਤਾ ਵਾਅਦਾ ਕਰਨਗੇ ਬਾਕੀ ਕੁਝ ਕਰਦੇ ਨੇ ਜਾਂ ਨਹੀਂ ਹੋਰ ਨਾ ਕਰਨ ਬਿਲਕੁਲ ਠੀਕ ਹੈ ਦੇਸ਼ ਦੇ ਵਿੱਚ ਬਹੁਤ ਸਾਰੇ ਧਨਾੜ ਜਿਨ੍ਹਾਂ ਕੋਲੇ ਬਹੁਤ ਬੇਸ਼ਮਾਰ ਪੈਸਾ ਹੈ ਤੇ ਉਹ ਪੈਸਾ ਕਿੱਥੋਂ ਆਇਆ ਉਹਦੇ ਵਿੱਚ ਕੋਈ ਬਹੁਤ ਜ਼ਿਆਦਾ ਫੈਕਟਰੀਆਂ ਜਾਂ ਕੋਈ ਲੋਕਾਂ ਨੂੰ ਕੰਮ ਨਹੀਂ ਮਿਲੇ ਸ਼ੇਅਰ ਮਾਰਕੀਟ ਚੋਂ ਵੀ ਆਉਂਦਾ ਹੈ ਔਰ ਸ਼ੇਅਰ ਮਾਰਕੀਟ ਕਿਵੇਂ ਵਰਕ ਕਰਦੀ ਲੋਕਾਂ ਦੇ ਪੈਸੇ ਨੂੰ ਤੁਸੀਂ ਕਿਵੇਂ ਵਰਤਦੇ ਹੋ ਇਹਦੇ ਇਹਦੇ ਕਿੰਨੇ ਇੱਕ ਪਹਿਲੂ ਹੋ ਸਕਦੇ ਆ ਤੇ ਕਿੰਨੇ ਲੋਕ ਜਿਹੜੇ ਰਾਤ ਰਾਤ ਦੇ ਵਿੱਚ ਕਿੰਨੇ ਕਮੀਰ ਹੁੰਦੇ ਮਤਲਬ ਕੋਈ ਲੱਖ ਕਰੋੜ ਰਾਤ ਦੀ ਕਿਸੇ ਦਾ ਕੈਪ ਵੱਧ ਜਾਂਦਾ ਇੱਥੇ ਤਾਂ 400 ਰੁਪਏ ਦਿਹਾੜੀ ਦੇ ਨਾਲ 50 ਰੁਪਏ ਵਧਾਉਣੇ ਹੋਣ ਤਾਂ ਲੜਨਾ ਪੈਂਦਾ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਸੁਖ ਰੇ